मान तुस मुल्ला को सदा सलाम। मुल्ला कौन होता है? मुल्ला गुरसिख इको ही सेंस विच ने, हूँ गुरसिख भी मुला ही है, मुला गुरसिख है। गुर उपदेश की गल आ गई ना, जिते गुर उपदेश है, जो गुर उपदेश लैंदा है, जो कुरान नूं छड्ड के गुर उपदेश लैंदा ना मुला, फिर सिखे आओ नौ दा नहीं कोई फर्क पैंदा, मुला नौ रख लवे जां कुछ रख लवे। सवाल है वी विचारधारा कड़ी है वो कोल। मुसलमान दे विच मौत नूं जित्तण दी कोई गल नहीं है, मुसलमान धर्म दे विच मौत ते जित प्राप्त करन दी नहीं कोई गल है। उत्थे तां टारगेट है बेहिश्त विच जाण दा, ते उत्थे जो भी कुछ कहिंदे ने हूरां या शराब है अंगूरां दी, इह असल दे विच दुनियावी सुखे ने। जिवें इहनां दा सुरग है उहो जिहा उहनां दा उहो है। ਜਿਹੜੇ ਰਾਜੇ ਹੁੰਦੇ ਨੇ ਉਹਨਾਂ ਕੋਲ ਇਹੀ ਕੁਛ ਹੁੰਦਾ, ਇੰਦਰ ਕੋਲ ਵੀ ਇਹੀ ਕੁਛ ਸੀ, ਚਾਹੇ ਜਿੰਨਾ ਮਰਜ਼ੀ ਇਹ ਰੌਲਾ ਪਾਈ ਜਾਵੇ ਪੰਡਿਤ ਇਹ ਅੰਬਾਲਾ ਵਾਲੇ ਸੰਤ। ਇੰਦਰ ਦੇਵਤੇ ਦੇ ਅਖਾੜੇ 'ਚ ਹੂਰਾਂ ਔਰ ਅੰਗੂਰਾਂ ਦੀ ਸ਼ਰਾਬ, ਇਹ ਦੋ ਚੀਜ਼ਾਂ ਨੇ। ਇਹੀ ਕਾਰਨ ਹੈ ਕਿ ਇੰਦਰ ਨੂੰ ਭੱਜਣਾ ਪੈ ਜਾਂਦਾ, ਰਾਕਸ਼ ਅੰਗੂਰੇ ਕਮਜ਼ੋਰ ਹੈ, ਧਰਮ ਨਹੀਂ ਹੈਗਾ ਉਹਦੇ ਕੋਲ। ਧਰਮ ਤੋਂ ਭ੍ਰਸ਼ਟ ਹੋ ਜਾਂਦੇ ਨੇ ਦੇਵਤੇ ਬਹੁਤ ਛੇਤੀ। ਰਾਜਾ ਹੈ ਅੰਦਰ, ਰਾਜਾ ਤਾਂ ਭ੍ਰਸ਼ਟ ਹੁੰਦਾ ਹੀ ਹੈ ਧਰਮ 'ਤੇ। ਜਿੱਥੇ ਰਾਜਾ ਹੋਇਆ ਧਰਮ ਭ੍ਰਸ਼ਟ ਹੋ ਗਿਆ। ਉੱਥੇ ਹੂਰਾਂ ਸਾਡੇ ਵੀ ਸਟੇਜਾਂ 'ਤੇ ਅਕਾਲੀਆਂ ਦੇ, ਉਹ ਕੀ ਕਰਦੇ ਨੇ? ਗੱਲ ਉੱਥੇ ਨੂੰ ਜਾ ਰਹੀ ਹੈ ਹੌਲੀ ਹੌਲੀ। ਪਹਿਲਾਂ ਸਟੇਜ 'ਤੇ ਪ੍ਰਕਾਸ਼ ਕਰਦੇ ਹੁੰਦੇ ਸੀ, ਉੱਥੇ ਆ ਨਹੀਂ ਸਕਦਾ ਕੁਛ। ਹੁਣ ਉਹ ਛੱਡ ਕੇ ਹੌਲੀ 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 ਦੂਜੇ ਪਾਸੇ ਨੂੰ ਜਾ ਰਹੇ ਨੇ। ਇਹ ਵੀ ਸੱਭਿਆਚਾਰ ਦੇ ਨਾਂ 'ਤੇ ਬਹਾਨੇ ਨੇ, ਬਾਕੀ ਤਾਂ ਸਭ ਉਹ ਤਾਂ ਬਹਾਨੇ ਨੇ। ਸੱਭਿਆਚਾਰ ਹੈ ਜੀ ਫਲਾਨਾ ਜੀ ਢਿਮਕਾ ਜੀ, ਕਿਉਂਕਿ ਉਹ ਜੋ ਟ੍ਰੈਂਡ ਹੈ ਉਹੀ ਰਹਿਣਾ। ਅੰਦਰ ਭੁੱਖ ਜਿਹੜੀ ਆ ਉਹੀ ਹੈ, ਬੁੱਲਾ ਕੌਣ? ਜਿਹੜਾ ਮੰਨਦੇ ਆਪਣੇ ਮਨ ਨਾਲ ਲੜਦਾ ਉਹ ਬੁੱਲਾ, ਜਿਹੜਾ ਲੋਕਾਂ ਨਾਲ ਲੜਦਾ ਬੁੱਲਾ ਨਹੀਂ। ਸਿੱਖ ਵੀ ਉਹੀ ਹੈ, ਖਾਲਸਾ ਵੀ ਉਹੀ ਹੈ, ਜਿਹੜਾ ਆਪਣੇ ਮਨ ਨਾਲ ਲੜਦਾ। ਮਨ ਸਿਉਂ ਝਗੜਾ, ਮਨ ਸਿਉਂ ਸੱਥ ਹੈ। ਔਰ ਲੜਦਾ ਵੀ ਕਿਵੇਂ? ਇਹ ਨਹੀਂ ਹੈਗਾ ਵੀ ਹਫ਼ਤੇ 'ਚ ਕਦੀ ਵਾਰ ਲੜਦਾ, ਲਗਾਤਾਰ ਲੜਦਾ। ਖਾਲਸਾ ਸੋ ਜੋ ਕਰੇ ਨਿੱਤ ਜੰਗ। ਇਹਨਾਂ ਨੇ ਅਰਥ ਲਾ ਲਿਆ ਵੀ ਲੋਕਾਂ ਨਾਲ ਲੜਦਾ, ਮੁਸਲਮਾਨਾਂ ਨਾਲ ਲੜਦਾ, ਅਤੇ ਆਪਣੇ ਵਿਰੋਧੀਆਂ ਨਾਲ ਲੜਦਾ। ਜੇ ਕੋਈ ਸਿੱਖ ਦਾ ਵਿਰੋਧੀ ਹੈ ਤਾਂ ਉਹਨੇ ਫਿਰ ਗੁਰਮਤਿ ਦਾ ਉਪਦੇਸ਼ ਤਾਂ ਲਿਆ ਹੀ ਨਹੀਂ, ਸੁਣਿਆ ਹੀ ਨਹੀਂ। ਜੇ ਉਹਦਾ ਕੋਈ ਵਿਰੋਧੀ ਹੈ, ਉਹ ਵਿਰੋਧੀ ਕਿਸੇ ਨੂੰ ਮੰਨਦਾ, ਉਹਨੂੰ ਲੋਕ ਵਿਰੋਧੀ ਮੰਨਦੇ ਨੇ, ਅਲੱਗ ਗੱਲ ਹੈ। ਸਾਨੂੰ ਕੋਈ ਦੁਸ਼ਮਣ ਮੰਨਦਾ ਗੱਲ ਅਲੱਗ ਹੈ, ਅਸੀਂ ਕਿਸੇ ਨੂੰ ਦੁਸ਼ਮਣ ਨਹੀਂ ਮੰਨਦੇ, ਚਾਹੇ ਸਾਡਾ ਕੋਈ ਵਿਰੋਧ ਵੀ ਕਰਦਾ। ਅਤੇ ਅਗਰ ਹੋ ਸਕਦਾ ਸਾਡੀ ਗੱਲ ਦੀ ਉਹਨੂੰ ਸੱਟ ਵੱਜਦੀ ਹੋਵੇ, ਅਸੀਂ ਸੱਚ ਬੋਲਦੇ ਹਾਂ, ਉਹਨੂੰ ਨਾ ਚੰਗਾ ਲੱਗਦਾ ਹੋਵੇ, ਵਿਰੋਧ ਕਰਦਾ ਕਰੂਗਾ ਹੀ ਉਹ। ਉਹਨੇ ਝੂਠ ਛੱਡਣਾ ਨਹੀਂ, ਉਹਨੇ ਕੱਪੜ ਛੱਡਣਾ ਨਹੀਂ, ਅਸੀਂ ਕੱਪੜ ਦੇ ਖਿਲਾਫ਼ ਕਹਿ ਦੇਣਾ, ਨੰਗਾ ਕਰ ਦੇਣਾ, ਉਹਨੂੰ ਬੁਰਾ ਲੱਗਣਾ ਹੀ ਹੈ। ਥਾਣੇਦਾਰ ਕਿੰਨਾ ਹੀ ਚੰਗਾ ਹੋਵੇ, ਚੋਰ ਨੂੰ ਨਹੀਂ ਚੰਗਾ ਲੱਗਦਾ। ਪੁਲਿਸ ਕਿੰਨੀ ਉਹ ਚੰਗੀ ਹੋਵੇ, ਅਪਰਾਧੀ ਨੂੰ ਨਹੀਂ ਚੰਗੀ ਲੱਗਦੀ। ਅਪਰਾਧੀ ਨੂੰ ਕਿਵੇਂ ਚੰਗੀ ਲੱਗੂਗੀ ਪੁਲਿਸ? ਉਹਨੇ ਤਾਂ ਅਪਰਾਧ ਕਰਨਾ। ਚੰਗੀ ਜਦ ਲੱਗੂਗੀ ਜੇ ਪੁਲਿਸ ਮਿਲੀ ਭੁਗਤ ਕਰ ਲੂ ਅਪਰਾਧੀ ਨੂੰ, ਫਿਰ ਬੜੀ ਚੰਗੀ ਲੱਗੂ। ਜੇ ਅਪਰਾਧੀ ਯਾਰ ਪੁਲਿਸ ਖਿਚੜੀ ਕਿਉਂ ਖਿਚੜੀ ਹੋ ਜਾਣ, ਫਿਰ ਤਾਂ ਅਪਰਾਧੀ ਨੂੰ ਲੱਗੂਗੀ ਚੰਗੀ। ਪਰ ਜੇ ਪੁਲਿਸ ਇਮਾਨਦਾਰ ਹੈ, ਅਪਰਾਧੀ ਨੂੰ ਚੰਗੀ ਨਹੀਂ ਲੱਗ ਸਕਦੀ। ਧਰਮ ਦੀ ਦੁਨੀਆ ਦੇ ਵਿੱਚ ਜਿਹੜੇ ਅਪਰਾਧੀ ਨੇ ਉਹ ਵੀ ਜਾਣ ਬੁੱਝ ਕੇ ਕਰਦੇ ਨੇ ਅਪਰਾਧ, ਉਹਨਾਂ ਨੂੰ ਪਤਾ ਸਭ ਗੱਲ ਦਾ। ਜਿਵੇਂ ਅਸੀਂ ਸਾਡੇ ਅਪਰਾਧ ਕਰਦੇ ਹਾਂ ਸਿਵਲ ਦੇ ਵਿੱਚ, ਇਵੇਂ ਧਰਮ ਦੀ ਦੁਨੀਆ ਵਿੱਚ ਜਿੰਨੇ ਨੇ ਸਭ ਅਪਰਾਧੀ ਹੋਣੇ। 73 'ਚ ਅਪਰਾਧੀਆਂ ਦੀ ਲਿਸਟ ਹੈ। ਧਰਮ ਦੇ ਨਾਲ 'ਤੇ ਜੋ ਅਪਰਾਧ ਹੋ ਰਿਹਾ ਉਹ ਅਪਰਾਧ ਦੀ ਲਿਸਟ ਹੈ। ਉਹ ਜਿੰਨਾ ਚਿਰ ਅਪਰਾਧੀਆਂ ਦੀ ਲਿਸਟ ਪੂਰੀ ਪੜ੍ਹਾ ਨਹੀਂ ਦੇਵੋਗੇ, ਤੁਸੀਂ ਅਪਰਾਧ ਦੇ ਖਿਲਾਫ਼ ਬੋਲੋਗੇ ਕਿਵੇਂ, ਚੈੱਕ ਕਿਵੇਂ ਕਰੋਗੇ? ਇਸ ਕਰਕੇ ਪੁਲਿਸ ਵਾਲਿਆਂ ਨੂੰ ਸਾਰੀਆਂ ਦਫ਼ਾ ਪੜ੍ਹਾਉਣੀਆਂ ਪੈਂਦੀਆਂ ਨੇ, ਪੜ੍ਹਦੇ ਨੇ ਵਿਚਾਰੇ ਉਹ।
ਤਾਜਰਾਂ ਤੇ ਹਿੰਦ ਪੜ੍ਹਦੇ ਨੇ ਤਾਂ ਪੁਲਿਸ 'ਚ ਅਫਸਰੀ ਮਿਲਦੀ ਹੈ। ਇਸ ਕਰਕੇ ਤਾਜਰਾਂ ਤੇ ਹਿੰਦ ਦਾ ਹਿੱਸਾ ਉਹ ਤ੍ਰਿਆ ਚਰਿੱਤਰ ਧਰਮ ਦੀ ਦੁਨੀਆਂ ਦੇ ਵਿੱਚ ਜਿਹਨੇ ਗਾਹਾਂ ਜਾਣਾ ਉਹਦੇ ਵਾਸਤੇ ਹੈ, ਥੱਲੇ ਵਾਲੇ ਵਾਸਤੇ ਨਹੀਂ, ਮਾਲਾ ਫੇਰਨ ਵਾਲੇ ਵਾਸਤੇ ਨਹੀਂ। ਜਾਂ ਜਿਹਨੇ ਇਸ ਵੇਲੇ ਮੱਥਾ ਟੇਕਣਾ ਗੁਰਦੁਆਰੇ ਨਿਤਨੇਮ ਕਰ ਲੈਣਾ ਉਹਦੇ ਵਾਸਤੇ ਨਹੀਂ ਹੈ, ਉਹਦੀ ਅਵਸਥਾ ਹੀ ਨਹੀਂ ਹੈ। ਉਹ ਤਾਂ ਉਹੀ ਮਾਇਆਧਾਰੀ ਹੈ, ਐਵੇਂ ਕਹਿੰਦਾ ਮੈਂ ਸਿੱਖਾਂ, ਇਹਦਾ ਸਭ ਕੁਝ ਛੱਡ ਗਿਆ ਸੰਸਾਰ ਉਹਦੇ ਵਾਸਤੇ ਹੈ। ਉਹ ਅਗਲੀ ਗੱਲ, ਦਿਨ ਰਾਤ ਪੁਲਿਸ ਦੀ ਡਿਊਟੀ ਹੈ, ਚਾਹੇ ਸੁੱਤਾ ਤਿੰਨ ਰਾਤਾਂ ਨਾਲ ਜਾਗਦਾ ਹੋਵੇ, ਸਾਂਝ ਵੇ ਆ ਕੇ ਅਤੇ ਉੱਥੇ ਆ ਜਾਓ ਉਹਨੂੰ ਫੋਨ, ਜਾਂ ਕੋਈ ਜਗਾ ਦੇਵੇ ਉੱਥੇ ਲਾਕਾ ਪੈਂਦਾ, ਸਾਰਾ ਆਰਾਮ ਛੱਡ ਕੇ ਭੇਜਣਾ ਪਊ। ਕਦੇ ਡਿਊਟੀ ਹੈ, ਇਹ ਨਹੀਂ ਕਹਿ ਸਕਦਾ ਵੀ ਮੈਂ ਤਾਂ ਥੱਕਿਆ ਹਾਂ ਵੀ ਮੈਂ ਨਹੀਂ ਜਾਣਾ, ਉਹ ਨਹੀਂ ਕਹਿ ਸਕਦਾ, ਡਿਊਟੀ ਹੈ ਉਹਦੀ। ਚਾਹੇ ਗਾਹਾਂ ਜਾਂਦਾ ਤਾਂ ਗੋਲੀ ਵੱਜ ਜਾ, ਪਈ ਵੱਜ ਜਾ, ਉਹਨੇ ਵੀ ਬਾਲ ਨਹੀਂ ਉਹਨੇ ਵੱਜੂਗੀ। ਇਹੋ ਜਿਹਾ ਹਾਲ ਭਗਤਾਂ ਦਾ ਹੁੰਦਾ, ਇਸੇ ਕਰਕੇ ਕਬੀਰ ਕਹਿ ਰਿਹਾ ਇਹ ਸੰਤਾਂ ਮਾਨੂੰ ਦੂਤਾਂ ਡਾਲੂ, ਇਹ ਕੁਟਵਾਰੀ ਮੇਰੀ, ਕੁਟਵਾਰੀ ਕੁਤਵਾਲ ਨੂੰ ਕਹਿੰਦੇ ਨੇ, ਮੈਂ ਕੁਤਵਾਲ ਹਾਂ। ਬਿਲਕੁਲ ਇਹੋ ਜਿਹੀ ਗੱਲਬਾਤ ਹੈ ਸਾਰੀ। ਉਹ ਦਸਮ ਬਾਦਸ਼ਾਹ ਨੇ ਅਕਾਲਪੁਰ ਕੀ ਫੌਜ ਕਹਿਤਾ, ਅੰਗਰੇਜ਼ਾਂ 'ਚ ਬਹੁਤ ਸਾਰੀ ਫੌਜ ਅਲੱਗ ਅਲੱਗ ਹੈ, ਮੁਸਲਮਾਨਾਂ ਵਾਲੇ ਫੌਜ ਪੁਲਿਸ ਅਲੱਗ ਅਲੱਗ ਨਹੀਂ ਸੀ ਹੁੰਦੀ, ਉਹੀ ਫੌਜ ਹੁੰਦੀ ਸੀ, ਉਹੀ ਪੁਲਿਸ ਹੁੰਦੀ ਸੀ, ਅਲੱਗ ਅਲੱਗ ਨਹੀਂ ਸੀ ਹੁੰਦੀ। ਫੌਜੀ ਰਸਤੇ ਭੇਜੇ ਜਾਂਦੇ ਸੀ ਅਪਰਾਧੀਆਂ ਦੇ ਖਿਲਾਫ, ਅਲੱਗ ਅਲੱਗ ਨਹੀਂ ਸੀ ਹੁੰਦੀ, ਉਹ ਇਕੱਠੀ ਹੁੰਦੀ ਸੀ। ਇਹਨਾਂ ਦਾ ਮੂਲ ਹੋਰ ਹੈ, ਬਾਅਦ 'ਚ ਬਣਿਆ ਜਿਹੜਾ ਦਸਮ ਪਾਤਸ਼ਾਹ ਉਹ ਇੱਕੋ ਹੀ ਸੀ। ਹਾਂਜੀ, ਸੋ ਮੁੱਲਾਂ ਜੋ ਮਨ ਸੋ ਲੜੇ, ਜਿਹੜਾ ਆਪਣੇ ਮਨ ਨਾਲ ਲੜੇ, ਆਪਣੇ ਮਨ ਨਾਲ ਕੀ ਲੜੇ, ਗੁਰੂ ਉਪਦੇਸ਼ ਮਨ ਬੁਰਾਈ ਵੱਲ ਨੂੰ ਜਾਂਦਾ, ਇਹਦੇ ਨਾਲ ਲੜੇ ਬੁਰਾਈ ਵੱਲ ਨੂੰ ਨਹੀਂ ਜਾਣਾ। ਬੁਰਾਈ ਨਹੀਂ ਕਰਨੀ ਕਿਸੇ ਦਾ ਦਿਲ, ਤਾਂ ਭਾਵੇਂ ਕਿਸੇ ਦਾ ਦਿਲ ਨਹੀਂ ਜਿਹੜਾ ਦਿਖਾਉਣਾ, ਕਹਿੰਦੇ ਗਲਤ ਹੈ, ਦਿਲ ਪਿਆ ਕਿਸੇ ਦਾ ਦੁਖੇ। ਜੇ ਹੁਣ ਸੱਚ ਬੋਲਦਾ ਕਹਿੰਦਾ ਦਿਲ ਦੁਖੇ, ਸਾਨੂੰ ਠੇਕਾ ਲਿਆ ਦੁਖਦਾ ਰਹੇ। ਜੇ ਹੁਣ ਚੋਰ ਦਾ ਦਿਲ ਦੁਖੇ ਹੋਏ, ਥਾਣੇਦਾਰ ਉਹਨੂੰ ਇੰਟਰੋਗੇਟ ਕਰਦਾ ਹੈ ਤਾਂ ਉਹ ਤਾਂ ਦੁਖੇ, ਅਪਰਾਧੀ ਦਾ ਦਿਲ ਪਿਆ ਦੁਖੇ। ਕਿਸੇ ਸੰਤ ਦਾ ਦਿਲ ਨਾ ਦੁਖੇ, ਸੰਤਨ ਦੁੱਖ ਪਾਏ ਤੇ ਦੁਖੀ ਹੈ ਪਰਮੇਸ਼ੁਰ। ਪਰਮੇਸ਼ੁਰ ਨੂੰ ਸੰਤਾਂ ਦੇ ਦੁੱਖ ਤੱਕ ਮਤਲਬ ਹੈ। ਸੰਤ ਕੌਣ ਹੈ, ਕਿੱਥੋਂ ਸਟਾਰਟ ਹੁੰਦਾ ਸੰਤ? ਸੰਤ ਮਾਲਾ ਵਾਲੇ ਨਹੀਂ ਹੁੰਦੇ, ਜਿਹੜੇ ਉਮੀ ਨੇ ਉਹ ਵੀ ਸਾਧਕ ਨੇ, ਜਿਹਨਾਂ ਨੂੰ ਧਰਮ ਦਾ ਬਿਲਕੁਲ ਗਿਆਨ ਨਹੀਂ, ਨਿਊਟਰਲ ਨੇ, ਉਹ ਵੀ ਸਾਧਕ ਨੇ। ਉਮੀ ਸਾਧਨਾ ਮਾਰੀ ਹੈ, ਜਿਹੜੇ ਛਾਤਰ ਨੇ ਧਰਮ ਨੂੰ ਜਾਣਦੇ ਨੇ ਔਰ ਉਮੀ ਸਾਧਾ ਨੂੰ ਠੱਗਦੇ ਨੇ ਜਾਲ 'ਚ ਫਸਾ ਕੇ, ਉਹਨਾਂ ਦਾ ਹੀ ਦਿਲ ਦੁਖੂਗਾ ਗੁਰਬਾਣੀ ਨਾਲ, ਹੋਰ ਨਹੀਂ ਕਿਸੇ ਦਾ ਦੁਖਣਾ। ਗੁਰਬਾਣੀ ਦੀ ਵਿਆਖਿਆ, ਉਹਨਾਂ ਦਾ ਹੀ ਦਿਲ ਦੁਖੂਗਾ ਜਿਹੜੇ ਅੱਜ ਤਾਂ ਲੀਡਰ ਬਣੇ ਫਿਰਦੇ ਨੇ, ਮੁੱਖ ਪੁਰਸ਼ ਬਣੇ ਫਿਰਦੇ ਨੇ, ਸਾਬਤ ਹੋ ਜਾਣ ਅਪਰਾਧੀ ਨੇ, ਉਹ ਤਾਂ ਦਿਲ ਦੁਖੂ ਹੋਣਾ, ਦਾ ਤਾਂ ਉਹਨਾਂ ਦਾ ਤਾਂ ਪਾਪੜ ਬਚੂਗਾ ਹੀ ਬਚੂਗਾ। ਇਹ ਆ ਜਿਹੜੇ ਉਹਨਾਂ ਨਾਲ ਜ਼ਿਆਦਾ ਜੁੜੇ ਹੋਏ ਨੇ, ਸਕੇ ਨੇ ਉਹਨਾਂ ਦੇ, ਰਿਸ਼ਤੇਦਾਰ ਨੇ, ਚੇਲੇ ਨੇ, ਜਿਹੜੇ ਉਹਨਾਂ ਦੇ ਏਜੰਟ, ਅਸਲ 'ਚ ਏਜੰਟ ਨੇ ਉਹਨਾਂ ਦੇ, ਉਹਨਾਂ ਦਾ ਵੀ ਦਿਲ ਦੁਖੂਗਾ। ਪ੍ਰਚਾਰ ਜੋ ਕਰਦੇ ਨੇ ਉਹਨਾਂ ਦਾ, ਉਹਨਾਂ ਦਾ ਦਿਲ ਦੁਖੂਗਾ, ਦੁਖੇ, ਉਹਨਾਂ ਦਾ ਕੋਈ ਰੌਲਾ ਨਹੀਂ। ਉਹਦਾ ਰਿਐਕਸ਼ਨ ਜੋ ਹੁੰਦਾ ਹੁੰਦਾ ਹੀ ਹੁੰਦਾ, ਪਰ ਕਿਸੇ ਇਨੋਸੈਂਟ ਬੰਦੇ ਦਾ ਦਿਲ ਨਾ ਦੁਖੇ, ਉਹ ਵੀ ਸਾਧ ਦਾ ਦਿਲ ਨਾ ਦੁਖੇ, ਇਹ ਅਸਲੀ ਸਾਧ ਦਾ ਦਿਲ ਨਾ ਦੁਖੇ। ਇਹੋ ਜਿਹੀ ਗੱਲ ਨਹੀਂ ਕਰਦੀ, ਆਪਣੇ ਮਨ ਨਾਲ ਲੜੇ, ਆਪਣਾ ਵਿਰੋਧੀ ਕੋਈ ਨਹੀਂ, ਆਪਣਾ ਨਹੀਂ ਵਿਰੋਧੀ। ਜਿਹੜਾ ਉਮੀ ਸਾਧਾਂ ਦਾ ਵਿਰੋਧੀ ਹੈ, ਉਹਨੂੰ ਜੰਮਦੇ ਜਾਲ ਫਸਾ ਰਿਹਾ। ਜਿਹੜਾ ਸੱਚਖੰਡ ਦਾ ਵਿਰੋਧੀ ਹੈ, ਕੁਦਰਤ ਦਾ ਵਿਰੋਧੀ ਹੈ, ਉਹ ਸਾਡਾ ਵਿਰੋਧੀ ਹੈ। ਪੁਲਿਸ ਦਾ ਵਿਰੋਧੀ ਕੌਣ? ਪੁਲਿਸ ਕੀ ਦਾ ਵਿਰੋਧ ਕਰਦੀ ਹੈ? ਜਿਹੜਾ ਹਕੂਮਤ ਦਾ ਵਿਰੋਧ ਕਰੇ, ਹਕੂਮਤ ਦੇ ਕਾਨੂੰਨ ਤੋੜੇ। ਜਿਹੜਾ ਭਾਣੇ ਦਾ ਵਿਰੋਧ ਕਰਦਾ ਨਾ,
ਪੁੰਨ ਪਾਪ ਦਾ ਉਪਦੇਸ਼ ਦਿੰਦਾ ਸਿਖਾਉਂਦਾ ਉਹ ਵਿਰੋਧੀ ਹੈ। ਪੁੰਨ ਪਾਪ ਨੂੰ ਜਿਹੜਾ ਕਹਿੰਦਾ ਹੈਗਾ ਉਹ ਵਿਰੋਧੀ ਹੈ ਸਿੱਖ ਦਾ। ਅੱਜ ਸਾਰੇ ਸਿੱਖ ਸੰਸਥਾਵਾਂ ਮੰਨਦੀਆਂ ਨੇ ਪੁੰਨ ਪਾਪ ਨੂੰ, ਸਾਰੇ ਸਿੱਖੀ ਦੇ ਵਿਰੋਧੀ ਨੇ ਜਿੰਨੇ ਮੰਨਦੇ ਨੇ। ਗੁਰਮਤ ਐਨ ਸਟੈਂਡ ਕਰਦੀ ਹੈ ਫਰਮਲੀ, ਕਹਿੰਦੇ ਜਦ ਤਾਂ ਕਿ ਬਸ ਕੁਛ ਨਹੀਂ, ਜਾਂ ਬਸ ਕੁਛ ਨਹੀਂ ਪੁੰਨ ਪਾਪ ਦੇ ਬਦਲ ਲੈਣਗੇ। ਕਰ ਨਹੀਂ ਸਕਦੇ, ਸੋਚ ਸਕਦੇ ਨੇ ਪੁੰਨ ਪਾਪ, ਕਰ ਨਹੀਂ ਸਕਦੇ ਸੋਚ ਸਕਦੇ ਨੇ ਪੁੰਨ ਪਾਪ। ਅਸੀਂ ਸੋਚਦੇ ਹਾਂ ਕਰਦੇ ਨਹੀਂ, ਸੋਚਣ ਦੀ ਸਾਨੂੰ ਨੁਕਸਾਨ ਹੈ। ਸੋਚਣ ਨੂੰ ਪਾਪ ਕਿਹਾ ਹੋਇਆ, ਜੋ ਪਾਪ ਅਸੀਂ ਸੋਚਿਆ ਸੀ ਉਹ ਹੋਇਆ ਨਹੀਂ, ਜੋ ਕੰਮ ਅਸੀਂ ਸੋਚਿਆ ਸੀ ਉਹ ਹੋਇਆ ਨਹੀਂ, ਉਹ ਪਾਪ ਸੀ ਕਿ ਉਹ ਭਾਣੇ ਤੋਂ ਖਿਲਾਫ ਸੀ ਉਹ। ਇਸ ਕਰਕੇ ਮਨ ਨੂੰ ਲੜਨਾ ਵੀ ਸੋਚਣ ਦੀ ਕੋਈ ਲੋੜ ਨਹੀਂ ਤੈਨੂੰ, ਜਿਹੜਾ ਸੋਚਣਾ ਬੰਦ ਕਰ, ਮਨ ਸੋਚਣ 'ਤੇ ਨਹੀਂ ਹਟਦਾ, ਜੇ ਸੋਚਣ 'ਤੇ ਹਟ ਗਿਆ ਮਨ ਮਰ ਜਾਂਦਾ। ਮਨ ਨੂੰ ਮਰਨ ਵਾਸਤੇ ਮਨਾਉਣਾ ਹੈ, ਆਹ ਲੜਨਾ। ਮਰਨ ਵਾਸਤੇ ਕੌਣ ਮੰਨੇ, ਮਨ ਕਬੂਲ ਨਹੀਂ ਕਰਦਾ। ਮਨ ਮਨ ਜੇ ਚੁੱਪ ਹੋ ਗਿਆ ਨਾ, ਸੋਚਣਾ ਬੰਦ ਕਰਤਾ, ਮਰ ਗਿਆ। ਇਹਦੇ ਨਾਲ 24 ਘੰਟੇ ਦੀ ਲੜਾਈ ਵਿੱਚ ਇਹ ਮੰਨੂਗਾ, ਇਹ ਲੜਾਈ ਸਮਝਾਉਣਾ ਹੀ ਹੈ। ਗੁਰ ਉਪਦੇਸ਼ ਅੱਗੇ, ਗੁਰ ਉਪਦੇਸ਼ ਹੀ ਕਾਲ ਸਿੰਘ ਜੁੜੇ, ਗੁਰ ਉਪਦੇਸ਼ ਕਾਲ ਸਿੰਘ ਜੁੜੇ। ਕਾਲ ਜਿਹੜੀ ਕਲਪਨਾ ਹੈ ਨਾ, ਕਾਲ ਕਲਪਨਾ ਦਾ ਹੋਣਾ ਵੀ ਮੰਨਦੇ ਵੀ ਜਿਹੜੀ ਕਲਪਨਾ ਹੈ ਉਹਦੇ ਨਾਲ ਜੂਝੇ, ਉਹਨੂੰ ਜੁੜ, ਦੋ ਜਤੀ ਜੁੜ ਗਏ ਨਾ, ਜਿਵੇਂ ਦੋ ਕਤਾਰਾਂ ਮੂੰਹ ਜੁੜੇ, ਮੂੰਹ ਜੁੜ ਜਾਂਦੇ ਨੇ ਜਾਂ ਲੜਾਈ ਹੁੰਦੀ ਹੈ ਆਪੋ ਸਾਹਮਣੇ। ਕਲਪਨਾ ਦੀ ਮੁਖਾਲਫਤ ਕਰੇ, ਸੋਚਣ ਦੀ ਮੁਖਾਲਫਤ ਕਰੇ, ਕਾਲ ਕਲਪਨਾ ਦਾ ਨਾਂ ਹੀ ਹੈ। ਜਿਹੜਾ ਕਾਲ ਪੁਰਖ ਲੱਭਦਾ ਨਾ, ਕਾਲ ਪੁਰਖ ਜੰਮਣ ਵੱਲੋਂ ਹੁਕਮ ਆਇਆ ਨਾ, ਜਿਹੜਾ ਸਾਡਾ ਆਪਣਾ ਹੁਕਮ ਹੈ ਨਾ, ਆਪਣਾ ਬਾਣਾ, ਉਹ ਕਾਲ ਹੈ ਅਸਲ 'ਚ। ਪਰਮੇਸ਼ਰ ਦਾ ਬਾਣਾ ਕਾਲ ਨਹੀਂ ਹੈ, ਉਹਦਾ ਮਨ ਵਿਖਾ ਕੇ ਮੰਡਲ 'ਚ ਆਏ ਹੋਏ ਜਾਂ ਉਹਦਾ ਤਾਂ ਟਾਈਮ ਬਾਉਂਡ ਹੈ, ਉਹ ਕਾਲ ਕਾਲ ਹੈ। ਉਹ ਤਾਂ ਇੱਕ ਵਿਆਜ ਹੈ, ਲੈ ਕੇ ਆਏ ਹਾਂ, ਵਿਆਜ ਪੂਰੀ ਹੋ ਗਈ, ਉਹ ਰਿਟਾਇਰਮੈਂਟ ਦੀ ਮਿਆਦ ਹੈ ਇੱਕ। ਜਦੋਂ ਕਿਸੇ ਨੂੰ ਨੌਕਰੀ ਮਿਲਦੀ ਹੈ, ਰਿਟਾਇਰਮੈਂਟ ਦੀ ਉਹਦੀ ਮਿਆਦ ਆ, ਮਿਆਦ ਆ ਗਈ, ਉਹਦੇ ਕਾਲ ਕਾਲਾ ਹੋ ਗਿਆ। ਜਦੋਂ ਉਹਦੀ ਮਿਆਦ ਆ ਗਈ, ਮਿਆਦ ਪੂਰੀ ਹੋ ਗਈ। ਕਿਸੇ ਨੇ ਪੈਸੇ ਬੈਂਕ ਜਮ੍ਹਾਂ ਕਰਾਏ ਨਾ, ਕਢਾਈ ਜਾਂਦਾ, ਜਦੋਂ ਇਹ ਖਾਤਾ ਨਿੱਲ ਹੋ ਗਿਆ, ਖਤਮ ਹੋ ਗਏ ਸਾਹ ਨੇ, ਨਿੱਲ ਹੋ ਗਏ, ਟਾਈਮ ਹੈ, ਜਿੰਨੀਆਂ ਘੜੀਆਂ ਘੰਟੇ ਲਿਖੇ ਹੋਏ ਨੇ, ਦਿਨ ਬਰਸ ਲਿਖੇ ਨੇ, ਪੂਰੇ ਹੋ ਗਏ, ਖਾਤਾ ਹੀ ਨਿੱਲ ਹੋ ਗਿਆ, ਜਦ ਕਿਸੇ ਦਾ ਉਹਦੇ 'ਚ ਕੀ ਦੋਸ਼ ਹੈ। ਸਾਡਾ ਆਪਣਾ ਜਿਹੜਾ ਹੁਕਮ ਹੈ ਨਾ, ਮਨ ਭਾਉਂਦਾ, ਉਹ ਸਾਡਾ ਕਾਲ ਹੈ। ਜੇ ਹੁਕਮ ਬੰਦ ਕਰ ਦਈਏ ਅਸੀਂ, ਹੁਕਮ ਦਾ ਇਹਦਾ ਗਲ ਘੁੱਟ ਦਈਏ, ਕਾਲ ਹੀ ਨਹੀਂ ਹੈ ਫਿਰ। ਜਿਹੜਾ ਕਾਲ ਪੁਰਖਾ ਮਰਦਾ ਮਾਣ ਕੇ ਹੈ ਨਾ, ਆਪਣੀ ਕਲਪਨਾ ਜਿਹੜੀ ਹੈ, ਮਨ ਦਾ ਮਾਣ, ਮਨ ਨੂੰ ਮਾਣ ਹੁੰਦਾ, ਪਰਮੇਸ਼ੁਰ ਦਾ ਮਾਣ ਹੈ ਹੀ ਨਹੀਂ। ਪਰਮੇਸ਼ੁਰ ਨੂੰ ਮਾਣ ਕਿੱਥੇ ਹੈ? ਇਹ ਦੋ ਥਾਂ ਹੋਇਆ ਹੋਇਆ, ਇੱਕ ਇਹਦਾ ਮਾਣ ਜਿਹੜਾ ਮਨ ਨੂੰ ਹੈ, ਸਾਧੋ ਮਨ ਕਾ ਮਾਣ ਤੇ ਅੱਗੋ, ਮਾਣ ਮਨ ਨੂੰ ਹੈ, ਮਨ ਆਪਣਾ ਅਹੰਕਾਰ ਮਾਣ ਛੱਡ ਦੇਵੇ ਵੀ ਮੈਂ ਆਹ ਕਰ ਸਕਦਾ, ਮੈਂ ਉਹ ਕਰ ਸਕਦਾ, ਮੇਰਾ ਕੀ ਤਾਂ ਹੋਜੂ, ਮੇਰਾ ਕੀ ਤਾਂ ਹੋਜੂ, ਇਹ ਜੇ ਛੱਡ ਦੇਵੇ, ਇਹ ਜੀਵਨ ਮੁਕਤ ਹੈ। ਜੀਵਨ ਮੁਕਤ ਕਾਲ 'ਤੇ ਪਰੇ ਚਲਾ ਗਿਆ। ਇਹਦਾ ਆਪਣਾ, ਸਾਡਾ ਆਪਣਾ ਹੁਕਮ ਹੀ ਕਾਲ ਪੁਰਖ ਹੈ। ਸਾਡਾ ਆਪਣਾ ਜਿਹੜਾ ਹੁਕਮ ਹੈ ਨਾ, ਆਪਣਾ ਭਾਣਾ ਜਿਹੜਾ, ਆਪਣੇ ਭਾਣੇ ਚੱਲੇ ਭਾਈ, ਵਿਛੜ ਚੋਟਾਂ, ਚੋਟ ਕਾਹਦੀ? ਅਕਾਲ ਦੀ ਚੋਟ ਹੈ, ਮੌਤ ਦੀ ਚੋਟ ਹੈ, ਉਹੀ ਤਾਂ ਚੋਟ ਹੈ। ਜਮਕਾ ਡੰਡ, ਉਹੀ ਤਾਂ ਡੰਡ ਹੈ ਜਮਕਾ, ਇਹ ਮਰਨਾ ਚਾਹੁੰਦਾ ਨਹੀਂ। ਜੋ ਮਰਨਾ ਚਾਹੁੰਦਾ ਨਹੀਂ, ਲਿਖਾ ਕੇ ਆਇਆ ਹੋਇਆ ਮਰਨਾ, ਅਤੇ ਬਾਕੀ ਤਾਂ ਹੋਇਆ ਹੋਇਆ ਨਾ, ਫਿਰ ਤੂੰ ਤਾਂ ਸਮਾਂ ਆ ਜਾਣਾ। ਫਿਰ ਇਹ ਕਹਿੰਦਾ ਮੈਂ ਤਾਂ ਹਸਪਤਾਲ 'ਚ ਦਾਖਲ ਹੋ ਜੂਗਾ, ਦਵਾਈ ਲਿਆਊਂਗਾ, ਉਹ ਕਹਿੰਦੇ ਅਸੀਂ ਦਵਾਈ ਬਣਾ ਲਾਂਗੇ, ਅਮਰ ਹੋ ਜਾਵਾਂਗੇ। ਇਹ ਜਿਹੜੀਆਂ ਗੱਲਾਂ ਕਰਦੇ, ਸਰੀਰ ਰੱਖ ਲਾਂਗੇ ਜਿਹੜੇ ਆਦਮੀ,
ਉਹਨਾਂ ਦੇ ਖਿਲਾਫ ਬੋਲੀ ਹੋਈ ਭਗਤੀ ਹੈ। ਜਿਹੜੇ ਪ੍ਰਚਾਰ ਕਰਦੇ ਨੇ ਸਾਡੇ ਸਰੀਰ ਫਲਾਨਾ ਚਲਾ ਗਿਆ, ਢੀਂਗੜਾ ਚਲਿਆ ਗਿਆ, ਉਹਨਾਂ ਦੇ ਖਿਲਾਫ ਇਹ ਹੈਗਾ। ਇਹ ਮੌਲਾ ਵਾਲੇ ਸੰਤਾਂ ਦੇ ਝੂਠੇ ਧਰਮਾਂ ਦੇ ਖਿਲਾਫ ਹੈ ਭਗਤੀ ਇਹ। ਕਾਲ ਪੁਰਖ ਕਾ ਮਰਦਾ ਮਹਾਨ, ਕਲਪਣਾ ਮਨ ਦਾ ਮਾਨ ਮਾਰਤਾ, ਮਨ ਨੂੰ ਜਿੱਤ ਲਿਆ, ਮਨ ਨੂੰ ਲੜੇ ਕਿਹਾ ਨਾ ਪਹਿਲਾਂ, ਮੁੱਲਾ ਸੋ ਜੋ ਮਨਸੋ ਲੜੇ, ਮਨ ਨਾਲ ਲੜਿਆ, ਮਨ ਜਿੱਤ ਲਿਆ, ਮਨ ਜਿੱਤੇ ਜਗਜੀਤ। ਉਹ ਜਗ ਨੂੰ ਜਿੱਤਣਾ, ਮਨ ਨੂੰ ਜਿੱਤਣਾ ਛੋਟੀ ਜਿਹੀ ਗੱਲ ਨਹੀਂ ਹੈ। ਮਨ ਦਾ ਹੁਕਮ ਛੋਟੀ ਗੱਲ ਨਹੀਂ, ਪਰਮੇਸ਼ਰ ਦੇ ਖਿਲਾਫ਼ ਜੇ ਮਨ ਦਾ ਸਾਡਾ ਆਪਣਾ ਹੁਕਮ ਖੜਾ ਹੈ, ਸਾਡਾ ਜਿਹੜਾ ਆਪਣਾ ਹੁਕਮ ਹੈ ਨਾ, ਆਪਣੀ ਮਰਜ਼ੀ ਹੈ, ਇਹਦਾ ਨਾਂ ਅਹੰਕਾਰ ਹੈ, ਇਹ ਨਾਮ ਦੇ ਮੁਕਾਬਲੇ 'ਚ ਖੜਾ, ਛੋਟੀ ਗੱਲ ਨਹੀਂ ਹੈ। ਸਭ ਤੋਂ ਸ਼ਕਤੀਸ਼ਾਲੀ ਆਪਣਾ ਹੁਕਮ ਹੈ, ਆਪਣਾ ਪਾਲੋ। ਬੁੱਧੀ ਨੂੰ ਇਹ ਕਿਸੇ ਪਾਸੇ ਹਿੱਲਣੇ ਨਹੀਂ ਦਿੰਦਾ, ਬੁੱਧੀ ਦਾ ਨਾਸ ਕੀਤਾ ਪਿਆ ਨੇ, ਲਗਾਤਾਰ ਜੀਵਨ ਖਰਾਬ ਕਰਦਾ ਰਹਿੰਦਾ ਹੈ। ਇੱਥੇ ਆ ਕੇ ਜੋ ਇੱਛਾ ਪੈਦਾ ਹੁੰਦੀ ਹੈ, ਮਨ 'ਚ ਬਾਗੀ ਹੋ ਜਾਂਦਾ, ਮਵਾਸੀ ਰਾਜਾ ਹੋ ਜਾਂਦਾ, ਸਾਰਾ ਜੀਵਨ ਖਰਾਬ ਕਰ ਦਿੰਦਾ। ਬੁੱਧ ਦੀ ਪੇਸ਼ ਜਾਣ ਨਹੀਂ ਦਿੰਦਾ, ਚੇਤਰ ਬੁੱਧ ਦੀ ਇੱਥੇ ਹੀ ਕਿਹਾ, ਸਿੰਧ ਅੰਦਰਲਾ ਸਿੰਧ ਹੈ, ਚਿੱਤ ਸਿੰਧ ਹੈ ਨਾ, ਸਿੰਧ ਨੂੰ ਆਜ ਕੇ ਬਸ ਕਿਹਨੂੰ ਆ ਕੇਹਰ, ਉਹ ਸ਼ੇਰ ਨੂੰ ਬੱਕਰੇ ਦੇ ਬਸ ਚ ਕਰਤਾ, ਸ਼ੇਰ ਪਿੰਜਰੇ ਜਾਂ ਬੱਕਰਾ ਬਾਹਰ ਛੱਡਤਾ ਚੁਗਲ, ਉਹ ਪਿੰਜਰੇ ਵਾਲਾ ਬੱਕਰੇ ਨੂੰ ਦੱਸ ਕੀ ਕਰੇ, ਉਹ ਤਾਂ ਪਿੰਜਰੇ 'ਚ ਬੰਦ ਹੈ, ਉਹ ਤਾਂ ਜਾ ਨਹੀਂ ਸਕਦਾ ਉੱਥੇ ਛੱਡ ਕੇ, ਉਹਦਾ ਸਾਹ ਲੈਂਦਾ, ਉਹ ਨਹੀਂ ਆ ਸਕਦਾ ਛੱਡ ਕੇ ਪਿੰਜਰੇ ਨੂੰ, ਜੇ ਛੱਡ ਕੇ ਜਾਊਗਾ ਫਿਰ ਤਾਂ ਬੱਕਰਾ ਮਰੂਗਾ ਹੀ, ਜੇ ਬੱਕਰਾ ਮਰ ਗਿਆ ਫਿਰ ਉਹ ਤਾਂ ਸਰੀਰ ਵੀ ਚਲਾ ਗਿਆ, ਫਿਰ ਉਹਨੇ ਕੀ ਕਰਨਾ, ਫਿਰ ਖੇਡ ਖਤਮ ਹੋ ਗਿਆ। ਉਹ ਪਿੰਜਰੇ ਜੋ ਬਾਹਰ ਨਹੀਂ ਜਾ ਸਕਦਾ ਛਾਤੀ ਚੋਂ, ਛਾਤੀ ਪਿੰਜਰਾ, ਹਾਂ ਇਹ ਪਿੰਜਰੇ ਮੇਰਾ ਸੌ ਵਸਾ, ਬਸ ਕੀ ਕਰਦਾ ਉਹਦਾ ਪਿੰਜਰੇ 'ਚ ਬੰਦ ਕਰਦਾ, ਬੱਕਰਾ ਛੱਡਦਾ ਬਾਹਰ ਚੋਣ, ਬੱਕਰੇ ਦੀ ਮਰਜ਼ੀ ਹੈ, ਹੁਣ ਸ਼ੇਰ ਦੀ ਨਹੀਂ ਪਰਵਾਹ, ਉਹਨੂੰ ਪਤਾ ਵੀ ਸ਼ੇਰ ਤਾਂ ਮੇਰੇ ਪਿੱਛੇ ਕਰੇ ਨਹੀਂ ਸਕਦਾ, ਇਸ ਕਰਕੇ ਪਰਵਾਹ ਨਹੀਂ ਕਰਦਾ ਇਹ ਚਿੱਤ ਦੀ ਮਨ। ਬੁੱਧੀ ਦੇ ਗਹਿਣੇ 'ਚ ਨਹੀਂ ਹੈ, ਬੁੱਧੀ ਇਹਦੇ ਮਗਰ ਲੱਗੀ ਹੋਈ ਹੈ, ਇਸ ਕਰਕੇ ਮਨ ਵਿੱਚ ਉਰੇ ਰਾਮ ਚੰਦ, ਉਹ ਸ਼ੇਰ ਬੈਠਾ ਰਾਮ ਚੰਦ ਝੂਰਦਾ ਹੀ ਹੈ ਹੁਣ ਪਿੰਜਰੇ 'ਚ, ਮੈਂ ਬੁਰਾ ਫਸਿਆ, ਜੇ ਸਾਹ ਛੱਡਦਾ ਤਾਂ ਗਈ ਕੱਢ, ਫਿਰ ਸਰੀਰ ਗਿਆ, ਸਰੀਰ ਗਿਆ ਫਿਰ ਕਰਨਾ ਕੀ ਹੈ, ਇਹ ਦੋਵੇਂ ਮੇਰੀ ਗੱਲ ਸੁਣਦੇ ਨਹੀਂ, ਸੀਤਾ ਲਛਮਣ ਜੋਗ ਇਹ ਦੋਵੇਂ ਇੱਕ ਹੋਏ ਹੋਏ ਨੇ, ਮੇਰੀ ਸੁਣਦਾ ਕੋਈ ਨਹੀਂ, ਉਹ ਗੱਲਾਂ ਇਹ ਨੇ, ਸੀਤਾ ਲਛਮਣ ਪਤਾ ਨਹੀਂ ਕਿਹੜਾ ਲਈ ਫਿਰਦੇ ਨੇ, ਇਹਨਾਂ ਦਾ ਸੀਤਾ ਲਛਮਣ ਉਹੀ ਰਮਾਇਣ ਵਾਲਾ ਹੋ ਗਿਆ, ਉਹ ਤਾਂ ਸ਼ੁੱਧ ਕੀਤੀ ਹੈ, ਰਮਾਇਣ ਗਲਤ ਲਿਖੀ ਹੋਈ ਹੈ, ਆਈ ਹੈ ਰਾਮ ਕੀ ਕਥਾ, ਇਹ ਹਰ ਕੀ ਕਥਾ ਇਹੀ ਹੈ, ਸਭ ਤੋਂ ਉੱਤਮ ਹਰ ਕੀ ਕਥਾ ਪੰਜਵੇਂ ਪਾਤਸ਼ਾਹ ਨੇ ਕਿਹਾ, ਤਾਂ ਕਬੀਰ ਨੇ ਰਾਜਾ ਰਾਮ ਕੀ ਕਹਾਣੀ ਹੋ ਕੇ ਹੈ, ਉਹਨੇ ਰਮਾਇਣ ਬਣਾਈ ਹੈ, ਜਾਣੀ ਜਾਣੀ ਨੇ ਰਾਜਾ ਰਾਮ ਕੀ ਕਹਾਣੀ, ਉਹਨੇ ਰਾਮ ਕੀ ਕਹਾਣੀ ਕਿਹਾ, ਉਹਨੇ ਨਹੀਂ ਕਿਹਾ ਹੈਗਾ ਹਰ ਕੀ ਕਥਾ, ਹਰ ਕੀ ਕਥਾ ਕਿਉਂ ਕਿਹਾ ਪੰਜਵੇਂ ਪਾਤਸ਼ਾਹ ਨੇ, ਉਹਨਾਂ ਨੇ ਕ੍ਰਿਸ਼ਨ ਵਾਲੀ ਝੂਠੀ ਕਰਤੀ ਮਹਾਂਭਾਰਤ, ਉਹਨਾਂ ਨੇ ਮਹਾਂਭਾਰਤ ਹਰਕੀ ਤਾਂ ਝੂਠੀ ਕਰਤੀ, ਇਹਨੇ ਰਮਾਇਣ ਝੂਠੀ ਕਰਤੀ ਕਹਿ ਕੇ, ਕਿਉਂਕਿ ਉਹ ਤਾਂ ਕ੍ਰਿਸ਼ਨ ਉਹਦੇ ਵਿੱਚ ਆਉਂਦਾ ਨਾ, ਮਹਾਂਭਾਰਤ ਵਿੱਚ ਕ੍ਰਿਸ਼ਨ ਆਊਗਾ, ਗੀਤਾ ਵਿੱਚ ਦੋਵਾਂ ਨੇ ਦੋਵੇਂ ਦੋਵਾਂ ਦੀ ਅੱਡ ਅੱਡ ਸੰਸ਼ੋਧਨ ਕਹਿਤਾ ਵੀ, ਇਹ 'ਚ ਵੀ ਸੰਸ਼ੋਧਨ ਹੈ, ਇਹ 'ਚ ਵੀ ਸੰਸ਼ੋਧਨ। ਹਾਂਜੀ, ਕਾਲ ਪੁਰਖ ਕਾ ਮਰਦਾ ਮਾਨ, ਕਾਲ ਪੁਰਖ ਕੌਣ ਹੈ, ਕਾਲ ਪੁਰਖ ਮਾਨ ਕਾਲ ਪੁਰਖ ਹੈ, ਕਾਲ ਵਾਸਾ ਹੈ ਨਾ, ਪੁਰਖ ਹੁੰਦਾ ਜਿਹੜਾ ਪੂਰਾ ਸਿਰੇ ਚਾੜ ਦੇਵੇ, ਪੂਰਾ ਕਰ ਦੇਵੇ, ਇਹ ਕਾਲ ਤੱਕ ਪੂਰਾ ਪਹੁੰਚਾ ਦਿੰਦਾ, ਕਾਲ ਤੱਕ ਲੈ ਜਾਂਦਾ ਹੈ, ਕਾਲ ਤੱਕ ਲੈ ਜਾਣਾ, ਮੌਤ ਤੱਕ ਲੈ ਜਾਣਾ, ਜੇ ਮਨ ਜਿਉਂਦਾ ਮੌਤ ਤੱਕ ਚਲੇ ਜਾਵਾਂਗੇ, ਮਨ ਕੇ ਜੀਤੇ ਹਾਰ ਹੈ, ਜੇ ਮਨ ਜਿੱਤ ਗਿਆ ਨਾ ਵਰਿਆ ਨਾ
ਜਿਵਲ ਦੀ ਬਾਜੀ ਹਾਰ ਗਿਆ, ਫਿਰ ਮੌਤ ਦਾ ਗਲਾਸ ਬਣ ਗਿਆ, ਫਿਰ ਭਰਮ ਦੇ ਅੰਡੇ 'ਚ ਬੰਦੇ ਰਹਿ ਗਿਆ, ਮਰ ਕੇ ਹਾਰੇ ਜੀਤ। ਜੇ ਮਨ ਹਾਰ ਬਣ ਗਿਆ, ਜੇ ਬੱਕਰਾ, ਬੱਕਰਾ ਕੀ ਹੈ, ਬੱਕਰਾ ਮਾਨ ਹੈ, ਛੱਡਿਆ ਤਾਂ ਜ਼ਰੂਰ ਬਾਹਰ ਹੋਇਆ, ਸ਼ੇਰ ਤੋਂ ਵੱਗ ਗਈ ਹੈ, ਪਰ ਕੁੱਤੇ ਵੀ ਮਗਰ ਲੱਗੇ ਇਹਨਾਂ ਦੇ। ਆ ਜਿਹੜੇ ਬਕਾਲ ਨੇ ਕੁੱਤੇ ਨੇ, ਇਹਦੇ ਮਗਰ ਕੁੱਤੇ ਵੀ ਲਾਏ ਜਾਂਦੇ, ਮਗਰ ਖਤਰਾ ਕੁੱਤਿਆਂ ਦਾ ਹੈਗਾ ਇਹਨੂੰ। ਕੁੱਕਰ ਲਾਇਆ ਨੇ ਨਾ, ਤਾਂ ਉਹਨੇ ਕਿਹਾ ਬਈ ਜਿਹੜੇ ਗਿੱਦੜ ਮਗਰ ਲੱਗੇ ਨੇ ਬਾਹਰਲੇ ਕੁੱਤੇ ਗਿੱਦੜੇ ਹੁੰਦੇ ਨੇ, ਜੰਗਲੀ ਬੱਕਰਿਆਂ ਨੂੰ ਗਿੱਦੜ ਫੜ ਲੈਂਦੇ ਨੇ, ਮਾਰ ਲੈਂਦੇ ਨੇ, ਕੁੱਤੇ ਵੀ ਹੁੰਦੇ ਨੇ ਬਾਹਰ ਜੰਗਲੀ। ਉਹ ਕਹਿੰਦਾ ਬਈ ਸਿੰਘਣੀ ਛਾਣ ਆ ਜਾ, ਫਿਰ ਆ ਗਿੱਦੜ ਕੁੱਤਿਆਂ ਤੋਂ ਖੇਡਾਉਂਦੀ ਹੈ। ਜੇ ਸਿੰਘ ਦੀ ਛਾਣ ਚਲਾ ਜਾਵਾਂ ਤਾਂ ਇਹ ਬਾਹਰ ਸ਼ੇਰ ਇੱਕ ਹੈ, ਗਿੱਦੜ ਕੁੱਤੇ ਜ਼ਿਆਦਾ ਨੇ, ਇਹਦੀ ਛਾਣ ਚਲੇ ਜਾਓ। ਇਹ ਛਾਣ ਗਾ ਇਹਨੂੰ ਕਹਿੰਦੇ, ਸ਼ੇਰ ਕੁਛ ਨਹੀਂ ਕਹਿੰਦਾ, ਛਾਣ ਆਏ ਤੇ ਸਰ ਕੰਠ ਲਾਏ। ਜਦੋਂ ਇਹ ਸਮਝ ਆ ਗਈ ਵੀ ਜਿਹੜਾ ਛਾਣ ਚਲਾ ਜਾਂਦਾ ਉਹਨੂੰ ਨਹੀਂ ਕੁਛ ਕਹਿੰਦਾ, ਹੈ ਖਾਂਦਾ ਨਹੀਂ ਹੈ ਸ਼ੇਰ, ਐਵੇਂ ਡਰ ਲੱਗਦਾ, ਫਿਰ ਉਹ ਬਸ ਭੱਜ ਕੇ ਛੰਡ ਚਲਾ ਜਾਂਦਾ। ਇਹ ਗੱਲ ਸਮਝ ਕੇ ਸ਼ੇਰ ਦੀ ਛੰਡ ਚਲਾ ਜਾਂਦਾ, ਫਿਰ ਗਿੱਦੜ ਕੁੱਤਿਆਂ ਦਾ ਡਰ ਨਹੀਂ ਰਹਿੰਦਾ, ਫਿਰ ਬਾਹਰ ਦਾ ਡਰ ਨਹੀਂ ਰਹਿੰਦਾ ਇਹਨੂੰ। ਇਸ ਕਰਕੇ ਇੱਕ ਭੈ ਹੈ ਜਿਹੜੀ, ਇੱਕ ਭੈ ਕਬੀਰ ਕਹਿ ਰਿਹਾ ਨਾ, ਇੱਕ ਭੈ ਕਹਿੰਦੀ ਹੈ ਸ਼ੇਰ ਦੀ, ਵੱਡੀ ਭੈ ਸ਼ੇਰ ਦੀ ਹੈ। ਜੇ ਇਹ ਭੈ ਨੂੰ ਮੰਨ ਲਵੇ ਤਾਂ ਜਿਹੜੀ ਬਹੁਤੇ ਆ ਜਾਨਵਰਾਂ ਦੀ ਭੈ ਆ ਬਾਹਰ ਲਈ, ਉਹ ਖਤਮ ਹੋ ਜਾਂਦੀ ਹੈ। ਇਸ ਨੂੰ ਕਹਿ ਡੱਡਾ ਡਰ ਉਪਜਾ, ਡਰ ਜਾਈ। ਜੇ ਡਰ ਪੈਦਾ ਹੋ ਜਾਏ ਪਾਣੀ 'ਚ ਰਹਿਣ ਦਾ, ਸ਼ੇਰ ਦਾ ਡਰ ਚੱਕਿਆ ਜਾਵੇ, ਸਾਰੇ ਡਰ ਜਿਹੜੇ ਨੇ ਬਾਕੀ ਜਾਨਵਰਾਂ ਦੇ ਸਾਰੇ ਖਤਮ ਹੋ ਜਾਂਦੇ, ਕੋਈ ਡਰ ਵੀ ਨਹੀਂ ਰਹਿੰਦਾ। ਸੰਸਾਰ ਦਾ ਕੋਈ ਡਰ ਰਹਿੰਦਾ ਹੀ ਨਹੀਂ, ਸੰਸਾਰ 'ਚ ਡਰ ਬਹੁਤੇ ਨੇ, ਪਾਣੀ ਦਾ ਡਰ ਇੱਕੋ ਹੀ ਹੈ। ਇਹ ਗੱਲ ਉਪਦੇਸ਼ ਦੇ ਵਿੱਚੋਂ ਪਤਾ ਲੱਗਦਾ, ਇਹੀ ਗੁਰ ਉਪਦੇਸ਼ ਹੈ। ਇਹੀ ਕਹਿ ਰਹੇ ਨੇ ਗੁਰ ਉਪਦੇਸ਼ ਕਾਲ ਸੋ ਜੁੜਿਆ, ਕਾਲ ਨੂੰ ਮਨ ਨਾਲ ਜੁੜ ਜਾਵੇ ਸਮਝਾਉਣ ਉਹਨੂੰ, ਮਨ ਨੂੰ ਸਮਝਾਉਣਾ, ਸਮਝਾਉਣਾ ਲੜਨਾ ਇੱਕੋ ਗੱਲ ਹੁੰਦੀ ਹੈ, ਸਮਝਾਉਣਾ ਹੀ ਲੜਨਾ ਇਹਦੇ ਨਾਲ। ਘਰ ਵਿੱਚ ਜਿਹੜੀ ਲੜਾਈ ਹੁੰਦੀ ਹੈ ਇੱਕ ਦੂਜੇ ਨੂੰ ਸਮਝਾਈਦਾ ਹੀ ਹੁੰਦਾ ਵੀ ਆਹ ਗੱਲ ਐਂ ਨਹੀਂ ਸੀ, ਐਂ ਉਹਨੂੰ ਚਾਹੇ ਲੜਾਈ ਕਹਿ ਲਓ ਚਾਹੇ ਸਮਝਾਉਣਾ ਕਹਿ ਲਓ, ਇੱਥੇ ਵਿਰੋਧੀ ਵਾਰਤਾਲਾਪ ਹੈ, ਲੜਾਈ ਹੁੰਦੀ ਹੈ। ਗਿਆਨ ਕਣਕ ਦੀ ਵੀ ਉਹੀ ਲੜਾਈ ਹੈ, ਚਾਹੇ ਉਹਨੂੰ ਡਿਬੇਟ ਕਹਿ ਲਓ ਸਿੱਧਾ ਨਾਲ ਜੋਗੀਆਂ ਨਾਲ, ਗੁਰੂ ਨਾਨਕ ਦੀ ਜਾਂ ਭਗਤਾਂ ਦੀ, ਪੰਡਿਤਾਂ ਨਾਲ, ਪਾਂਡਿਆਂ ਨਾਲ, ਚਾਹੇ ਉਹਨੂੰ ਲੜਾਈ ਕਹਿ ਲਓ, ਮਨਮੁੱਖਾਂ ਨਾਲ ਚਾਹੇ ਲੜਾਈ, ਗਿਆਨ ਚਰਚਾ ਜਿਹੜੀ ਹੈ ਇਹ ਕਿਸਮ ਦੀ ਲੜਾਈ ਹੁੰਦੀ ਹੈ। ਪਰ ਇਹ ਕੋਲਡ ਵਾਰ ਹੈ, ਇਹਨੂੰ ਕੋਲਡ ਵਾਰ ਕਹਿੰਦੇ ਨੇ, ਜਿਹੜੀ ਦੂਜੀ ਗਰਮ ਹੋ ਜਾਂਦੀ ਹੈ ਉਹ ਫਿਰ ਛੇਵੇਂ ਪਾਸ਼ਾ ਨੇ ਲੜੀ, ਉਹ ਫਿਰ ਬਾਅਦ 'ਚ ਲੜੀ, ਉਹ ਗਰਮ ਹੁੰਦੀ ਹੈ, ਉੱਥੇ ਬੰਦੂਕਾਂ ਤੋਪਾਂ, ਉੱਥੇ ਪਸੀਨਾ ਆਉਂਦਾ, ਇਹ ਪਸੀਨਾ ਨਹੀਂ ਆਉਂਦਾ। ਹਾਂਜੀ, ਕਾਲ ਪੁਰਖ ਕਾ ਮਰਦਾ ਮਾਨ, ਤਿਸ ਬੁੱਲਾ ਕੋ ਸਦਾ ਸਲਾਮ। ਜਿਹੜਾ ਕਾਲ ਪੁਰਖ ਦਾ ਮਾਨ ਮਰ ਦਵੇ, ਜਿਹੜਾ ਜਾਣੀ ਜੀਵਨ ਮੁਕਤ, ਜਿਹੜਾ ਮਨ ਨੂੰ ਸਮਝਾ ਲਵੇ, ਐਂ ਸਮਝ ਲਓ ਮਨ ਨੂੰ ਬਣਾ ਲਵੇ ਆਪਣੇ ਨੂੰ, ਮਨ ਦੀ ਵਜ੍ਹਾ ਨਾਲ ਕਾਲ ਆ, ਕਾਲ ਦੇ ਚੱਕਰ 'ਚ ਮਨ ਦੀ ਵਜ੍ਹਾ ਨਾਲ ਅਸੀਂ ਆਹ ਜਿਹੜਾ ਤਿੰਨ ਲੋਕ ਨੇ ਨਾ, ਤਿੰਨ ਲੋਕ ਕਾਲ ਦੇ ਬਸ ਨੇ, ਸੱਚਖੰਡ 'ਤੇ ਤਾਂ ਕਾਲ ਦਾ ਰਾਜ ਹੈ ਨਹੀਂ, ਜਿੱਥੇ ਤੱਕ ਮਾਇਆ ਉੱਥੇ ਤੱਕ ਕਾਲ ਹੈ, ਮਾਇਆ ਮਨ ਨਹੀਂ ਛੱਡਦਾ, ਮਾਇਆ ਮਨ ਦਾ ਮਿਸਰ ਹੈ। ਜੇ ਮਾਇਆ ਦਾ ਮੋਹ ਤਿਆਗ ਦੇਵੇ ਮਨ, ਤਾਂ ਇਹਦੀ ਜਿਹੜੀ ਕਲਪਨਾ ਇੱਛਾ ਆਪੇ ਬੰਦ ਹੋ ਗਈ, ਮਾਇਆ ਦੀ ਇੱਛਾ ਬੰਦ ਹੋ ਜਾਏ, ਇਹ 'ਚੋਂ ਮਾਇਆ ਬਾਰੇ ਸੋਚਣਾ ਹੀ ਬੰਦ ਕਰ ਦੇਵੇ, ਬਸ ਇਹੀ ਗੱਲ ਹੈ। ਕਾਲ ਦੇ ਚੱਕਰ 'ਚੋਂ ਬਾਹਰ ਚਲਿਆ ਗਿਆ, ਕਾਲ ਪੁਰਖ ਕਾ ਮਰਦਾ ਤਿਸ ਮੁੱਲਾਂ ਕੋ ਸਦਾ ਸਲਾਮ, ਤਿਸ ਪੰਡਿਤ ਕੋ ਸਦਾ ਆਦੇਸ਼। ਉੱਥੇ ਪੰਡਿਤ ਨੂੰ ਆਦੇਸ਼ ਦੀ ਗੱਲ ਕੀਤੀ, ਇੱਥੇ ਮੁੱਲਾਂ ਦੀ ਗੱਲ ਕੀਤੀ ਹੈ।
ਕਬੀਰ ਕਹਿ ਰਿਹਾ ਤਿਸ ਮੁੱਲਾਂ ਕੋ ਸਦਾ ਸਲਾਮ, ਪੰਜਵੇਂ ਪਾਤਸ਼ਾਹ ਕਹਿ ਤਿਸ ਪੰਡਿਤ ਕੋ ਸਦਾ ਆਦੇਸ਼। ਸਦਾ ਲਫ਼ਜ਼ ਵਰਤਿਆ, ਉੱਥੇ ਸਲਾਮ ਹੈ, ਉੱਥੇ ਆਦੇਸ਼ ਵਰਤਿਆ ਹੋਇਆ। ਹੈ ਹਜ਼ੂਰ ਕਦ ਦੂਰ ਬਤਾਵੂ, ਦੁੰਦਰ ਬੰਧੂ ਸੁੰਦਰ ਪਾਵੂ। ਹੈ ਹਜ਼ੂਰ, ਉਹ ਤਾਂ ਹਰ ਵਕਤ ਹਾਜ਼ਰ ਹੈ ਤੁਹਾਡੇ ਨਾਲ ਖੜਾ। ਇਹ ਗੱਲ ਅਲੱਗ ਹੈ ਕਿ ਸਾਡੇ ਕੋਲ ਅੱਖ ਨਹੀਂ ਦੇਖਣ ਵਾਲੀ, ਅਸੀਂ ਬਾਹਰ ਨੂੰ ਜਾਗਦੇ। ਬਾਹਰ ਨੂੰ ਜਾਗਦੇ ਹਾਂ, ਉਹ ਪਿੱਠ ਪਿੱਛੇ ਖੜਾ। ਕਿਰਨਾਂ ਨੂੰ ਬਹੁਤ ਕੁਝ ਦਿੰਦਾ ਸੂਰਜਿਆਂ ਨੂੰ, ਪਰ ਸੂਰਜ ਨਹੀਂ ਦਿੰਦਾ, ਉਹ ਮੂੰਹ ਦੂਏ ਪਾਸੇ ਨੂੰ ਹੈ ਨਾ। ਬਸ ਇਹ ਜਿਹਾ ਗੱਲ ਹੈ, ਮੂੰਹ ਦੂਏ ਪਾਸੇ ਨੂੰ ਬਣਦਾ, ਅੱਖਾਂ ਨਹੀਂ ਦੇਖਦਾ। ਗਿਆਨ ਇੰਦਰੀਆਂ ਤੇ ਬਾਹਰ ਨੂੰ ਦੇਖਦਾ, ਸੋਚਦਾ ਬਾਹਰ ਨੂੰ, ਪਿੱਛੇ ਨੂੰ ਨਹੀਂ ਦੇਖਦਾ ਤੇਰੀ ਉਤਪਤੀ ਕਿੱਥੋਂ ਹੈ। ਅੰਦਰ ਨੂੰ ਨਹੀਂ ਧਿਆਨ ਮਾਰ ਕੇ ਦੇਖਦਾ। ਹਜ਼ੂਰ ਕਦ ਦੂਰ ਬਤਾਵੂ, ਉਹ ਜੇ ਪਿੱਛੇ ਪਾਸੇ ਨੂੰ ਮੁੜ ਕੇ ਦੇਖੀਏ ਨਾਲੇ ਖੜਾ ਸਾਡੇ। ਦੁੰਦਰ ਵਾਧੂ ਸੁੰਦਰ ਪਾਵੂ, ਸਮੈਲ ਆਉਂਦੀ ਹੈ ਸਾਨੂੰ, ਖੁਸ਼ਬੂ ਆਉਂਦੀ ਹੈ ਫੁੱਲ ਤੋਂ, ਫੁੱਲ ਦੂਰ ਹੁੰਦਾ ਖੁਸ਼ਬੂ ਇੱਥੇ ਆਉਂਦੀ ਹੈ। ਜਿੱਥੇ ਸਾਨੂੰ ਖੁਸ਼ਬੂ ਆਉਂਦੀ ਹੈ ਉੱਥੋਂ ਲੈ ਕੇ ਫੁੱਲ ਤਾਂ ਖੁਸ਼ਬੂ ਸਾਰੇ ਹੀ ਹੁੰਦੀ ਹੈ। ਇਹ ਨਹੀਂ ਹੈ ਵੀ ਇੱਥੇ ਹੈ ਰਾਜ ਹੈ ਨਹੀਂ, ਜਿੰਨੇ ਨੇੜੇ ਜਾਵਾਂਗੇ ਖੁਸ਼ਬੂ ਜ਼ਿਆਦਾ ਹੈ। ਫੁੱਲ ਤੋਂ ਲੈ ਕੇ ਜਿੱਥੇ ਤੱਕ ਖੁਸ਼ਬੂ ਮਹਿਸੂਸ ਹੋ ਰਹੀ ਹੈ ਸਾਰੇ ਹੀ ਖੁਸ਼ਬੂ ਹੈ। ਸਾਰੇ ਤਾਂ ਹੀ ਇੱਥੇ ਪਹੁੰਚਦੀ ਹੈ। ਫੁੱਲ ਔਰ ਖੁਸ਼ਬੂ ਇੱਕ ਨੇ ਦੋਏ, ਸਮੈਲ ਉੱਥੇ ਤੱਕ ਹੀ ਹੈ ਫੁੱਲ ਤੱਕ, ਫੁੱਲ ਦੇ ਵਿੱਚ ਵੀ ਹੈ ਬਾਹਰ ਵੀ ਹੈ, ਮਨ ਤਾਂ ਉਹਦੀ ਸਮੈਲ ਹੈ। ਪੋਪ ਮੱਧ ਜੈਸੇ ਬਸ ਬਸ ਹੈ, ਪਰ ਬਾਂਸ ਅੰਦਰ ਵੀ ਹੈ ਪੋਪ ਦੇ ਵਿੱਚ, ਫੁੱਲ ਦੇ ਵਿੱਚ ਬਾਂਸ ਬਾਹਰ ਵੀ ਹੈ। ਜਿਹੜੀ ਬਾਹਰ ਹੈ ਉਹ ਮਨ, ਜਿਹੜੀ ਫੁੱਲ ਦੇ ਬਾਹਰ ਬਾਸ ਹੈ ਉਹ ਮਨ, ਜਿਹੜੀ ਵਿੱਚ ਹੈ ਉਹ ਆਪ ਹੈ। ਵਿੱਚ ਵਾਲੀ ਦਾ ਰੂਪ ਹੋਰ ਹੈ, ਬਾਹਰ ਵਾਲੀ ਦਾ ਹੋਰ ਹੈ। ਵਿੱਚ ਵਾਲੀ ਤਾਂ ਕੱਢ ਲੈਂਦੇ ਨੇ, ਉਹਦਾ ਬਣਾ ਲੈਂਦੇ ਨੇ ਸੈਂਟ, ਬਾਹਰ ਵਾਲੀ ਇਕੱਠੀ ਹੋ ਕੇ ਨਹੀਂ ਸੈਂਟ ਬਣਦਾ। ਜਿਹੜੀ ਬਾਹਰ ਆ ਗਈ, ਜਿਹੜੀ ਹਵਾ 'ਚ ਆ ਗਈ, ਉਹਦਾ ਨਹੀਂ ਸੈਂਟ ਬਣਦਾ। ਜਿਹੜੀ ਫੁੱਲ ਦੇ ਵਿੱਚ ਹੈ ਉਹਦਾ ਬਣ ਜਾਂਦਾ, ਬਕਲੰਦ ਉਹਦਾ ਇਕੱਠਾ ਹੁੰਦਾ, ਉਹ ਇਕੱਠਾ ਕੀਤਾ ਜਾ ਸਕਦਾ, ਬਾਹਰ ਵਾਲੀ ਦਾ ਨਹੀਂ ਹੁੰਦਾ। ਪਰ ਹੈ ਇੱਕੋ ਹੀ ਦੋ ਚੀਜ਼ਾਂ, ਉਸੇ ਦਾ ਰੂਪ ਹੈ ਅੰਦਰ ਵਾਲੀ ਜਾਂ ਬਾਹਰ ਵਾਲੀ, ਉਸੇ ਦੇ ਵਿੱਚੋਂ ਆਈ ਹੋਈ ਹੈ। ਮੁਗਰ ਮਾਇਆ ਜੈਸੇ ਛਾਈ, ਤੈਸੇ ਯਾਰ ਬਸੇ ਨਿਰੰਤਰ, ਕਾਢੀ ਪੂਜੋ ਭਾਈ, ਕਾਢੀ ਖੋਜੋ ਭਾਈ। ਹਾਂਜੀ, ਦੁੰਦਰ ਬੰਧੂ ਸੁੰਦਰ ਪਾਵੂ, ਦੁੰਦਰ ਬੰਧੂ ਸੁੰਦਰ ਪਾਵੂ। ਦੁੰਦਰ ਕੀ ਹੁੰਦੀ ਹੈ? ਦੁੰਦ ਹੁੰਦਾ ਉਧਰੋਂ ਆਵਾਜ਼ ਆਉਂਦੀ, ਉਧਰੋਂ ਆਉਂਦੀ ਹੈ, ਇੱਧਰੋਂ ਨਗਾਰਾ ਵੱਜਦਾ, ਉਧਰੋਂ ਵੱਜਦਾ ਜੰਮਦਾ। ਇਹਦਾ ਮਤਲਬ ਜੇ ਇੱਧਰੋਂ ਬੰਦ ਹੋ ਗਏ ਨਗਾਰੇ, ਇਹਦਾ ਮਤਲਬ ਸਰੈਂਡਰ ਕਰਕੇ ਹੈ। ਇੱਕ ਪਾਸੇ ਤੇ ਧੰਸੇ ਨਗਾਰੇ ਜਾਂ ਬੰਦ ਹੋ ਗਏ ਨਾ, ਇੱਕ ਧਿਰ ਵਜਾ ਰਹੀ ਹੈ, ਇਹਦਾ ਮਤਲਬ ਦੂਜੀ ਧਿਰ ਨੇ ਹਰ ਮੰਨ ਲਈ, ਸਰੈਂਡਰ ਕਰ ਗਈ ਦੂਜੀ ਧਿਰ, ਜਵਾਬ ਨਹੀਂ ਦੇ ਰਹੀ। ਕਿਉਂਕਿ ਬਹੁਤ ਦੂਰ ਤੋਂ ਲੜਾਈ ਹੁੰਦੀ ਹੈ, ਦੂਰ ਤੋਂ ਆਵਾਜ਼ ਨਹੀਂ ਆਉਂਦੀ ਹੁੰਦੀ। ਹੁਣ ਤਾਂ ਮੋਬਾਈਲ ਹੋ ਗਏ, ਜਦ ਤਾਂ ਹੁੰਦਾ ਨਹੀਂ ਸੀ ਕੁਛ ਵੀ, ਜਦ ਤਾਂ ਇਹ ਸੀ ਵੀ ਨਗਾਰੇ ਜਾਂ ਧੰਸੇ ਬੰਦ ਹੋ ਗਏ ਨਾ ਦੂਜੀ ਧਿਰ ਦੇ, ਮੰਨ ਲਓ ਸਰੈਂਡਰ ਹੋ ਗਏ। ਬਸ ਲੜਾਈ ਉਹਨਾਂ ਨੇ ਛੱਡੇ ਬਈ, ਉਹਨਾਂ ਨੇ ਲੜਾਈ ਬੰਦ ਕਰਤੀ, ਹਾਰ ਮੰਨ ਲਈ, ਫਿਰ ਗੱਲਬਾਤ ਸ਼ੁਰੂ ਹੋ ਜਾਂਦੀ ਸੀ। ਫਿਰ ਬੰਦਾ ਭੇਜ ਕੇ ਉਧਰੋਂ ਉਧਰ ਹੀ ਗੱਲਬਾਤ ਸ਼ੁਰੂ ਹੋ ਜਾਂਦੀ ਸੀ। ਦੁੰਦਰ ਬੰਨਣੀ ਹੈ, ਜਿਹੜੀ ਮਨ ਦੀ ਸੁਰ ਹੈ ਬੰਨ ਦੇਣੀ ਹੈ, ਮਨ ਦਾ ਬੋਲਣਾ, ਮਨ ਨੇ ਚੁੱਪ ਧਾਰਨੀ ਹੈ। ਜਿਹਨੇ ਮਨ ਨੂੰ ਬੰਨ ਦਿੱਤਾ, ਚੁੱਪ ਕਰਤਾ, ਇਹਦਾ ਮੂੰਹ ਸੀਲਤਾ, ਮਨ ਦਾ ਮੂੰਹ ਸਿਉਂਤਾ, ਦੂਜੀ ਆਵਾਜ਼ ਨਿਕਲਣੀ ਬੰਦ ਕਰਤੀ। ਦੁੰਦਰ ਬੰਧੂ, ਦੋ ਆਵਾਜ਼ਾਂ ਨੇ ਨਾ ਉਧਰ, ਮਨ ਦੀ ਆਵਾਜ਼ ਜਿਹੜੀ ਹੈਗੀ, ਮਨ ਦਾ ਹੁਕਮ ਹੈ ਜਿਹੜਾ, ਮਨ ਦੀ ਇੱਛਾ ਬੰਦ ਹੋ ਗਈ ਹੈ, ਦੁੰਦਰ ਬੰਦ। ਪਰਮੇਸ਼ਰ ਦੀ ਇੱਛਾ ਰਹਿ ਗਈ, ਹੁਣ ਉਹਦੀ ਇੱਛਾ ਹੈ, ਉਹ ਆਪਣੀ ਇੱਛਾ ਖਤਮ ਕਰਤੀ। ਜਿਹਨੇ ਦੁੰਦਰ ਬੰਧੂ ਬੰਨੀ ਗਈ, ਦੂਜੀ ਸੁਰ ਬੰਨੀ ਗਈ,
ਦੁੰਦ ਹੁੰਦਾ, ਦੁੰਦ ਹੁੰਦਾ ਦੋ ਦੇ ਵਿੱਚ ਵਿਰੋਧ, ਵਿਰੋਧ ਜਿਹੜਾ ਸੀ ਖਤਮ ਹੋ ਗਿਆ, ਮਨ ਮਨ ਵਿਰੋਧ ਕਰਨ 'ਤੇ ਹਟ ਗਿਆ। ਦੁੰਦ ਹੁੰਦਾ ਦੋ ਪਾਸਿਆਂ ਦਾ ਹੀ, ਉਹ ਉਹ ਉੱਧਰ ਵਾਰ ਕਰਦਾ ਉੱਧਰ ਕਰਦਾ, ਪਰਮੇਸ਼ਰ ਦਾ ਵਾਰ ਆ ਰਿਹਾ ਇਹ ਜਵਾਬ ਨਹੀਂ ਦੇ ਰਿਹਾ, ਸਰੈਂਡਰ ਕਰਕੇ ਮਨ ਮਨ ਨੇ ਸਰੈਂਡਰ ਕਰਤਾ, ਮਨ ਦਬਾਮਾ ਨਹੀਂ ਵਜਾ ਰਿਹਾ ਆਪਣਾ ਪਾਸਾ, ਉੱਧਰ ਦਬਾਮਾ ਵੱਜ ਰਿਹਾ। ਦਬਾਮਾ ਅਸਲ ਜਦ ਵੱਜਦਾ ਹੁੰਦਾ ਜਦ ਫਤਿਹ ਹੋ ਜਾਏ, ਪਹਿਲਾਂ ਦਬਾਮਾ ਨਹੀਂ ਵੱਜਦਾ, ਪਹਿਲਾਂ ਨਗਾਰਾ ਵੱਜਦਾ। ਨਗਾਰੇ ਦੋ ਦੋ ਹੁੰਦੇ ਨੇ, ਦਬਾਮਾ ਜਦ ਵੱਜਦਾ ਜਾਂ ਜੰਗ, ਇੱਕੋ ਰਹਿ ਜਾਂਦਾ, ਫਿਰ ਜੰਗ ਸਮਾਪਤ ਹੋ ਜਾਏ, ਜਿਹੜੀ ਧਰ ਜਿੱਤ ਜਾਂਦੀ ਹੈ ਦਬਾਮਾ ਉਹਦਾ ਵੱਜਦਾ। ਗਗਨ ਦਬਾਮਾ ਜਾਂ ਵੱਜਿਆ ਨਾ ਤਾਂ ਵੱਜਿਆ ਜਾਂ ਦੁੰਦ ਖਤਮ ਹੋ ਗਈ, ਦੁੰਦਰ ਜਿਹੜੀ ਸੀ ਜਾਂ ਖਤਮ ਹੋ ਗਈ ਨਾ, ਫਿਰ ਗਗਨ ਦਬਾਮਾ ਵੱਜਿਆ। ਦਬਾਮਾ ਇੱਕੋ ਹੀ ਹੁੰਦਾ, ਬਹੁਤ ਵੱਡਾ ਹੁੰਦਾ ਆਕਾਰ 'ਚ, ਜਿਹੜਾ ਨਗਾਰਾ ਬਹੁਤ ਵੱਡਾ ਹੁੰਦਾ ਆਕਾਰ 'ਚ। ਇਹ ਡੋਰੂ ਡੋਰੂ ਦੇ ਦੋ ਪਾਸੇ ਹੁੰਦੇ ਨੇ, ਉਹ ਦੋ ਨਗਾਰੇ ਬਣਾ ਲਏ ਘੋੜੇ 'ਤੇ ਜਿਹੜੇ ਹੁੰਦੇ ਨੇ, ਦੋਹਰੇ ਨਗਾਰੇ ਕਹਿੰਦੇ ਉਹਨੂੰ, ਘੁਰੇ ਨਗਾਰੇ ਦੋਹਰੇ ਰਣ ਸੰਗਲੀ ਆਲੇ, ਉਹਨੇ ਦੋਹਰੇ ਨਗਾਰੇ ਨੇ, ਉਹਨਾਂ ਚ ਵਧਣ ਜਿੰਨਾ ਚਿਰ ਜੰਗ ਚੱਲਦੀ ਹੈ, ਜਾਂ ਦੋਵੇਂ ਪਾਸੇ ਨਗਾਰੇ ਵਧਣ ਜੰਗ ਚੱਲਦੀ ਹੈ ਉਹਨਾਂ ਚ। ਘੁਰੇ ਨਗਾਰੇ ਦੋਹਰੇ ਰਣ ਸੰਗਲੀ ਆਲੇ, ਦੋਹਾਂ ਪਾਸੇ ਤੋਂ ਨਗਾਰੇ ਵੱਜਦੇ ਨੇ, ਉੱਧਰੋਂ ਵੀ ਵੱਜਦੇ ਨੇ ਉੱਧਰੋਂ ਵੀ ਵੱਜਦੇ ਨੇ। ਤੂੜ ਲਪੇਟੇ ਤੂਹਰੇ ਸਰਦਾਰ ਜਟਾਲੇ, ਤੂੜਾ ਜੁੜ ਗਏ, ਬੜਬੜੀਆਂ ਜੱਟਾਂ ਦੇ ਸਰਦਾਰ ਸੀ ਜਿਹੜੇ। ਇਹ ਦੁੰਦਰ ਉਹੀ ਗੱਲ ਕਹਿ ਰਿਹਾ ਕਬੀਰ, ਇਹ ਉਸੇ ਜੰਗ ਦਾ ਨਕਸ਼ਾ ਹੈ, ਇਸੇ ਦੀ ਵਿਆਖਿਆ ਉੱਥੇ ਹੈ। ਜੇ ਤਾਂ ਪਤਾ ਹੁੰਦਾ ਇਹ ਕੀ ਕਹਿੰਦਾ, ਫਿਰ ਤਾਂ ਉਹਦੇ ਅਰਥ ਕਰਦੇ ਨਾ, ਉਹਦਾ ਪਤਾ ਨਾ ਇਹਦਾ, ਇਹਦਾ ਹੀ ਪਤਾ ਨਹੀਂ ਉਹਦਾ, ਕਿਵੇਂ ਪਤਾ ਲੱਗਦਾ। ਦੁੰਦਰ ਬੰਦੂ ਸੁੰਦਰ ਪਾਊ, ਫਿਰ ਕੀ ਹੈ, ਸੁੰਦਰ ਕੌਣ ਹੈ, ਰਮਈਆ ਸਾਂਭਲ, ਸੁੰਦਰ ਰਮਈਆ, ਮੇਰਾ ਮਨ ਲੱਗਾ ਤੋਹੇ। ਜਦ ਮਨ ਮੰਨ ਗਿਆ, ਲੜਾਈ ਬੰਦ ਕਰਤੀ, ਬੁੱਧੀ ਉੱਥੇ ਸਰੈਂਡਰ ਹੋ ਗਈ, ਜਾ ਕੇ ਮਨ ਨੂੰ ਲੈ ਕੇ ਬੁੱਧ ਸਰੈਂਡਰ ਹੋ ਗਈ। ਫਿਰ ਕਹਿ ਮਨ ਤਾਂ ਬੋਲਦਾ ਹੀ ਨਹੀਂ ਨਾ, ਮਨ ਉੱਥੇ ਜਾ ਕੇ ਵੀ ਨਹੀਂ ਬੋਲਦਾ, ਫਿਰ ਇਕੱਲੀ ਬੁੱਧੀ ਉਹ ਬੋਲਦੀ ਹੈ, ਮਨ ਨਹੀਂ ਬੋਲਦਾ। ਉਹਦੇ ਬਾਅਦ ਬੁੱਧੀ ਦੀ ਆਵਾਜ਼ ਨਿਕਲੂਗੀ, ਗੁਰਬਾਣੀ 'ਚ ਬੰਦੀ ਆਵਾਜ਼ ਹੈ ਹੀ ਨਹੀਂ ਕਿਤੇ, ਉਹ ਤਾਂ ਪਹਿਲਾਂ ਪਹਿਲਾਂ ਬੰਦੀ ਆਵਾਜ਼ ਆਊ ਕਿਤੇ। ਜਦੋਂ ਅਸੀਂ ਅਰਥ ਕਰਨੇ ਨੇ ਗੁਰਬਾਣੀ ਦੇ, ਚੱਲਣਾ ਬੰਦ ਕੇ ਵੀ ਮਨ ਉਹ ਤੋਂ ਬਾਅਦ ਬੋਲਿਆ ਹੀ ਨਹੀਂ ਹੈ, ਆਵਾਜ਼ ਬੰਦੀ ਹੋ ਹੀ ਨਹੀਂ ਸਕਦੀ ਕਿਤੇ ਵੀ। ਕਈ ਵਾਰ ਅਸੀਂ ਬੰਦੀ ਆਵਾਜ਼ ਸਮਝ ਕੇ ਗਲਤ ਅਰਥ ਕਰ ਲੈਂਦੇ, ਮਨ ਤਾਂ ਬੋਲ ਹੀ ਨਹੀਂ ਸਕਦਾ, ਇੱਕ ਵਾਰ ਚੁੱਪ, ਮਨ ਮਰਿਆ ਹੋਇਆ ਬੋਲਦਾ ਨਹੀਂ ਹੁੰਦਾ, ਪਹਿਲੀ ਬੋਲਦਾ ਹੁੰਦਾ। ਉੱਥੇ ਵੀ ਜਿਹੜਾ ਕੁਛ ਕਿਹਾ ਨਾ, ਦੇਖ ਦੇਖ ਜੀਵਾਂ, ਨਾਨਕ ਨਾਮ ਮਿਲੇ ਤਾਂ ਜੀਵਾਂ, ਇਹ ਨਹੀਂ ਕਿਹਾ ਮੈਂ ਮਰਿਆ ਹੋਇਆ, ਜਿੰਨਾ ਚਿਰ ਨਾਮ ਨਾਲ ਜੁੜਿਆ ਮੈਂ ਜਿਉਣਾ ਉਹਨਾਂ ਚਿਰ, ਗੱਲ ਇਹ ਹੈ, ਮਿਲਿਆ ਨਾਮ ਤਾਂ ਜਿਉਣਾ ਮੈਂ, ਜੀਵ ਮਰਦਾ ਤਾਂ ਹੁੰਦਾ ਹੀ ਨਹੀਂ। ਜੀਵਾਂ ਜੰਮਣ ਦੀ ਸੈਂਸ ਵੀ ਤਾਂ ਆ ਸਕਦਾ, ਜਾਗਣ ਦੀ ਸੈਂਸ ਤਾਂ ਆ ਸਕਦਾ, ਜੀਵ ਤਾਂ ਜਿਉਂਦਾ ਹੀ ਹੈ ਹਰ ਵਕਤ। ਉਦੋਂ ਵੀ ਫਿਰ ਚਿੱਤ ਵੀ ਕਹਿ ਸਕਦਾ ਗੱਲ, ਮਨ ਨਹੀਂ ਬੋਲ ਸਕਦਾ ਕਿਉਂਕਿ ਮਨ ਇੱਕੋ ਹੀ ਹੈ, ਜਾਂ ਫਿਰ ਉਦੋਂ ਚਿੱਤ ਦੀ ਆਵਾਜ਼। ਮਨ ਉਹਨਾਂ ਚਿਰ ਅਸੀਂ ਮੰਨਦੇ ਜਿਹਨਾਂ ਦੇ ਦੋ ਨੇ, ਅੱਧ ਤੋਂ ਜਾ ਕੇ ਤਾਂ ਗੱਲੇ ਹੀ ਅੱਧ ਸ਼ੁਰੂ ਹੁੰਦੀ ਹੈ, ਹੋਰ ਹੋਰ ਜਗ੍ਹਾ ਤੋਂ ਤਾਂ ਹੁਣ ਗਾਹਾਂ ਚਲੇ ਗਏ ਆਪਾਂ ਬਹੁਤ। ਸੱਤ ਕੁ ਸੌ ਬੰਨੇ ਤੱਕੇ ਮਨ ਦੀ ਜ਼ਿਆਦਾ ਗੱਲ ਚੱਲਦੀ ਹੈ, ਉਹ ਤਾਂ ਚਾਰ ਕੁ ਸੌ ਤੱਕੇ ਜ਼ਿਆਦਾ ਚੱਲਦੀ ਹੈ, ਫਿਰ ਇਸ਼ਾਰੇ ਮਾਂ ਬੂਝਵੇ ਗੱਲ ਹੈ ਗਾਹਾਂ ਜਾ ਕੇ। ਇੱਥੇ ਆ ਕੇ ਸੰਤੋਖ ਦੀ ਗੱਲ ਚੱਲਦੀ ਹੈ, ਸਿਰਫ ਦੋ ਘਰਾਂ ਦੇ ਵਿੱਚ ਜ਼ਿਆਦਾ ਰਹਿੰਦੀ ਹੈ ਗੱਲ, ਸੰਤੋਖ ਤੋਂ ਸ਼ੁਰੂ ਕਰਕੇ ਸੱਚਖੰਡ ਤੱਕ, ਸੰਤੋਖ ਤੋਂ ਸ਼ੁਰੂ ਕਰਕੇ ਗਿਆਨ ਨਾਮ ਪਦਾਰਥ ਤੱਕ, ਬਸ ਪਿਛਲੇ ਦੋ ਪਦਾਰਥਾਂ ਦੀ ਗੱਲ ਜ਼ਿਆਦਾ ਚੱਲਦੀ ਹੈ। ਹਵਾਲਾ ਥੱਲੇ ਵਾਲਾ ਵੀ ਦਿੱਤਾ ਜਾਂਦਾ, ਥੱਲੇ ਵਾਲਾ ਹਵਾਲਾ ਹੈ ਸਿਰਫ, ਉਹ ਤਾਂ ਥੱਲੇ ਵਾਲਾ ਸਮਝਾਇਆ ਪਹਿਲਾਂ, ਜ਼ਿਆਦਾ ਥੱਲੇ ਵਾਲਾ ਹੀ ਸਮਝਾਇਆ, ਕਹਿ ਤਾ ਇੱਥੇ ਵੈਸੇ ਇੱਥੇ ਵੀ ਮਨ ਸਿੰਘ ਲੜੇ
ਲੜੇ ਕਾਹਦੇ ਨਾਲ ਗੁਰਪ੍ਰਸਾਦ ਗੁਰੂ ਉਪਦੇਸ਼ ਪਰ ਉਹ ਗੁਰੂ ਕਿਵੇਂ ਲੜਨਾ ਪਿੱਛੇ ਬਹੁਤ ਦੱਸਿਆ ਹੈ ਗੁਰੂ ਉਪਦੇਸ਼ ਕੀ ਹੁੰਦਾ ਕਿਵੇਂ ਲੜਨਾ ਉਹ ਪਿੱਛੇ ਦੱਸਿਆ ਹੋਇਆ ਸਾਰਾ ਇੱਥੇ ਇਸ਼ਾਰੇ ਮਾਪ ਕਹੀਏ ਮਨ ਦੀ ਲੜਾਈ ਦਾ ਲੜਾਈ ਮਨ ਨਾਲ ਲੜਨੀ ਕਿਹੜੇ ਅਸੂਲਾਂ 'ਤੇ ਹੈ ਗੁਰੂ ਉਪਦੇਸ਼ ਦੇ ਅਸੂਲਾਂ 'ਤੇ ਲੜਾਈ ਲੜਨੀ ਹੈ ਮਨ ਨਾਲ ਤੁਸੀਂ ਗੁਰੂ ਉਪਦੇਸ਼ ਜੋ ਹੈ ਗੁਰਬਾਣੀ ਲੈ ਇਹਨੂੰ ਲੈ ਕੇ ਮਨ ਨਾਲ ਲੜਨਾ ਹੋਰ ਕਿਸੇ ਵਿਸ਼ੇ ਦੀ ਲੜਾਈ ਨਹੀਂ ਕਰਨੀ ਕਿ ਤੈਨੂੰ ਇੰਨਾ ਨੁਕਸਾਨ ਕਰਤਾ ਉਹ ਕਰਤਾ ਤੇਰੇ ਕਰਕੇ ਉਹ ਹੋ ਗਿਆ ਹੋ ਗਿਆ ਉਹ ਲੜਾਈ ਪਿੱਛੇ ਖਤਮ ਹੋ ਗਈ ਉਹ ਸਾਰੀ ਹੋ ਗਈ ਪਿੱਛੇ ਹਾਂਜੀ ਕਾਜੀ ਸੋ ਜੋ ਕਾਇਆ ਵਿਚਾਰੇ ਕਾਇਆ ਕੀ ਅਗਨ ਬ੍ਰਹਮ ਪਰ ਜਾਏ ਦੇਖੋ ਜੇ ਕਾਇਆ ਦਾ ਅਰਥ ਵਾਲਾ ਸਰੀਰ ਹੁੰਦਾ ਤਾਂ ਇਹਦੀ ਵਿਚਾਰ ਕਰਨ ਦੀ ਕੀ ਲੋੜ ਸੀ ਬਾਲਾ ਸਰੀਰ ਨੂੰ ਕਾਇਆ ਕਹੀ ਜਾਂਦਾ ਨਾ ਜੇ ਬਾਲਾ ਸਰੀਰ ਕਾਇਆ ਹੁੰਦਾ ਫਿਰ ਇਹਦੀ ਵਿਚਾਰ ਦੀ ਕਿਹੜੀ ਲੋੜ ਪਈ ਸੀ ਬਈ ਕਿਉਂਕਿ ਬਾਲਾ ਸਰੀਰ ਕਾਇਆ ਨਹੀਂ ਮਾਇਆ ਪੰਜ ਤੱਤ ਮਾਇਆ ਹੁੰਦੀ ਹੈ ਕਾਇਆ ਨਹੀਂ ਹੁੰਦੀ ਹੈ ਕਾਇਆ ਨਿਰਾਕਾਰ ਸਰੀਰ ਨੂੰ ਕਹਿੰਦੇ ਨੇ ਕਾਜੀ ਉਹ ਹੈ ਜਿਹੜਾ ਕਾਇਆ ਦੀ ਵਿਚਾਰ ਕਰੇ ਕਾਇਆ ਨਿਰਾਕਾਰੀ ਦੇਹੀ ਹੈ ਜਿਹੜੀ ਗੁਪਤ ਦੇਹੀ ਹੈ ਨਾ ਉਹਨੂੰ ਕਾਇਆ ਕਹਿੰਦੇ ਨੇ ਦੇਹੀ ਗੁਪਤ ਵਿਦੇਹੀ ਨਹੀਂ ਜੋ ਸਰੀਰ ਦੀਦੇ ਵਿਦੇਹੀ ਹੈ ਕਾਇਆ ਨਾਲ ਸੰਬੰਧ ਨਹੀਂ ਹੁੰਦੀ ਕਾਇਆ ਅਸਲ 'ਚ ਆਕਾਸ਼ ਤੱਤ ਹੁੰਦਾ ਆਕਾਸ਼ ਤੱਤ ਦੀ ਜੇ ਮਾਇਆ ਬਣੀ ਹੋਈ ਹੈ ਕਾਇਆ ਦੇ ਵਿੱਚ ਪਰ ਆਕਾਸ਼ ਤੱਤ ਇਕੱਲਾ ਉਹ 'ਚ ਹੋਰ ਨਹੀਂ ਕੁਛ ਵੀ ਹੈ ਹਵਾ ਤੋਂ ਥੱਲੇ ਵਾਲੇ ਤੱਤ ਚਾਰੇ ਨਹੀਂ ਹੁੰਦੇ ਕਾਇਆ 'ਚ ਹਵਾ ਤੋਂ ਥੱਲੇ ਵਾਲੇ ਚਾਰੇ ਤੱਤ ਹੁੰਦੇ ਹੀ ਨਹੀਂ ਉਹਦੇ 'ਚ ਕਾਇਆ 'ਚ ਕਾਇਆ 'ਚ ਇਕੱਲਾ ਆਕਾਸ਼ ਤੱਤ ਹੁੰਦਾ ਆਕਾਸ਼ ਤੱਤ ਦੇ ਉੱਤੇ ਕਾਲ ਸਮੇਂ ਦਾ ਅਸਰ ਨਹੀਂ ਹੈ ਮਾਇਆ ਦੇ ਉੱਤੇ ਕਾਲ ਦਾ ਅਸਰ ਹੈ ਹਵਾ ਦੇ ਉੱਤੇ ਸਮੇਂ ਦਾ ਅਸਰ ਹੈ ਪਾਣੀ ਦੇ ਉੱਤੇ ਸਮੇਂ ਦਾ ਅਸਰ ਹੈ ਹਵਾ ਠੰਡੀ ਤੱਤੀ ਹੋ ਜਾਂਦੀ ਹੈ ਆਕਾਸ਼ ਠੰਡਾ ਤੱਤਾ ਨਹੀਂ ਹੁੰਦਾ ਆਕਾਸ਼ ਦੇ ਵਿੱਚ ਠੰਡਾ ਤੱਤਾ ਜੋ ਮਰਜ਼ੀ ਹੋ ਜਾਵੇ ਜੋ ਆਕਾਸ਼ ਦੇ ਵਿੱਚ ਹੈ ਹਵਾ ਆਕਾਸ਼ ਦੇ ਵਿੱਚ ਹੈ ਇਹ ਗਰਮ ਸਰਦ ਹੋ ਜਾਂਦੀ ਹੈ ਆਕਾਸ਼ ਨਾਲ ਗਰਮ ਹੁੰਦਾ ਨਾ ਸਰਦ ਹੁੰਦਾ ਹਵਾ 'ਚ ਖੁਸ਼ਬੂ ਬਦਬੂ ਆਕਾਸ਼ 'ਚ ਨਹੀਂ ਹੁੰਦੀ ਆਕਾਸ਼ ਪੁਰਾਣਾ ਨਹੀਂ ਹੁੰਦਾ ਆਕਾਸ਼ ਦੇ ਉੱਤੇ ਕਾਲ ਦਾ ਕੋਈ ਅਸਰ ਨਹੀਂ ਹੈ ਅੰਬਰ ਕੀ ਚੀਜ਼ ਹੈ ਤਾਂ ਹੀ ਕੌਰ ਹੈ ਪੰਡੀਆ ਅੰਬਰ ਕਾਸੂ ਲਾਗਾ ਅੰਬਰ ਅਡੋਲ ਹੈ ਹਿਲਦਾ ਨਹੀਂ ਹੈ ਆਕਾਸ਼ ਸਭ ਕੁਛ ਹਿਲਦਾ ਜੋ ਹਿਲਦਾ ਮਾਇਆ ਜੋ ਹਿਲਦਾ ਨਹੀਂ ਉਹ ਮਾਇਆ 'ਤੇ ਪਰੇ ਹੈ ਅਸਲ 'ਚ ਮਾਇਆ ਹੈ ਹੀ ਨਹੀਂ ਕਰਤੇ ਪੁਰਖ ਦਾ ਜੋ ਸਰੀਰ ਹੈ ਉਹ ਇਕੱਲੇ ਆਕਾਸ਼ ਤੱਤ ਦਾ ਹੈ ਮਾਇਆ 'ਚ ਸਮਾਈ ਹੋਈ ਹੈ ਮਾਇਆ ਵਿੱਚ ਸਮਾਈ ਹੋਈ ਹੈ ਉਹਦੇ ਮਾਇਆ ਬ੍ਰਹਮ ਰਵੈ ਸਦ ਸੰਗ ਆਏ ਵੀ ਮਾਇਆ ਵਿਹਲੀ ਫਿਰਦੀ ਹੈ ਇੱਥੇ ਅੱਡ ਇੱਥੇ ਜਿਹੜੀ ਆਤਮਾ ਉਹ ਵੀ ਆਕਾਸ਼ ਥੋੜ੍ਹਾ ਉਹਦੇ ਕੋਲ ਪੂਰਾ ਨਹੀਂ ਹੈ ਅਜੀਬ ਆਤਮਾ ਇਹ ਭਰਮ ਦੇ ਅੱਡੇ 'ਚ ਬੰਦ ਹੈ ਉਹ ਭਰਮ ਤੋਂ ਰਹਿਤ ਆਤਮਾ ਨੇ ਸੱਚ ਹੋਣ ਵਾਲੀ ਕਾਇਆ ਜਿਹੜੀ ਹੈ ਕਾਇਆ ਦਾ ਸੰਬੰਧ ਸਾਡੀ ਕਾਇਆ ਦਾ ਇਕੱਲੇ ਆਕਾਸ਼ ਨਾਲ ਸੰਬੰਧ ਹੈ ਆਕਾਸ਼ ਅੱਖ ਨੂੰ ਨਹੀਂ ਦਿੰਦਾ ਹੁੰਦਾ ਅੱਖ ਨੂੰ ਦਿਖਾਉਣ ਵਾਲੀ ਚੀਜ਼ ਆਕਾਸ਼ ਹੈ ਨਹੀਂ ਆਤਮਾ ਵੀ ਅੱਖ ਨੂੰ ਦਿੰਦੀ ਨਹੀਂ ਆਕਾਸ਼ ਵੀ ਸੂਖਮ ਹੈ ਸੂਖਮ ਬਤਾਤਾ ਹੈ ਆਕਾਸ਼ ਬਹੁਤ ਜ਼ਿਆਦਾ ਔਰ ਜੋਤ ਉਦੋਂ ਵੀ ਜ਼ਿਆਦਾ ਸੂਖਮ ਹੈ ਆਤਮਾ ਉਦੋਂ ਵੀ ਕਿਉਂਕਿ ਆਖਿਰ ਤੱਤ ਆਕਾਸ਼ ਫਿਰ ਵੀ ਮਾਇਆ ਦਾ ਹਿੱਸਾ ਹੈ ਆਕਾਸ਼ ਫਿਰ ਵੀ ਮਾਇਆ ਦਾ ਹਿੱਸਾ ਹੈ ਮਾਇਆ ਸੂਖਮ ਨਹੀਂ ਹੈ ਮਾਇਆ ਜੜ ਹੈ ਸੂਖਮ ਕੀ ਹੈ ਉਦੋਂ ਵੀ ਸੂਖਮ ਕੀ ਚੀਜ਼ ਹੈ ਸੂਖਮ ਨੇ ਜੜ ਬਣਾਈ ਹੈ ਅਸਥੂਲ ਜੜ 'ਚੋਂ ਪੈਦਾ ਹੋਈ ਹੋਈ ਚੀਜ਼ ਹੈ ਸੂਖਮ ਮੈਂ ਜਾਣੋ ਅਸਥੂਲ ਆਕਾਸ਼ ਕਿਹਦੇ ਨਾਲ ਜੁੜਿਆ ਹੈ ਸੱਚਖੰਡ ਨਾਲ ਜੁੜਿਆ ਹੈ ਕੌਰ ਪੰਡੀਆ ਅੰਬਰ ਕਾਸਿਓ ਲਾਗਾ ਅੰਬਰ ਜਿੱਥੇ ਸੀਗਾ ਉੱਥੇ ਹੀ ਹੈ ਬਸ
ਪਹਿਲਾਂ ਵੀ ਹੋਈ ਸੀ, ਹੁਣ ਵੀ ਹੋਵੇਗੀ। ਬਾਹਰ ਅੰਦਰ ਅੰਬਰ ਕੋਈ ਹੈ, ਕੁਛ ਹਿੱਸਾ ਅੰਬਰ ਦਾ ਖਾਲੀ ਕੀਤਾ ਸੀ, ਬਹੁਤ ਬੜੀ ਇੱਕ ਚਾਨਣੀ ਹੈ, ਅਤੇ ਕੁਛ ਹਿੱਸੇ ਵਿੱਚ ਅਸੀਂ ਉਹ ਫੋਟੋ ਲਾਤੀ, ਰੰਗ ਲਾਤਾ, ਬਾਕੀ ਖਾਲੀ ਹੈ। ਉਹਨਾਂ ਕਿੱਸੇ ਦੇ ਵਿੱਚ ਹੀ ਰਚਨਾ, ਜਿੰਨੇ ਕਿੱਸੇ ਦੇ ਵਿੱਚ ਅਸੀਂ ਦਾਇਰਾ ਕੱਢਿਆ ਨਾ ਕੱਪੜੇ ਦੇ ਵਿੱਚ, ਉਹਨੇ ਦੇ ਅੰਦਰ ਰਚਨਾ ਦਾਇਰੇ ਦੇ ਵਿੱਚ, ਬਾਕੀ ਖਾਲੀ ਪਈ ਹੈ। ਖਾਏ ਚਾਨਣੀ ਪਹਿਲਾਂ ਵੀ ਇੱਕੋ ਸੀ, ਹੁਣ ਵੀ ਇੱਕੋ ਹੀ ਹੈ, ਪਰ ਰੰਗ ਬਦਲੇ ਉਹਦਾ ਏਰੀਆ, ਇੱਕ ਦਾਇਰੇ ਕੱਢ ਕੇ ਉਹਦੇ ਵਿੱਚ ਰਚਨਾ ਕੀਤੀ ਹੋਈ ਹੈ। ਆਕਾਸ਼ ਜਿਹੜਾ ਹੈਗਾ, ਆਕਾਸ਼ ਤਾਂ ਸੂਖਮ ਕਾਇਆ ਆਕਾਸ਼ ਹੈ, ਆਕਾਸ਼ ਨੂੰ ਕਾਇਆ ਕਹਿੰਦੇ। ਕਾਇਆ ਨੂੰ ਵਿਚਾਰ, ਉਹ ਵੀ ਗੈਬੀ ਸ਼ਕਤੀ ਕਹਿੰਦਾ। ਕੋਈ ਐਸੀ ਸ਼ਕਤੀ ਆ ਗੈਬੀ, ਗੈਬ ਗੈਬ ਆਕਾਸ਼ ਨੂੰ ਕਹਿੰਦੇ ਹੋ, ਲਖਮਾਨ ਆਕਾਸ਼ ਨੂੰ ਕਹਿੰਦੇ ਗੈਬ। ਕੋਈ ਜੋ ਚੀਜ਼ ਗਾਇਬ ਹੋ ਆਕਾਸ਼ 'ਚ ਰਹੂ, ਹੋਰ ਕਿੱਥੇ ਜਾਊ? ਆਪਾਂ ਕਹਿੰਦੇ ਕਿੱਥੇ ਗਾਇਬ ਹੋ ਗਿਆ, ਆਕਾਸ਼ ਚੜ੍ਹ ਗਿਆ ਕਿਤੇ, ਧਰਤੀ ਦੇ ਆਪਾਂ ਚੀਜ਼ ਤੋੜ ਲਾਂਗੇ, ਆਕਾਸ਼ 'ਚ ਗਾਇਬ ਹੋ ਜਾਂਗੇ। ਗੈਬੀ ਸ਼ਕਤੀ ਕਹਿੰਦੇ ਜਿਹੜੀ ਚੀਜ਼ ਜਲ ਜਾਂਦੀ ਹੈ ਆਕਾਸ਼ 'ਚ ਗਾਇਬ ਹੋ ਜਾਂਦੀ ਹੈ। ਕੋਈ ਚੀਜ਼ ਜਲ ਗਈ, ਪਾਣੀ ਉੱਡ ਗਿਆ, ਪਾਪ ਬਣ ਗਿਆ, ਆਕਾਸ਼ 'ਚ ਗਾਇਬ ਹੋ ਗਿਆ ਜਾ ਕੇ, ਇਹਨੂੰ ਗੈਬੀ ਸ਼ਕਤੀ ਕਹਿੰਦੇ ਨੇ। ਗੈਬ ਆਕਾਸ਼ 'ਚ ਹੁੰਦੀ ਹੈ ਚੀਜ਼, ਜਾ ਕੇ ਉਹਨੂੰ ਵਿਚਾਰੇ, ਕਾਇਆ ਨੂੰ ਵਿਚਾਰੇ ਤਾਂ ਕਾਜੀ ਹੈ, ਪਰ ਉੱਥੇ ਕਾਇਆ ਦਾ ਜ਼ਿਕਰ ਨਹੀਂ ਹੈ ਇਸਲਾਮ ਦੇ ਵਿੱਚ। ਬਸ ਇੱਥੋਂ ਉਹਨਾਂ ਨੇ ਬੰਦ ਕਰਤਾ ਚੈਪਟਰ ਗੈਬੀ ਸ਼ਕਤੀ ਕਹਿ ਕੇ, ਗੈਬ ਦਾ ਨਹੀਂ ਪਤਾ ਉਹਨੂੰ ਕੀ ਹੈ, ਗੈਬ ਦਾ ਜ਼ਿਕਰ ਨਹੀਂ ਹੈ, ਗੈਬੀ ਸ਼ਕਤੀ ਕਹਿ ਕੇ ਚੈਪਟਰ ਬੰਦ ਕਰਤਾ। ਹੁਣ ਉਹ ਕਹਿੰਦੇ ਨੇ ਕਾਜੀ ਜ਼ਿਆਦਾ ਜਾਂ ਕਾਇਆ ਵਿਚਾਰੇ, ਇਹਨੂੰ ਗਾਹਾਂ ਦੀ ਪੜ੍ਹਾਈ ਸ਼ੁਰੂ ਕਰਤੀ ਨਾਨਕ ਨੇ, ਇਸਲਾਮ ਤਾਂ ਬੰਦ ਹੈ ਇੱਥੇ। ਇਹਦੇ ਕਰਕੇ ਇਸਲਾਮ ਦੀ ਕਮੀ ਨੂੰ ਕਾਣਾ ਕਿਹਾ ਹੋਇਆ, ਇਸੇ ਤੱਕ ਚਲਿਆ ਗਿਆ ਇਸਲਾਮ ਕਿ ਸਰੀਰ ਤਾਂ ਹੈ ਨਹੀਂ, ਮਾਇਆ ਤਾਂ ਹੈ ਨਹੀਂ, ਇਹ ਤਾਂ ਉਹ ਜਾਣਦਾ, ਪਰ ਉਹ ਕਾਇਆ ਫਿਰ ਹੈ ਕੀ ਇਹ ਉਹਨੂੰ ਪਤਾ ਨਹੀਂ। ਇਹਦੇ ਬਾਰੇ ਉਹਦੀ ਸਟੱਡੀ ਬਣਦਾ, ਝੂਠ ਨੂੰ ਜਾਣਦਾ, ਸੱਚ ਨੂੰ ਨਹੀਂ ਜਾਣਦਾ। ਮਾਇਆ ਉਹ ਸਭ ਮੂਰਤੀ ਨਹੀਂ ਹੋ ਸਕਦੀ, ਸਰੀਰ ਨਹੀਂ ਹੋ ਸਕਦਾ, ਤਾਂ ਇਹ ਤਾਂ ਦ੍ਰਿੜ ਹੈ ਉਹ ਸਰੀਰ ਜਿਹੜਾ ਹੈ, ਉਹ ਜਿਹੜਾ ਉਹਦੀ ਪੂਜਾ ਨਹੀਂ ਕਰਦੀ, ਉਹਨੂੰ ਮਾਨਤਾ ਨਹੀਂ ਦੇਣੀ, ਇਹ ਤਾਂ ਇੱਥੇ ਤਾਂ ਦ੍ਰਿੜ ਹੈ ਇਸਲਾਮ। ਪਰ ਅੱਗੇ ਤਾਂ ਹੈ ਗਾਹਾਂ ਕੀ ਹੈ ਜੀ ਵਿੱਚ ਸਰੀਰ ਦੇ, ਜਿਹੜੀ ਦੇਹੀ ਗੁਪਤ ਦੇਹੀ ਹੈ ਜਿਹਨੂੰ ਕਾਇਆ ਕਿਹਾ, ਕਾਇਆ ਫਿਰ ਕੀ ਹੈ, ਇਹਦੇ ਬਾਰੇ ਉੱਥੇ ਇਲਮ ਕੋਈ ਨਹੀਂ ਕੁਰਾਨ ਦੇ ਵਿੱਚ, ਉਹਦਾ ਗਿਆਨ ਕੋਈ ਨਹੀਂ ਕਰਾਇਆ। ਇਸੇ ਗੱਲ 'ਤੇ ਸਟੈਸ ਕੀਤਾ ਸੀ ਅਨੰਦਪੁਰ ਸਾਹਿਬ ਨੇ, ਬਈ ਉਹ ਗੱਲ ਦਾ ਤੁਹਾਡੇ ਚੈਪਟਰ ਬਣਦਾ ਹੈ ਇਸਲਾਮ ਦੇ ਵਿੱਚ। ਜੇ ਕਾਇਆ ਦਾ ਸਟੱਡੀ ਸ਼ੁਰੂ ਕਰੂਗਾ ਤਾਂ ਹੀ ਪਤਾ ਲੱਗੂਗਾ ਇੱਕ ਕੀ ਹੈ, ਇੱਕ ਵਾਰ ਦਾ ਗਿਆਨ ਹੀ ਨਹੀਂ ਹੈ ਉਹਦੇ ਵਿੱਚ ਇਸਲਾਮ 'ਚ। ਇੱਕ ਵਾਰ ਸੁਣਿਆ ਸੁਣਾਈਆਂ ਹੋਈਆਂ ਗੱਲਾਂ ਨੇ, ਉਹ ਤਾਂ ਪੰਡਿਤ ਦੇ ਕੋਲ ਵੀ ਨੇ, ਸੁਣਿਆ ਸੁਣਾਈਆਂ ਗੱਲਾਂ ਸਾਰਿਆਂ ਕੋਲ ਨੇ, ਇੱਕ ਇਹਦੀ ਰਾਜੀ ਹੈ ਬਹੁ ਹੈ, ਦਰਸ਼ਨ ਕਿਵੇਂ ਹੋਊਗਾ ਇਹਦਾ, ਕਿੱਥੋਂ ਹੋਊਗਾ, ਪ੍ਰਕਾਸ਼ਨ ਕੀ ਰੱਖਣੀਆਂ ਪੈਣਗੀਆਂ, ਕਰਨਾ ਕੀ ਪਊ, ਕੀ ਛੱਡਣਾ ਪਊ, ਕੀ ਕਰਨਾ ਪਊ, ਇਹ ਸਾਰਾ ਜਿਹੜਾ ਗਿਆਨ ਹੈ ਇਹ ਤਾਂ ਫਿਰ ਗੁਰਬਾਣੀ ਜਾਂ ਹੋਰ ਤਾਂ ਕਿਤੇ ਹੈ ਨਹੀਂ। ਇੱਕ ਤੱਕ ਪਹੁੰਚਾ ਦਿੰਦੀ ਹੈ ਗੁਰਬਾਣੀ, ਇੱਕ ਤੱਕ ਦੀ ਸੋਝੀ ਕਰਾ ਦਿੰਦੀ ਹੈ ਗੁਰਬਾਣੀ, ਹੋਰ ਕਿਸੇ ਨੇ ਜ਼ਿਕਰ ਨਹੀਂ ਕੀਤਾ। ਬ੍ਰਹਮ ਗਿਆਨੀ ਸੰਤ ਤਾਂ ਇਹਨੂੰ ਜਾਂਦੇ ਹੀ ਨਹੀਂ, ਉਹ ਸਾਖੀ ਸੁਣਾ ਕੇ ਭਰੇ ਹੁੰਦੇ ਨੇ, ਉਹ ਨੇੜੇ ਸਰੀਰ ਨਾਲ ਜੋੜਦੇ ਨੇ। ਸਿਮਰਤ ਸ਼ਾਸਤਰ ਵੀ ਇਹੀ ਹੈ, ਗੁਰ ਇਤਿਹਾਸ ਵੀ ਇਹੀ ਹੈ, ਸਾਡਾ ਗੁਰੂ ਘਰ ਦਾ ਜਿਹੜਾ ਇਤਿਹਾਸ ਕਹਿੰਦੇ ਉਹ ਵੀ ਇਹੀ ਹੈ, ਫਰਕ ਨਹੀਂ ਹੈ, ਇੱਕੋ ਹੀ ਗੱਲ ਹੈ। ਬਾਹਰਲੇ ਸਰੀਰ ਦੀਆਂ ਗੱਲਾਂ ਨੇ ਸਾਰੀਆਂ, ਅੰਦਰਲੇ ਦੀ ਕੋਈ ਨਹੀਂ, ਅੰਤਰਾਤਮਾ ਦੀ ਗੱਲ ਨਹੀਂ, ਅੰਤਰਾਤਮਾ ਦੀ ਗੱਲ ਤਾਂ ਗੁਰਬਾਣੀ ਹੈ, ਗੁਰੂਆਂ ਦੀ ਅੰਤਰਾਤਮਾ ਗੁਰਬਾਣੀ ਹੈ।
ਬਾਕੀ ਸਾਰਾ ਇਤਿਹਾਸ ਹੈ। ਇਤਿਹਾਸ ਪਸੰਦ ਹੈ ਲੋਕਾਂ ਨੂੰ, ਇੱਥੋਂ ਗਾਹਕ ਜਾਣਾ ਬੜਾ ਔਖੀ ਗੱਲ ਹੈ। ਇਤਿਹਾਸ ਤੋਂ ਗਾਹਾਂ ਦੀ ਜਿਹੜੀ ਗੱਲ ਹੈ ਔਕਟ ਘਾਟੀ ਇੱਥੋਂ ਸ਼ੁਰੂ ਹੁੰਦੀ ਹੈ। ਔਕਟ ਘਾਟੀ ਰਾਮ ਕੀ ਤੇਹ ਚੜ੍ਹ ਰਹੇ ਹੋ ਕਬੀਰ, ਹਾਂ ਇੱਥੋਂ ਔਕਟ, ਕਿਉਂਕਿ ਸਾਡੀ ਦ੍ਰਿਸ਼ਟੀ ਜਾ ਕੇ ਮਾਇਆ ਤੋਂ ਅੜਕ ਜਾਂਦੀ ਹੈ। ਮਾਇਆ ਤੋਂ ਗਾਹਾਂ ਜਾਂ ਤੁਰਨਾ ਹੈ, ਮਾਇਆ ਤੋਂ ਗਾਹਾਂ ਦੀ ਜਾਂ ਗੱਲ ਸਮਝਣੀ ਹੈ, ਫਿਰ ਬੜੀ ਔਕਟ ਘਾਟੀ ਹੈ। ਉੱਥੇ ਜਿਹਦਾ ਤਾਂ ਕੁਛ ਹੈ ਹੀ ਨਹੀਂ, ਪੰਜੇ ਛੇ ਗਿਆਰਾਂ ਦਿਨ ਨਹੀਂ ਉੱਥੇ ਕੰਮ ਕਰਦੇ, ਅੱਖਾਂ ਉੱਥੇ ਨਹੀਂ ਕੰਮ ਕਰਦੀਆਂ ਸਾਡੀਆਂ, ਕੰਨ ਉੱਥੇ ਨਹੀਂ ਕੰਮ ਕਰਦੇ, ਬੁੱਧੀ ਉੱਥੇ ਨਹੀਂ ਕੰਮ ਕਰਦੀ, ਭਾਸ਼ਾ ਉੱਥੇ ਦੀ ਹੋਰ ਹੈ, ਆ ਭਾਸ਼ਾ ਨਹੀਂ ਕੰਮ ਕਰਦੀ, ਭਾਸ਼ਾ ਜਵਾਬ ਦੇਗੀ, ਫਿਰ ਉੱਥੇ ਕਿਵੇਂ ਚੜੂਗਾ, ਕਾਹਦੇ ਸਪੋਰਟ ਲਊਗਾ, ਭਾਸ਼ਾ ਬਦਲ ਜੂ, ਪਹਿਲਾਂ ਭਾਸ਼ਾ ਸਿੱਖਣੀ ਪਊਗੀ, ਪੜ੍ਹਿਆ ਜੋ ਸੰਸਾਰ ਚਾਨ ਪੜ੍ਹਿਆ ਕਰਨਾ ਪਊਗਾ। ਕਬੀਰ ਨੇ ਜੋ ਪੜ੍ਹਿਆ ਸੀ ਮਾੜਾ ਛੱਡ ਕੇ ਅਨਪੜ੍ਹਿਆ ਕੀਤਾ ਸਾਰਾ, ਉਹ ਗੁਰੂ ਅਮਰਦਾਸ ਨੇ ਜੋ ਪੜ੍ਹਿਆ ਸੀ ਅਨਪੜ੍ਹਿਆ ਕੀਤਾ, ਉਹ ਗੁਰੂ ਅੰਗਦ ਨੇ ਜੋ ਪੜ੍ਹਿਆ ਸੀ ਅਨਪੜ੍ਹਿਆ ਕੀਤਾ, ਮੂਰਤੀ 'ਚ ਨਹੀਂ ਹੁੰਦਾ ਬਦਲ ਲਿਆ। ਤਾਂ ਪਰਮਗਤ ਭਾਈ ਪੜ੍ਹਿਆ ਅਨਪੜ੍ਹਿਆ ਜੋ ਪਹਿਲਾਂ ਧਰਮ ਪੜ੍ਹ ਲਿਆ ਸੀ ਉਹਨੂੰ ਅਨਪੜ੍ਹਿਆ ਕਰਕੇ, ਜੋ ਕੁਛ ਅੱਜ ਸਿੱਖਾਂ ਨੇ ਪੜ੍ਹ ਲਿਆ ਉਹਨੂੰ ਅਨਪੜ੍ਹਿਆ ਕਰਕੇ ਹੀ ਪਰਮਗਤ ਪਊਗੀ। ਪੁੱਠਾ ਪੜ੍ਹਾਈ ਪੜ੍ਹੀ ਹੋਈ ਹੈ ਸਾਰਿਆਂ ਦੀ, ਗੁਰਬਾਣੀਆਂ ਮੇਲੇ ਨਹੀਂ ਖਾਂਦੀ ਸਾਡੀ ਇੱਕ ਵੀ ਗੱਲ, ਕਿਉਂ ਪੁੱਠੀ ਪੜ੍ਹਾਈ ਹੈ, ਪੰਡਿਤ ਦੀ ਪੜ੍ਹਾਈ ਪੜ੍ਹੀ ਹੋਈ ਹੈ, ਚਾਹੇ ਮੰਨਣ ਚਾਹੇ ਨਾ ਮੰਨਣ। ਹਾਂ ਉਹ ਨਫ਼ਰਤ ਨਫ਼ਰਤ ਹੈ ਪੰਡਿਤ ਵਾਸਤੇ, ਰੱਖੋ ਨਫ਼ਰਤ ਕਰਨ ਦੀ ਲੋੜ ਨਹੀਂ ਸੀ ਕਿਸੇ ਨਾਲ ਵੀ, ਉਹਦੀ ਆਪਣੀ ਵਿਚਾਰਧਾਰਾ, ਤੁਸੀਂ ਉਹਨੂੰ ਸਮਝਾ ਸਕਦੇ ਹੋ, ਲੋਕਾਂ ਉਹਨੂੰ ਨਹੀਂ ਸਮਝਾਉਂਦੇ ਲੋਕਾਂ ਨੂੰ ਸਮਝਾ ਸਕਦੇ ਹੋ, ਭਾਈ ਇਹ ਵਿਚਾਰਧਾਰਾ ਚਾਹ ਨੁਕਸ ਹੈ, ਵਿਚਾਰਧਾਰਾ ਉਹਦੇ ਵਾਲੀ ਅਪਣਾਈ ਬੈਠੇ, ਨਫ਼ਰਤ ਉਹਦੇ ਨਾਲ ਬਾਣੀ ਬੈਠੇ, ਨਫ਼ਰਤ ਕਰਨ ਦਾ ਬਾਣੀ ਕਹਿੰਦੀ ਹੋਣੀ ਹੈ, ਈਰਖਾ ਤੁਹਾਡੇ ਆਪਣੇ 'ਚ ਹੈ, ਦੋਸ਼ ਆਪਣੇ 'ਚ ਹੈ, ਏਕਤਾ ਤੁਹਾਡੇ 'ਚ ਹੈ ਜੀ। ਜੇ ਨਫ਼ਰਤ ਕਿਸੇ ਨਾਲ ਵੀ ਹੈ ਤਾਂ ਹਰੇ ਸਵਾਰਥ ਜਿਹਦੇ ਵਿੱਚ ਹੈ ਸਾਰਿਆਂ ਨੂੰ ਨਫ਼ਰਤ ਹੋਊਗੀ, ਸਵਾਰਥ ਆਦਮੀ ਕਿਸੇ 'ਤੇ ਭਰੋਸਾ ਕਰਦਾ ਹੀ ਨਹੀਂ ਹੈ। ਅੱਜ ਸਿੱਖ ਕਿਸੇ 'ਤੇ ਭਰੋਸਾ ਨਹੀਂ ਕਰਦਾ, ਸਿੱਖ 'ਤੇ ਕੋਈ ਨਹੀਂ ਕਰਦਾ, ਅੱਗੇ ਸਿੱਖ 'ਤੇ ਭਰੋਸਾ ਕਰਦੀ ਹੁੰਦੀ ਅਦਾਲਤਾਂ ਵੀ, ਹੁਣ ਕਿਉਂ ਨਹੀਂ ਕਰਦਾ, ਕੋਈ ਇਹ ਨਹੀਂ ਨਾ ਕਰਦਾ ਕਿਸੇ 'ਤੇ, ਕਿਸੇ 'ਤੇ ਨਾ ਕਰੇ ਜਾਂ ਕਰੇ ਤਾਂ ਆਪਣੇ ਗੁਰੂ 'ਤੇ ਨਹੀਂ ਕਰਦਾ। ਜੇ ਗੁਰੂ 'ਤੇ ਭਰੋਸਾ ਹੁੰਦਾ ਸਿੱਖਾਂ ਨੂੰ ਤਾਂ ਗੋਲਕ ਨੂੰ ਜਿੱਦਾਂ ਲਾਉਣ ਦੀ ਲੋੜ ਨਹੀਂ ਸੀ, ਸਾਨੂੰ ਪਤਾ ਵੀ ਕਿਸੇ ਨੂੰ ਗੁਰੂ 'ਤੇ ਭਰੋਸਾ ਨਹੀਂ ਹੈ, ਕਿਸੇ ਸਿੱਖ 'ਤੇ ਸਾਨੂੰ ਭਰੋਸਾ ਨਹੀਂ, ਕਿਉਂ ਗੁਰੂ 'ਤੇ ਭਰੋਸਾ ਨਹੀਂ ਉਹਨੂੰ, ਜੇ ਸਿੱਖਾਂ 'ਤੇ ਭਰੋਸਾ ਹੁੰਦਾ ਗੋਲਕ ਨੂੰ ਜਿੱਦਾਂ ਲਾਉਣ ਦੀ ਕੋਈ ਲੋੜ ਨਹੀਂ, ਸਿੱਖਾਂ ਨੂੰ ਸਿੱਖਾਂ 'ਤੇ ਭਰੋਸਾ ਨਹੀਂ ਹੈ, ਉਹ ਕਹਿੰਦਾ ਇਹ ਖਾਜੂ, ਉਹ ਕਹਿੰਦਾ ਇਹ ਖਾਜੂ, ਉਹ ਕਹਿੰਦਾ ਇਹ ਖਾਜੂ, ਜੇ ਸਿੱਖੇ ਗੁਰੂ ਨੂੰ ਖਾ ਜਾਣਗੇ ਬਚਾਓ ਕੌਣ, ਜੇ ਗੋਲਕ ਨੂੰ ਸਿੱਖੇ ਖਾ ਜਾਣਗੇ ਬਚਾਓ ਕੌਣ, ਜੇ ਮਾਂ ਜਹਿਰ ਦੇਣਾ ਚਾਹੇ ਪੁੱਤ ਨੂੰ ਤਾਂ ਬਚਾਓ ਕੌਣ। ਕਬੀਰ ਕਹਿੰਦਾ ਨਾ, ਜੇ ਮਾਂ ਚਾਹੇ ਪੁੱਤ ਨੂੰ ਮੈਂ ਜਹਿਰ ਦੇ ਦੇਣੀ ਹੈ, ਦੁੱਧ ਚੁੱਕਦਾ ਉਹਦਾ, ਉਹਦੇ ਕੋਲੇ ਰਹਿੰਦਾ, ਉਹਦੇ ਹੱਥ ਨਾਲ ਸਭ ਖਲਾਉਂਦੀ ਪਿਲਾਉਂਦੀ ਹੈ, 24 ਘੰਟੇ ਉਹਦੇ ਨਾਲ ਰਹਿੰਦਾ, ਜੇ ਮਾਂ ਚਾਹੇ ਮੈਂ ਪੁੱਤ ਨੂੰ ਜਹਿਰ ਦੇਣੀ ਉਹਨੂੰ ਬਚਾਓ ਕੌਣ, ਜੇ ਸਿੱਖਾਂ ਦੇ ਗੋਲਕ ਨੂੰ ਖਤਰਾ ਉਹਨੂੰ ਬਚਾਊ ਕੌਣ, ਕੌਣ ਬਚਾਊਗਾ। ਇਹ ਸਿੱਖਾਂ ਨੂੰ ਸੋਚਣਾ ਚਾਹੀਦਾ ਵੀ ਅਸੀਂ ਸਿੱਖ ਹੈਗੇ ਹਾਂ ਜਾਂ ਨਹੀਂ, ਇਹ ਸਬੂਤ ਕਾਫੀ ਹੈ ਇਹਨਾਂ ਦੀ ਸਿੱਖੀ ਦਾ, ਦੁਨੀਆਂ ਸਭ ਜਾਣਦੀ ਹੈ, ਤੁਸੀਂ ਜੋ ਮਰਜ਼ੀ ਕਹੀ ਜਾਓ ਆਪਣੇ ਆਪ ਨੂੰ, ਪੰਡਿਤ ਕਿਹੜਾ ਮੰਨ ਗਿਆ ਸੀ ਮੈਂ ਬੇਈਮਾਨ, ਜੋਗੀ ਕਿਹੜਾ ਮੰਨ ਗਿਆ ਸੀ ਮੇਰੇ 'ਚ ਨੁਕਸ ਹੈ, ਮੁੱਲਾ ਕਿਹੜਾ ਮੰਨ ਗਿਆ ਸੀ ਮੈਂ ਗਲਤ ਹਾਂ, ਮੰਨਦਾ ਕੋਈ ਵੀ ਨਹੀਂ ਹੁੰਦਾ, ਤੁਸੀਂ ਵੀ ਉਸ ਕੈਟਾਗਰੀ 'ਚੋਂ ਮੰਨਦੇ, ਤੁਸੀਂ ਵੀ ਨਹੀਂ ਮੰਨਦਾ ਤਾਂ ਕੋਈ ਵੀ ਨਹੀਂ ਹੁੰਦਾ, ਦੂਜੇ ਕਿਹੜਾ ਮੰਨ ਗਏ, ਭਗਤਾਂ ਨੇ ਜੋਰ ਲਾ ਲਿਆ, ਗੁਰੂਆਂ ਨੇ ਜੋਰ ਲਾ ਲਿਆ, ਦੂਜੇ ਮੰਨ ਗਏ, ਸਮਾਂ ਉਲਟੇ ਅੰਦਰੋਂ ਪੈਦਾ ਹੋ ਗਏ, ਸ੍ਰੀ ਚੰਦ ਅੰਦਰੋਂ ਪੈਦਾ ਹੋਇਆ ਵਿਰੋਧੀ, ਲਖਮੀ ਅਦੂਆ ਰਾਮ ਰਾਏ ਅੰਦਰੋਂ ਪੈਦਾ ਹੋਇਆ ਵਿਰੋਧੀ, ਵਿਰੋਧ ਘਰ 'ਚੋਂ ਪੈਦਾ ਹੋ ਗਿਆ। ਮਾਇਆ ਐਸੀ ਚੀਜ਼ ਹੈ, ਮਾਇਆ ਨਾਗਣੀ ਹੈ, ਕਬੀਰ ਮਾਇਆ ਨਾਗਣੀ, ਜਗਤ ਰਹੇ ਲਪਟਾਏ।
ਜਗਤ ਨੇ ਉਹ ਲਪਟਾਇਆ, ਸਿੱਖ ਨੇ ਉਹ ਲਪਟਾਏ ਨਹੀਂ ਹੈ। ਜੇ ਸਿੱਖ ਵੀ ਲਪਟਾਏ ਰਿਹਾ ਫਿਰ ਉਹ ਸਿੱਖ ਨਹੀਂ ਜਗਤ ਹੈ। ਜਗਤ ਜਲੰਦਾ ਰੱਖ ਲੈ, ਜਗਤ ਜਲ ਰਿਹਾ, ਗੁਰੂ ਨਾਨਕ ਖੁਦ ਨਹੀਂ ਜਲ ਰਿਹਾ, ਗੁਰੂ ਨਾਨਕ ਦਾ ਨਹੀਂ ਜਲ ਰਿਹਾ, ਉਹ ਦੇਖ ਰਿਹਾ ਨਾ ਜਗਤ ਨੂੰ ਜਲਦੇ ਨੂੰ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਕੇ, ਜਲ ਹੋਰ ਰਹੇ ਨੇ। ਗੁਰਮੁਖ ਨੇ ਤਾਂ ਦੇਖਿਆ ਨਾ, ਨਾਮ ਬਿਨਾਂ ਜਗ ਕਮਲਾ ਫਿਰਿਆ, ਗੁਰਮੁਖੀ ਨਜ਼ਰੀ ਆਇਆ। ਨਾਮ ਤੋਂ ਬਿਨਾਂ ਜਗ ਕਮਲਾ ਫਿਰਦਾ ਹੈ, ਜਿਹੜੇ ਨਾਮ ਤੇ ਕਹਿੰਦੇ ਨਾ, ਨਾਮ ਅਸੀਂ ਲਈ ਫਿਰਦੇ ਹਾਂ, ਵੇਚਦੇ ਫਿਰਦੇ, ਨਾਮ ਦਿੰਦੇ ਫਿਰਦੇ, ਸਾਰੇ ਕਮਲੇ ਨੇ। ਉਹ ਬੇੜਾ ਹੀ ਹੈ ਇਹੋ ਜਿਹਾ, ਗੁਰੂ ਨਾਨਕ ਨੇ ਗੱਲ ਕਹੀ ਸੀ ਨਾ, ਕਮਲਾ ਫਿਰੇ, ਉਹ ਜਿਹਾ ਹੀ ਹੁਣ ਕਮਲੀਆਂ ਮਾਰਦੇ ਨੇ। ਤੁਸੀਂ ਨਾਮ ਤਾਂ ਇਹ ਹੈ ਕਿ ਇੱਕ ਸਮਝਾ ਦਿਓ ਦੁਨੀਆ ਨੂੰ, ਇੱਕ ਕੀ ਹੈ, ਇੱਕ ਕੀ ਹੈ ਉਹਨੂੰ ਸਮਝਾ ਦਿਓ, ਇਹੀ ਨਾਮ ਹੈ ਬਸ। ਇੱਕ ਦੀ ਸਮਝ ਹੀ ਨਾਮ ਹੈ, ਇੱਕ ਦਾ ਗਿਆਨ ਕਰਾਉਣਾ ਨਾਮ ਹੈ। ਉਹ ਕੋਈ ਨਹੀਂ ਕਰਾ ਰਿਹਾ, ਨਾਮ ਸਾਰੇ ਦੇ ਰਹੇ ਨੇ, ਸਭ ਫਰੋਡ ਹੈ। ਇਹ ਪਹਿਲਾਂ ਤੇ ਅੱਜ ਤੇ ਨਹੀਂ ਹੈ, ਨਾਮ ਸਾਰੇ ਦਿੰਦੇ ਨੇ, ਰਾਧਾ ਸਵਾਮੀ ਆਪਣਾ ਦਿੰਦੇ ਨੇ, ਇਹਦੇ ਸੱਚਖੰਡ ਦੇ ਢੇਡ ਦਿੰਦੇ ਨੇ, ਇਹ ਸਭ ਕੁਝ ਮਾਇਆ ਧਾਰੀਆਂ ਦੀਆਂ ਗੱਲਾਂ ਨੇ। ਜੇ ਮਨ ਸਿਉਂ ਨਹੀਂ ਨਾ ਜਿਹੜਾ ਲੜਦਾ, ਆਪਣੇ ਆਪ ਨਾਲ ਨਹੀਂ ਲੜਦਾ, ਉਹ ਸਿੱਖ ਨਹੀਂ ਹੈ। ਜਿਹੜਾ ਆਪਣੇ ਆਪ ਨਹੀਂ ਲੜਦਾ, ਉਹ ਬਾਹਰ ਜ਼ਰੂਰ ਲੜਦਾ ਲੋਕਾਂ ਨੂੰ, ਲੜਨਾ ਦਾ ਸੁਭਾਅ ਹੈ, ਕਿਉਂਕਿ ਜਨਮ ਕੀ ਹੈ, ਬੈਰ ਵਿਰੋਧ ਕਾਮ ਕ੍ਰੋਧ ਲੋਭ ਮੋਹ। ਬੈਰ ਵਿਰੋਧ ਦਾ ਕਾਰਨ ਕੀ ਹੈ, ਕਾਮ ਕ੍ਰੋਧ ਲੋਭ ਮੋਹ, ਇਹ ਚਾਰ ਕਾਰਨ ਨੇ। ਉਹ ਤਾਂ ਪੈਦਾ ਕੀ ਹੈ, ਬੈਰ ਵਿਰੋਧ, ਬੈਰ ਵਿਰੋਧ ਕਿਉਂ ਹੈ, ਵਜ੍ਹਾ ਕੀ ਹੈ, ਕਾਮ ਕ੍ਰੋਧ ਲੋਭ ਮੋਹ, ਇਹਦੇ ਕਰਕੇ ਬੈਰ ਵਿਰੋਧ ਹੈ। ਇਹ ਪੰਜੇ ਹੈਗੇ, ਚਾਰੇ ਸਿੱਖਾਂ 'ਚ ਹੈਗੇ, ਬੈਰ ਵਿਰੋਧ ਹੈਗਾ। ਜੇ ਚਾਰੇ ਹੈਗੇ, ਬੈਰ ਵਿਰੋਧ ਹੈਗਾ, ਉਹ ਸਿੱਖ ਨਹੀਂ ਹੈ। ਇਹ ਤਰੀਕੇ ਨਾਲ ਮੰਨਣਾ ਚਾਹੀਦਾ ਸੀ, ਫਿਰ ਜਿਹੜਾ ਮੰਨ ਲਓ ਮੈਂ ਸਿੱਖ ਨਹੀਂ, ਉਹ ਸਿੱਖ ਬਣ ਜੂਗਾ। ਜੇ ਇਹ ਮੰਨਦਾ ਨਹੀਂ ਮੈਂ ਸਿੱਖ ਹੈਗਾ ਇਹਨਾਂ ਦੇ ਵਿੱਚ, ਉਹਨੇ ਸਿੱਖ ਬਣਨਾ ਹੀ ਨਹੀਂ। ਸਿੱਖ ਬਣਨ ਵਾਸਤੇ ਸਾਨੂੰ ਮੰਨਣਾ ਚਾਹੀਦਾ ਵੀ ਮੇਰੇ 'ਚ ਸਭ ਕੁਝ ਹੈਗਾ, ਮੈਂ ਸਿੱਖ ਨਹੀਂ। ਜਿਹੜਾ ਮੰਨ ਲਓ ਉਹ ਸਿੱਖ ਬਣ ਜੂਗਾ, ਕਿਉਂਕਿ ਆਪਣੇ ਅੰਦਰ ਝਾਕ ਕੇ ਦੇਖ ਲੂ, ਆਪਣੇ ਗੁਰਬਾਨ ਵਿੱਚ ਸਿਰ ਨੀਵਾਂ ਕਰਕੇ ਜੇ ਦੇਖ ਲੂਗਾ, ਜੇ ਕਿਸੇ ਨੇ ਸਿੱਖ ਬਣਨਾ ਆਪਣਾ ਅੰਦਰ ਦੇਖ ਕੇ, ਇਹਨਾਂ ਤੋਂ ਬਚਵੇ, ਸਿੱਖ ਬਣ ਜੂਗਾ। ਔਰ ਸਿੱਖੀ ਤੋਂ ਬੜੀ ਕੋਈ ਦਾਤ ਵੀ ਨਹੀਂ ਹੈ ਸੰਸਾਰ 'ਚ, ਸਿੱਖੀ ਤੋਂ ਬੜੀ ਕੋਈ ਚੀਜ਼ ਉਪਲਬਧੀ ਵੀ ਹੈ ਨਹੀਂ, ਚਾਹੇ ਰਾਜ ਮਿਲ ਜਾਵੇ ਸਾਰੀ ਦੁਨੀਆ ਦਾ, ਉਹ ਵੀ ਬਰਾਬਰ ਨਹੀਂ ਦੇਖੇਗਾ। ਫਿਰ ਕੀ ਝੂਠ ਬਕਾਰ ਮਹਾਂ ਲੋਭ ਧਰੋ, ਜਿਹੜਾ ਝੂਠ ਬੋਲਦੇ ਨੇ ਔਰ ਬਕਾਰ ਦੇ ਨਾਲ ਮਹਾਂ ਲੋਭੀ ਨੇ, ਉਹ ਕੀ ਨੇ, ਉਹ ਇਹਦੇ ਨਾਲ ਸੱਚਖੰਡ ਨਾਲ ਪਰਮੇਸ਼ੁਰ ਨਾਲ ਧਰੋਹ ਕਰ ਰਹੇ ਨੇ। ਧਰੋਹ ਹੈ ਤਾਂ ਆਦਮੀ ਧਾਰਮਿਕ, ਧਰਮ ਦੇ ਨਾਂ 'ਤੇ ਧਰੋਹ ਕਰ ਰਹੇ ਨੇ। ਝੂਠ ਝੂਠ ਕਿੱਥੇ ਆਇਆ, ਝੂਠ ਉੱਥੇ ਆਇਆ ਜਿੱਥੇ ਗਿਆਨ ਨਹੀਂ, ਜੈ ਗਿਆਨ ਤਾਂ ਹੈ ਧਰਮ ਹੈ, ਜੈ ਝੂਠ ਤੈ ਪਾਪ। ਜਿਹੜੇ ਧਰਮ ਗਿਆਨ ਨਹੀਂ ਕਰਾਉਂਦੇ ਝੂਠ ਬੋਲਦੇ ਨੇ, ਬਾਕੀ ਨਾਮ ਵੀ ਝੂਠਾ ਉਹਨਾਂ ਦਾ, ਤਰ੍ਹਾਂ ਤਰ੍ਹਾਂ ਦੇ ਝੂਠ ਨੇ ਉਹਨਾਂ ਦੇ ਕਹਾਣੀਆਂ, ਉਹ ਪਾਪ ਹੈ, ਪਾਪ ਹੈ, ਪਰਮੇਸ਼ੁਰ ਦੇ ਖਿਲਾਫ ਆ ਗੱਲ ਹੈ। ਪਾਪ ਕਰਦੇ ਨੇ, ਅਪਰਾਧ ਕਰਦੇ ਨੇ, ਜਨਤਾ ਨਾਲ ਕਰਦੇ ਨੇ, ਪਰਮੇਸ਼ੁਰ ਦੀ ਜਨਤਾ ਨਾਲ ਕਰਦੇ ਨੇ ਅਪਰਾਧ। ਇਹ ਧਰੋਹ ਹੈ, ਜਨਮ ਲੈ ਕੇ ਆਏ ਨੇ ਆਪਣਾ ਜਨਮ ਸਵਾਰਨ ਖਾਤਰ, ਅਤੇ ਕਰਦੇ ਨੇ ਆਖੇ ਧਰੋਹ। ਟ੍ਰੇਨਿੰਗ ਲੈ ਲਈ, ਭਰਤੀ ਹੋ ਗਿਆ ਫੌਜ 'ਚ, ਟ੍ਰੇਨਿੰਗ ਲੈ ਲਈ ਹਥਿਆਰਾਂ ਦੀ, ਬਣ ਗਿਆ ਅੱਤਵਾਦੀ, ਧਰੋਹ ਕੀਤਾ ਸਰਕਾਰ ਨੇ, ਟ੍ਰੇਨਿੰਗ ਉੱਥੋਂ ਲਈ, ਹਥਿਆਰ ਉੱਥੋਂ ਚਲਾਉਣੇ ਸਿੱਖੇ, ਹਥਿਆਰ ਲੈ ਕੇ ਭੱਜ ਗਿਆ, ਧਰੋਹ ਕਰ ਲਏ, ਸਰਕਾਰ ਦੇ ਖਿਲਾਫ ਹੋ ਗਿਆ। ਇਹ ਸਾਰੇ ਉਹ ਨੇ, ਇਹ ਧਾਰਮਿਕ ਅੱਤਵਾਦੀ ਨੇ,
ਜਿਵੇਂ ਧਾਰ ਕੋਈ ਫੌਜ ਦੇ ਅਫਸਰ ਭੱਜਣ ਗੱਦਾਰੀ ਕਰਕੇ ਦੇਸ਼ ਨੂੰ, ਉਹ ਤਾਂ ਧਰੋਹ ਹੋ ਗਿਆ ਨਾ। ਇਹੋ ਜਿਹਾ ਧਰੋਹ ਇਹਨਾਂ ਨੇ ਕੀਤਾ ਹੋਇਆ। ਥੋੜ੍ਹਾ ਜਿਹਾ ਗਿਆਨ ਪੜ੍ਹ ਲਿਆ ਧਰਮ ਗ੍ਰੰਥ ਵਿੱਚੋਂ, ਧਰਮ ਦੀ ਮੁਹਰ ਲਾ ਲਈ, ਧਰੋਹ ਤੋਂ ਤੁਲ ਗਏ। ਹੁਣ ਤਾਰਨੇ ਵਾਸਤੇ ਲੋਕਾਂ ਨੂੰ ਦਿਨ ਡਬੋਣ ਲੱਗ ਗਏ, ਲੋਕਾਂ ਨੂੰ ਸਿੱਖਿਆ ਦੇਣੀ ਤੀ ਚੰਗੀ, ਲਾਗੇ ਡਬੋਣ, ਇਹ ਧਰੋਹ ਹੈ ਧਰਮ ਦੇ ਨਾਂ 'ਤੇ ਧਰੋਹ ਹੈ। ਇਹ ਇਹ ਜਿਹੜੇ ਰਾਜੇ ਹੁੰਦੇ ਨੇ ਨਾ ਰਾਜੇ, ਇਹ ਧੱਕਾ ਕਰਦੇ ਹੁੰਦੇ ਨੇ, ਰਾਜੇ ਧੱਕਾ ਕਰਦੇ ਹੁੰਦੇ ਨੇ ਕਹਿ ਕੇ। ਨਵੇਂ ਪਾਤਸ਼ਾਹ ਨਾਲ ਧੱਕਾ ਹੋਇਆ, ਸਿੱਖੀ ਨਾਲ ਧੱਕਾ ਹੋਇਆ, ਉਹ ਧੱਕਾ ਕਰਦੇ ਹੁੰਦੇ ਨੇ। ਪੰਜਵੇਂ ਪਾਤਸ਼ਾਹ ਨਾਲ ਧੱਕਾ ਹੋਇਆ, ਸਾਹਿਬਜ਼ਾਦਿਆਂ ਨਾਲ ਧੱਕਾ ਹੋਇਆ, ਅਨੰਦਪੁਰ ਸਾਹਿਬ ਹਮਲਾ ਕੀਤਾ ਧੱਕਾ ਹੋਇਆ, ਇਹ ਧੱਕਾ ਕਰਦੇ ਹੁੰਦੇ ਨੇ ਸਿੱਧਾ, ਕਿ ਦੂਜੀ ਲੜਾਈ ਹੁੰਦੀ ਹੈ ਇਹਨਾਂ ਦੀ। ਇਹ ਜਿਹੜੇ ਧਾਰਮਿਕ ਆਦਮੀ ਨੇ ਧੱਕਾ ਇਹਨਾਂ ਨਹੀਂ ਕਰਦੇ, ਧਰੋਹ ਕਰਦੇ ਨੇ, ਧੱਕਾ ਨਹੀਂ ਕਰਦੇ ਹੁੰਦੇ, ਇਹ ਧਰੋਹ ਕਰਦੇ ਹੁੰਦੇ ਨੇ। ਧਰਮ ਦੇ ਪ੍ਰਚਾਰ 'ਚ ਧਰਮ ਪ੍ਰਚਾਰ ਧਰਮ ਦਾ ਕਰਕੇ, ਧਰਮ ਦੇ ਨਾਂ 'ਤੇ ਧਰੋਹ ਕਰਦੇ ਨੇ, ਧਰਮ ਵਾਲੇ ਧਰੋਹ ਕਰਦੇ ਨੇ, ਉਹਦੇ ਬੰਦਿਆਂ ਨਾਲ ਧਰੋਹ ਕਰਦੇ ਨੇ, ਪਰਮੇਸ਼ਰ ਦੀ ਔਲਾਦ ਨਾਲ ਧਰੋਹ ਕਰਦੇ ਨੇ। ਉਸ ਨੂੰ ਭੇਖ ਦਿਖਾਇਓ ਜਗਤ ਕੋ ਲੋਗਨ ਕੋ ਬਸ ਕੀਨ ਕਿਹਾ ਹੈ, ਜਿਹੜੇ ਧਰੋਹ ਕਰਦੇ ਨੇ। ਧਰੋਹ ਹੈ ਭੇਖ ਦਿਖਾਇਓ ਜਗਤ ਕੋ ਲੋਗਨ ਕੋ ਬਸ ਕੀਨ, ਇਹ ਧਰੋਹ ਹੈ। ਝੂਠ ਵਿਕਾਰ ਬਹਾਨਾ ਲੋਭ ਧਰੋਹ, ਆਉ ਜੁਗਤ ਬਿਹਾਨੇ ਕਈ ਜਨਮ। ਅਤੇ ਸਿੱਖਾਂ ਦੇ ਵਿੱਚ ਚਾਰ ਔਗਣ ਨੇ। ਜਿਹੜੀ ਬਣ ਗਈ ਸੰਸਥਾ, ਜੇ ਤਾਂ ਸਦਾ ਅਣ ਸਿੱਖ ਹੈ ਤਾਂ ਔਗਣ ਚਾਰੇ ਨੇ। ਪਹਿਲੇ ਹੀ ਅੱਧੀ ਪੰਕਤੀ ਹੋਈ ਆ ਉਹ 'ਤੇ ਜਿਹੜੇ ਓਬੀ ਸਾਹਿਬ ਨੇ, ਅੱਧੀ ਪੰਕਤੀ ਲਾਗੂ ਹੈ। ਜਿਹੜੀਆਂ ਸੰਸਥਾਵਾਂ ਬਣੀਆਂ ਹੋਈਆਂ ਨੇ ਸੰਤ, ਉਹਨਾਂ 'ਤੇ ਚਾਰੇ ਪੰਕਤ ਲਾਗੂ ਨੇ, ਉਹਦੇ ਦੋਵੇਂ ਪੰਕਤੀਆਂ ਲਾਗੂ ਨੇ। ਉਹਦੇ ਝੂਠ ਵਿਕਾਰ ਮਾਲ ਉਹ ਧਰੋਹ ਵੀ ਲਾਗੂ ਹੈ ਸੰਤਾਂ 'ਤੇ, ਪਬਲਿਕ 'ਤੇ ਨਹੀਂ ਲਾਗੂ ਹੈ। ਇਹ ਪਬਲਿਕ 'ਤੇ ਲਾਗੂ ਹੈ ਕਿ ਕਾਮ ਕ੍ਰੋਧ ਲੋਭ ਮੋਹ, ਇੰਨਾ ਹੀ ਇਹਨਾਂ 'ਚ ਉਗਣ। ਉਹ ਜਿਹੜੇ ਸੰਤ ਨੇ ਮਹਾਂਪੁਰਖ ਕਹਾਉਂਦੇ ਨੇ, ਉਹਨਾਂ ਚਾਰ ਹੋਰ ਵੀ ਅਗਲੇ ਨੇ, ਉਹ ਧਰੋਹ ਕਰਦੇ ਨੇ। ਇਹ ਤਾਂ ਸਾਡੇ 'ਚ ਕੁਦਰਤੀ ਹੈ, ਸਭ ਦੇ ਵਿੱਚ ਹੀ ਹੈ। ਯਾਹੂ ਜੋਤ ਬਹਿਣ ਨੇ ਕਈ ਜਨਮ। ਹੁਣ ਸਿੱਖ ਕੌਣ? ਸਿੱਖ ਉਹ ਹੈ ਜਿਹੜਾ ਸਿੱਖਿਆ ਲੈ ਕੇ ਮਨ ਨੂੰ ਸਮਝਾ ਕੇ ਚਾਰੇ ਉਗਣ ਉਛੜਾ ਦੇਵੇ। ਉਧਰੋਂ ਵਾਲੇ ਪਾਸੇ ਤਾਂ ਜਾਣਾ ਹੀ ਨਾ ਹੈ, ਫਿਰ ਇਮਾਨਦਾਰੀ ਵਾਲੇ ਪਾਸੇ ਜਾਵੇ। ਪਹਿਲੀ ਭਗਤੀ ਤਾਂ ਲਾਗੂ ਜਦ ਹੁੰਦੀ ਹੈ ਜਿਹੜਾ ਦੁੱਧ ਵਿਗੜ ਜਾਵੇ ਉਹਦੇ 'ਤੇ, ਚਾਲੇ ਤਿਆਰ ਮਿਲਣ ਕੋ ਵਿੱਚ ਅੜ ਗਿਆ ਜਿਹੜਾ ਚੀਤ ਹੈ ਉਹਨਾਂ 'ਤੇ ਪੂਰੀ ਦੋ ਪੂਰੀ ਪੰਕਤੀ ਲਾਗੂ ਹੁੰਦੀ ਹੈ। ਦੋ ਹਿੱਸੇ ਝੂਠ ਵਿਕਾਰ ਮਹਾਨ ਉਹ ਧਰੋਹ ਉਹਨਾਂ 'ਤੇ ਲਾਗੂ ਹੁੰਦਾ। ਉਹ ਧਰੋਹ ਕੀ ਜਿਹੜਾ ਕਰਦੇ ਨੇ ਰੱਬ ਦੇ ਨਾਂ 'ਤੇ ਜੀ ਠੱਗੀ ਮਾਰਦੇ ਨੇ, ਧਰੋਹ ਹੈ ਉਹ। ਸੱਚ ਦਾ ਧਰੋਹ ਹੈ, ਸੱਚ ਦੀ ਜਗ੍ਹਾ ਝੂਠ ਵੇਚਦੇ ਨੇ। ਸੱਚੇ ਮਾਰਗ ਦੀ ਜਗ੍ਹਾ ਝੂਠੇ ਮਾਰਗ 'ਤੇ ਚਲਾਉਂਦੇ ਨੇ, ਪੁੱਠੇ ਪਾਸੇ 'ਤੇ ਉਪਦੇਸ਼ ਦਿੰਦੇ ਨੇ, ਇਹ ਧਰੋਹ ਹੈ। ਝੂਠ ਵਿਕਾਰ ਮਹਾਲੋਭ ਧਰੋਹ, ਆਹੂ ਜੁਗਤ ਬਿਆਨੇ ਕਈ ਜਾਣੂ, ਨਾਨਕ ਰਾਖ ਲਿਓ ਆਪਣ ਕਰ ਕਰਮ। ਹੁਣ ਜੇ ਉਹ ਜਿਹੜਾ ਝੂਠ ਹੈ ਮਨ ਜਿੱਤਣਾ, ਅਸੀਂ ਜੇ ਮਨ ਸਿਰ ਲੜਨਾ ਤਾਂ ਸਾਡੇ ਕੋਲ ਚਾਰ ਹੈ ਰਹੇ ਨੇ ਛਡਾਉਣ ਨੂੰ, ਬਸ ਪਹਿਲੀ ਪੰਕਤੀ ਉਹ ਲਾਗੂ ਹੈ ਸਾਡੇ 'ਤੇ। ਹਾਂਜੀ, ਕਾਜੀ ਸੋ ਜੋ ਕਾਇਆ ਵਿਚਾਰੇ, ਕਾਇਆ ਵਿਚਾਰੇ, ਕਾਇਆ ਦੇ ਵਿਚਾਰ ਉਗਲਣੇ, ਕਾਇਆ ਦੇ ਵਿੱਚ ਨੇ ਇਹ ਚਾਰਾਂ ਦਾ ਕਾਇਆ ਨਾਲ ਸੰਬੰਧ ਹੈ, ਬਾਲੇ ਸਰੀਰ ਦਾ ਨਹੀਂ ਸੰਬੰਧ ਹੈ। ਕਾਜੀ ਸੋ ਜੋ ਕਾਇਆ ਵਿਚਾਰੇ, ਕਾਇਆ ਕੀ ਅਗਨ ਬ੍ਰਹਮਪੁਰ ਜਾ, ਕਾਇਆ ਕੀ ਅਗਨ ਕੀ ਹੈ, ਕਾਇਆ ਦੀ ਅਗਨ ਤਾਂ ਤ੍ਰਿਸ਼ਨਾ ਹਾਲੇ, ਤ੍ਰਿਸ਼ਨਾ ਦੀ ਅਗਨ ਹੈ ਨਾ, ਤ੍ਰਿਸ਼ਨਾ ਵਾਹਲੇ ਕਰਕੇ ਕਾਮਨਾ ਲੋਭ ਕਰਕੇ, ਲੋਭ ਲਹਿਰ
क्रोध यह भी अग है, क्रोध भी अग है, तृष्णा भी अग है। वो करके तृष्णा है, पैसे जमा करके रख जो औलाद के कम आने भी वो है, वो ये धैर्य ता लिया, नहीं तो अपने योग ही करे, फिर ज्यादा क्यों करे। हाँ जी, काया की जी अगन है, तृष्णा की और क्रोध की अगन है, ब्रह्म पर जा रहे, ब्रह्म ज्ञान नाल, ब्रह्म अगन जाल दे, ब्रह्म अगन, जब ब्रह्म ज्ञान पैदा हो, ज्ञान प्रचंड दे विच अग सड़ जाती है, अगे सड़, देखो अग नू जाल दे, अग नू साड़ दे, ब्रह्मा गण इतनी शक्तिशाली ज्ञान की इन्नी प्रचंडता है कि अग न शांत कर दिता, यह अग उत्ते असर ही नहीं करती। आया कि अगन ब्रह्म प्रजारे, ब्रह्म ज्ञान नाल साड़ दे, नष्ट कर दे। सुपने बिंद्र देई झरना, इस काजी को जरा ना मारना, सुपने दे विच भी, सुपने के बिच भी जो मन है ना, ये एक सिकंड वास्ते भी लोभ ना आवे, एक कतरा भी खून होती है, खून लोभ नू खून कहते, लोभ रत, लोभ रत एक बूंद भी पैदा ना हो, सुपने च भी एक बूंद भी लोभ नहीं पैदा होगी ना अंदर, दूए दिन भी कढ़नी पऊगी। सुपने च भी एक बूंद लोभ दी पैदा ना हो, समझे नी, सुपने च भी लोभ अंदर पैदा ना हो, लोभ पैदा हो जाता होंगे, ये बकाया चाहे दब लिए पैदा हो जाता, वह कहना जो सुपना आ गया ना लोभ का, उस लोभ पैदा हो जूगा, सुपने में खून पैदा हो जूगा, लोभ के बच्चों खून चढ़ता है, हिरदे जमा हो जाता है, लोभ के बच्च बच्चों खून चढ़ता है, ताही उन्हूं कहा ना, जद काही नूं कहा ना, सच की गाती सच सब सार, तिसका कुठा होवे सेख लोहू लब नकथा देख, लोभ का लोहू कढ़ना पैंदा फिर बाहर, जे सुपना लोभ का आ गया किते, सुपने के लोभ जमा हो गया, सुपने च बूंद भी झड़ के लोभ दी हिरदे च ना टिक जावे, वह भी कढ़नी पऊगी, जे मन दे विच कबूद भी चली गई ना लहू दी, वह भी परेशान करूगी, लोभ नहीं रहना चाहिए अंदर बिल्कुल भी, सुपने च भी लोभ नहीं पैदा होना होना चाहिए, सुपने बिंदु ने दे चलना, इस काजी को जरा ना मारना, क्योंकि एक माया नाल संबंधित है, उन्होंने जिहड़े अर्थ किए ने माया नाल संबंधित किए ने, बाले शरीर नाल संबंधित किए ने, जिहड़े पंडित ने अर्थ किए ने दे, वह काया बाले शरीर उड़ चुका कहना है, इस करके बाले शरीर अर्थ जोड़ते, पहला काम क्रोध का तो बाले शरीर संबंध ही नहीं, वह तो मन का संबंध है, लोभ का भी संबंध अंदर अंदरले शरीर बाले का की संबंध है, कदे अंदरले शरीर से आ जाता पंडित, कदे बाले से आ जाता, दो ही पासे टप्पी जाता, दो बेड़िया के पैर रखता पंडित या अर्थ कर रहा है, यही साढ़े विद्वान करते हैं, कदे अंदरली गल कर लेंगे, कदे बाहरली कर लेंगे, गल सारी अंदरली है, जिते बाहरली आँदी उत्थे प्योर बाहरली भी है, उत्थे गल अलग है, वो उन्हां दी है। हाँ जी, तिस काजी को जरा ना मारना, तिस काजी को जरा, उस काजी नूं ना जरा रोग है, जरा रोग की हुंदा ना मारना, जरा रोग की हुंदा है, आत्मा जिहड़ी है बुद्धिहीन होई जाना जरा रोग है, आत्मा नूं इह जिनी बुद्धि लैके आया है, जिहदा नाश करके चलिया गया, यह जरा रोग बुद्धि नूं भी हैगा, कितने शरीर नूं जरा रोग नहीं है, जे अकल का नाश हो गया कद ना होगा, जरा थोड़ा थोड़ा करके घटी गई रोज, जिहड़ा चलिया जुहारिया दो हाथ झाड़ के की झाड़ के बुद्धि का नाश हो गया, बुद्धि का नाश हो गया,
या बुद्धि का प्रकाश हो गया। नानक बंदा करता है जिथे मृत न जन्म फिर जरा उथे तो शरीर है नहीं पहला था उथे जाके जरा की है उथे जाके नामदेव ने दस जरा उथे जवाल जरा लगता जवाल जवाल जरा रो गया जवाल होंगे डाउनफॉल ज्ञान का डाउनफॉल नहीं है अकल का डाउनफॉल नहीं है फिर डाउनफॉल है संसार दे विच है। हाँ खौफ ना खता ना तरस जवाल रघुदास का शब्द है जवाल नहीं है उथे कोई राजा उपर नू जांदा है चढ़दी कला वालू जां ढहिंदी कला वालू जांदा ना उहदी हुकूमत जान लगदी है उहदे बुरे दिन आउंदे ने पुठे दिन आउंदे ने उहनू जवाल कहिंदे ने। ਜਿਵੇਂ ਅਕਬਰ ਦੇ ਜ਼ਮਾਨੇ ਤੋਂ ਚੜ੍ਹਾਈ ਸ਼ੁਰੂ ਮੰਨਦੇ ਨੇ ਮੁਗਲਾਂ ਦੀ ਹਮਾਯੂ ਤਾਂ ਆਇਆ ਨਾ ਹਮਾਯੂ ਤਾਂ ਸ਼ੇਰ ਸ਼ਾਹ ਸੂਰੀ ਨੇ ਪੰਜਾਬ ਵੀ ਦਿੱਤਾ ਸੀ ਫਿਰ ਵੀ ਆ ਗਿਆ ਸੀ ਦੁਬਾਰਾ ਚੜ੍ਹਾਈ ਜ਼ਿਆਦਾ ਹੋਈ ਅਕਬਰ ਦੇ ਜ਼ਮਾਨੇ ਤੋਂ ਜ਼ਵਾਲ ਕਦੋਂ ਹੋਇਆ ਔਰੰਗਜ਼ੇਬ ਤੋਂ ਬਾਅਦ ਜ਼ਵਾਲ ਸ਼ੁਰੂ ਹੋ ਗਿਆ ਔਰੰਗਜ਼ੇਬ ਦੇ ਜ਼ਮਾਨੇ 'ਚ ਜ਼ਵਾਲ ਸ਼ੁਰੂ ਹੋ ਗਿਆ ਸੀ ਔਰੰਗਜ਼ੇਬ ਉੱਧਰ ਲੜਦਾ ਲੁੜਦਾ ਹੀ ਹੈ ਅਸ਼ਾਂਤੀ ਹੋ ਰਹੀ ਹੈ ਬਹਾਦਰ ਸ਼ਾਹ ਦੇ ਵਿਚਾਰ ਜ਼ਵਾਲ ਹੋ ਗਿਆ ਜਿਹੜੀ ਜਵਾਲ ਪਹਿਲਾਂ ਹੀ ਹੋ ਗਿਆ ਸੀ ਰਣਜੀਤ ਸਿੰਘ ਦੇ ਰਾਜ ਵਿੱਚ ਜਵਾਲ ਹੋ ਗਿਆ ਸੀ ਉਹ ਤਾਂ ਬਸ ਪ੍ਰਗਟੇ ਹੋਇਆ ਉਹਦੇ ਬਾਅਦ ਚਲੇ ਜਦ ਉਹ ਤਾਂ 10 ਸਾਲ ਬਾਅਦ ਖਤਮ ਹੋ ਗਿਆ ਰਾਜ ਜਵਾਲ ਛੱਡੇ ਸੀ ਅੰਦਰੋਂ ਅੰਦਰ ਘੁਣਾ ਖਾ ਗਿਆ ਸੀਗਾ ਸਭ ਕਾਸੇ ਨੂੰ ਉੱਤੋਂ ਉੱਤੋਂ ਹੀ ਸੀ ਬਸ ਉੱਤੋਂ ਉੱਤੋਂ ਹੀ ਸੀ ਸਰ ਕਿਆ ਰਣਜੀਤ ਸਿੰਘ ਨੂੰ ਫਤਿਹ ਹੀ ਬਲਾਉਣ 'ਤੇ ਬੰਦ ਕਰਤੀ ਅਕਾਲੀ ਫੂਲਾ ਸਿੰਘ ਦੇ ਕਹੇ 'ਤੇ ਤਾਂ ਸਵਾਲ ਇਹ ਸੀ ਔਰ ਕੀ ਸੀ ਅੰਦਰੋਂ ਨਹੀਂ ਸੀ ਉਹਨੂੰ ਕੋਈ ਚੰਗਾ ਸਮਝਦਾ ਜਿਹੜੇ ਉਹਦੇ ਲੱਛਣ ਸੀ ਜੋ ਰਣਜੀਤ ਸਿੰਘ ਦੇ ਲੱਛਣ ਸੀ ਨਾ ਸਿੱਖਾਂ ਨੂੰ ਸਭ ਦੀਦੇ ਸੀ ਉਹਦਾ ਜਿਨ੍ਹਾਂ ਨੇ ਉਹਨੂੰ ਮਾਰਨਾ ਸੀ ਡੋਗਰਿਆਂ ਨੇ ਜਿਹੜੇ ਚਾਹੁੰਦੇ ਸੀ ਵੀ ਖਤਮ ਹੋ ਜਾਏ ਰਾਜ ਉਹ ਤਾਂ ਕੁਝ ਸੀ ਜਿਹੜੇ ਸਿੱਖ ਸੀ ਉਹ ਤੰਗ ਸੀ ਡੋਗਰਿਆਂ ਦੇ ਹੱਥ ਸੀ ਉਹ ਅੰਗਰੇਜ਼ ਵੀ ਚਾਹੁੰਦੇ ਵੀ ਇਹਦਾ ਰਾਜ ਖਤਮ ਕਰੀਏ ਉਹ ਖੁਸ਼ ਸੀ ਅਤੇ ਮੂਰਤੀਆਂ ਗੁਰਦੁਆਰਿਆਂ ਦੇ ਪ੍ਰਕਰਮਾਂ 'ਚ ਆ ਗਈਆਂ ਦਰਬਾਰ ਸਾਹਿਬ ਦੇ ਉਹਨੂੰ ਫਿਕਰ ਕੋਈ ਨਹੀਂ ਅੰਗਰੇਜ਼ਾਂ ਨੇ ਕਢਾਤੀਆਂ ਆ ਕੇ ਉਹਦੇ ਜ਼ਮਾਨੇ 'ਚ ਆ ਗਈਆਂ ਜ਼ਵਾਲ ਸੀ ਇਹ ਜ਼ਵਾਲ ਦਾ ਟਾਈਮ ਸੀ ਜ਼ਵਾਲ ਇਹ ਆ ਗਿਆ ਜਿਹੜੇ ਲੋਕਾਂ ਨੇ ਲਿਖਿਆ ਨਾ ਰਣਜੀਤ ਸਿੰਘ ਨੂੰ ਚੁੰਦਾ ਬਹੁਤ ਸਿਆਣਾ ਉਹ ਸ਼ਾਇਦ ਉਹ ਲੋਕ ਸੀ ਜਿਹੜੇ ਉਹਦਾ ਰਾਜ ਦੇਖਣ ਨੂੰ ਚਾਹੁੰਦੇ ਸੀ ਉਹਦੇ ਵਰਗਾ ਬੇਵਕੂਫ ਰਾਜਾ ਨਹੀਂ ਸੀ ਕੋਈ ਉਹਦਾ ਸਿੱਖਾਂ ਦੇ ਵਿੱਚ ਜਿਹੜੇ ਪਹਿਲਾਂ ਉਸ ਵੇਲੇ ਦੀ ਸਪਿਰਿਟ ਸੀ ਕੁਛ ਆਦਮੀ ਵਿੱਚ ਹਰੀ ਸਿੰਘ ਨਲੂਆ ਸੀ ਅਕਾਲੀ ਫੂਲਾ ਸਿੰਘ ਸੀ ਉਹਨਾਂ ਦੇ ਸਿਰ 'ਤੇ ਕਰ ਗਿਆ ਜਾਂ ਫੌਜ ਬਾਗੀ ਹੋ ਗਈ ਉਹਦੇ ਲੱਛਣ ਦੇਖ ਲਏ ਰਾਜ ਤਾਂ ਇਹੋ ਜਿਹਾ ਕਾਇਮ ਹੋ ਸਕਦਾ ਸੀ ਜੇ ਕੋਈ ਸਿਆਣਾ ਬੰਦਾ ਹੁੰਦਾ ਪਰ ਉਹਦਾ ਡੋਗਰਿਆਂ ਦੇ ਹੱਥਾਂ 'ਚ ਖਤਮ ਹੋ ਗਿਆ ਕਰੈਕਟਰ ਹੀ ਨਹੀਂ ਹੈ ਉਹਦਾ ਜਿੰਨਾ ਘਟੀਆ ਕਰੈਕਟਰ ਸਿੱਖ ਰਾਜਿਆਂ ਦਾ ਸੀ ਉਹਨਾਂ ਕਰੈਕਟਰ ਮੁਗਲਾਂ ਦਾ ਨਹੀਂ ਸੀ ਪਠਾਣਾ ਦਾ ਵੀ ਉਹਨਾਂ ਘਟੀਆ ਕਰੈਕਟਰ ਨਹੀਂ ਸੀ ਘਟਿਆ ਕਿਉਂ ਹੋ ਗਿਆ ਸਵਾਲ ਇਹ ਹੈ ਗੁਰੂ ਨੂੰ ਪਿੱਠ ਦੇ ਗਏ ਜਾਂ ਗੁਰੂ ਨੂੰ ਪਿੱਠ ਦੇ ਗਏ ਬਸ ਨਰਕ ਜੜ ਗਏ ਇੱਕਦਮ ਜਦ ਮਿਸਲਾਂ ਵਾਲਿਆਂ ਨੇ ਮਿਸਲਾਂ ਦਾ ਖਿਆਲ ਆਇਆ ਰਾਜ ਦਾ ਅਸਲ ਦੇ ਵਿੱਚ ਲੋਕ ਕੌਣ ਸੀ ਜਿਹਨਾਂ ਰਾਜ ਕੀਤਾ ਲੋਕ ਇਹ ਉਹੀ ਸੀ ਜਿਹੜੇ ਅਸਲ ਦੇ ਵਿੱਚ ਸਿੱਖੀ ਤੋਂ ਖਿਲਾਫ ਸੀਗੇ ਇਹ ਤਾਂ ਉਸ ਵੇਲੇ ਆ ਬੜੇ ਜਦ ਇਹਨਾਂ ਨੇ ਦੇਖਿਆ ਵੀ ਹੁਣ ਦੂਜੀ ਹਕੂਮਤ ਦੇ ਪੈਰ ਉਖੜ ਗਏ ਉਸ ਵੇਲੇ ਆ ਬੜੇ ਇੱਕਦਮ ਜਦ ਇੱਛਾ ਪ੍ਰਗਟ ਕਰਤੀ ਅਸੀਂ ਰਾਜ ਕਰਨ ਅੰਦਰੋਂ ਸਿੱਖੀ ਨਾਲ ਲੱਗਦੇ ਸੀ ਸਾਰੇ ਨਾਭੇ ਵਾਲੇ ਦਾ ਵੀ ਇਹੀ ਹੈ ਜੇ ਨਾਭੇ ਵਾਲਾ ਸਿੱਖ ਹੁੰਦਾ ਤਾਂ ਜਿਹੜਾ ਕਾਨ ਸਿੰਘ
ਇਹਨੂੰ ਜਲਾਵਤਨ ਕਿਉਂ ਕਰਦਾ? ਉਹਨੇ ਕੋਈ ਮਾੜਾ ਕੰਮ ਕੀਤਾ ਸੀ? ਕਾਹਨ ਸਨ ਇਹੀ ਕਿਹਾ ਸੀ ਵੀ ਗੁਰਮਤਿ ਅਨੁਸਾਰ ਪੱਥਰ ਪੂਜਾ ਅਲਾਊਡ ਨਹੀਂ, ਸਾਡੇ ਰਾਏ ਦਿੱਤੀ ਸੀ ਡੀ ਸੀ ਨੂੰ। ਵਾਹਿਗੁਰੂ ਵਾਲਿਆਂ ਨੇ ਕਹੇ ਤਾਂ ਉਹਨਾਂ ਨੂੰ ਕੱਢ ਦਿੱਤਾ ਵੀ ਹਿੰਦੂ ਨਾਲ ਗੁੱਸੇ ਹੋ ਜਾਣ, ਇਹ ਦੇਖਿਆ ਨਾ ਸਿੱਖੀ ਦਾ ਨਾ ਦੇਖੀ ਨਾ। ਜਿੰਨਾ ਇਹਨਾਂ ਦਾ ਕੈਰੈਕਟਰ ਘਟੀਆ ਸੀ, ਅਜੇ ਪਟਿਆਲੇ ਵਾਲਾ ਫਿਰ ਚੰਬਾ ਰਿਹਾ ਜਿਹਨੇ ਕਾਂਗਰਸ ਨੂੰ ਰੱਖ ਲਿਆ, ਉਹਨੇ ਬਰਬਾਦ ਕੀਤੀ। ਪਟਿਆਲੇ ਵਾਲੇ ਨੇ ਰੱਖ ਲਿਆ ਉਹਨੂੰ, ਕਾਂਗਰਸ ਨੂੰ ਕੱਢਿਆ ਉਹਨੂੰ, ਤੂੰ ਇੱਧਰ ਆ ਜਾ, ਉਹਨਾਂ ਨੇ ਬਰਬਾਦ ਕੀਤੀ ਹੈ। ਉਹ ਫਿਰ ਚੰਗਾ ਰਿਹਾ ਇਹਨਾਂ ਨੂੰ, ਭਾਵੇਂ ਉਹ ਤਾਂ ਗਲਤੀ ਨਾਲ ਤੋਪ ਚੱਲ ਗਈ ਸੀ ਖਾਲਸਾ ਦੇ ਖਿਲਾਫ, ਉਹ ਗਲਤੀ ਨਾਲ ਚੱਲ ਗਈ ਸੀ ਤੋਪ, ਉਹਨੇ ਮਾਫ਼ੀ ਵੀ ਮੰਗੀ ਬਾਅਦ ਦੇ ਵਿੱਚ, ਕਿਉਂਕਿ ਜਦ ਮੁਖਾਲਫ ਹੁੰਦਾ ਆਪਸ ਵਿੱਚ ਹੀ ਹੋ ਜਾਂਦਾ ਨਾ। ਇਹ ਨੰਗਾ ਸਿੰਘਾਂ ਦੀ ਵੀ ਗਲਤੀ ਸੀ, ਇਹਨਾਂ ਨੂੰ ਡਿਊਟਰ ਲੈਣਾ ਚਾਹੀਦਾ ਸੀ ਉਦੋਂ। ਅਕਾਲੀ ਫੂਲਾ ਸਿੰਘ ਦੀ ਬਹੁਤ ਵੱਡੀ ਗਲਤੀ ਸੀ ਇਹ, ਉਹਨੂੰ ਮਿਸਲਾਂ ਵਿੱਚ ਡਿਊਟਰ ਲੈਣਾ ਚਾਹੀਦਾ ਸਾਰਿਆਂ ਦੇ ਵਿੱਚ। ਨਾ ਰਣਜੀਤ ਸਿੰਘ ਦਾ ਪੱਕ ਕਰਨਾ ਚਾਹੀਦਾ ਸੀ, ਨਾ ਇਹਨਾਂ ਦਾ ਪੱਕ ਕਰਨਾ ਚਾਹੀਦਾ ਸੀ, ਸਾਡਾ ਕੋਈ ਸੰਬੰਧ ਨਹੀਂ। ਕੁਛ ਗਲਤੀਆਂ ਹੋਈਆਂ ਅਕਾਲੀ ਫੂਲਾ ਸਿੰਘ ਤੋਂ, ਜਿਹਦਾ ਰਿਜ਼ਲਟ ਇਹ ਹੋਇਆ ਕਿ ਅਕਾਲੀ ਫੂਲਾ ਸਿੰਘ ਜਿੱਥੇ ਸੀਗਾ ਉੱਥੇ ਮੂਰਤੀਆਂ ਆ ਗਈਆਂ, ਇੱਧਰ ਨਹੀਂ ਆ ਸਕੀਆਂ। ਇਹ ਸੱਚ ਹੈ, ਸੱਚ ਮੰਨਣਾ ਪਊਗਾ ਸਾਰਿਆਂ ਨੂੰ। ਉੱਥੇ ਮੂਰਤੀਆਂ ਕਿਉਂ ਆ ਗਈਆਂ? ਉੱਥੇ ਨਿਹੰਗ ਸਿੰਘ ਆਪ ਸੀਗੇ, ਇੱਧਰ ਕਿਉਂ ਨਹੀਂ ਆਈਆਂ ਕਿਤੇ? ਇੱਧਰ ਉਹਦੀ ਸਿੱਖੀ ਖਰਾਬ ਨਹੀਂ ਹੋਈ ਜਿੰਨੀ ਉੱਥੇ ਢਾਹ ਲੱਗੀ ਹੈ। ਹਜ਼ੂਰ ਸਾਹਿਬ ਨੇ ਢਾਹ ਲੱਗੀ, ਉੱਥੇ ਨਹੀਂ ਲੱਗੀ, ਇੱਥੇ ਹੀ ਕਿਉਂ ਜ਼ਿਆਦਾ ਲੱਗੀ ਹੈ ਢਾਹ? ਜਿੰਨਾ ਵਿਰੋਧ ਮਾਝੇ 'ਚ ਹੋਇਆ ਸਿੱਖੀ ਦਾ, ਤਾਤੂ ਦਾਸ ਮਾਝੇ ਸੀ, ਸ੍ਰੀ ਚੰਦ ਲਖਮੀ ਚੰਦ ਮਾਝੇ ਸੀ, ਮਾਝੇ 'ਚ ਸੀ, ਗੁਰੂ ਨਾਨਕ ਮਾਝੇ 'ਚ ਸੀ। ਇਹ ਕਾਰਨ ਸੀ ਮਾਝੇ ਵਾਲੇ ਸਿੰਘ ਬੇਦਾਵਾ ਦੇ, ਚਾਹੇ ਉਹਨਾਂ ਨੇ ਬਾਅਦ ਦੇ ਵਿੱਚ ਪੜ੍ਹਾ ਲਿਆ ਬੇਦਾਵਾ, ਫਿਰ ਵੀ ਸਿੱਖ ਵੀ ਸੀ, ਅਸਲੀ ਵੀ ਸੀ, ਪਰ ਉੱਥੇ ਦੋਆਂ ਦਾ ਵੀ ਸੀ। ਇਹਦਾ ਮਤਲਬ ਦੋਵੇਂ ਕਿਸਮ ਦੇ ਸੀ, ਵਿਰੋਧੀਆਂ ਦਾ ਵੀ ਜ਼ੋਰ ਸੀ ਉੱਥੇ। ਪੜ੍ਹਾ ਲਿਆ ਚਾਹੇ ਬੇਦਾਵਾ, ਦੇ ਤਾਂ ਗਏ ਨਾ, ਪ੍ਰਭਾਵ ਸੀ ਉਹ ਗੱਲ ਦਾ। ਨਵੇਂ ਪਾਤਸ਼ਾਹ ਗਏ ਨੇ, ਉਹਨਾਂ ਨੇ ਦਰਵਾਜ਼ਾ ਨਹੀਂ ਖੋਲ੍ਹੇ, ਬੰਦ ਕਰਤੇ। ਅੰਮ੍ਰਿਤਸਰ ਕੀਤੇ ਨਾ, ਅੰਮ੍ਰਿਤਸਰ ਕਦੇ ਵੀ ਸਿੱਖੀ ਦਾ ਸੈਂਟਰ ਸ਼ੁੱਧ ਪ੍ਰਚਾਰ ਦਾ ਬਹੁਤ ਘੱਟ ਰਿਹਾ। ਜੇ ਹਿਸਟਰੀ ਦੇਖੀਏ, ਦਸਵਾਂ ਹਿੱਸਾ ਵੀ ਉੱਥੇ ਪ੍ਰਚਾਰ ਨਹੀਂ ਸਹੀ ਹੋਇਆ। ਅੱਜ ਟੋਟਲ ਉਸ ਤੋਂ ਲੈ ਕੇ ਜੋ ਤੋਂ ਦਰਬਾਰ ਸਾਹਿਬ ਦਾ ਨਿਰਮਾਣ ਹੋਇਆ, ਪੰਜਵੇਂ ਪਾਤਸ਼ਾਹ ਨੂੰ ਉੱਥੇ ਨਹੀਂ ਟਿਕਣ ਦਿੱਤਾ ਇਹਨਾਂ ਨੇ। ਉਹ ਉਹਨਾਂ ਨੇ ਤਰਨ ਤਰਨ ਜਾ ਕੇ ਕੀਤਾ ਪ੍ਰਚਾਰ, ਹੋਇਆ ਕਾਹਦਾ ਉੱਥੇ? ਜੱਟ ਬਾਹਰ ਰਣਜੀਤ ਸਿੰਘ ਆ ਗਿਆ, ਜਾਂ ਫਿਰ ਹਮਲੇ ਹੁੰਦੇ ਰਹੇ ਉੱਥੇ ਮੁਸਲਮਾਨਾਂ ਦੇ, ਫਿਰ ਉੱਥੇ ਸਾਧ ਆ ਗਏ। ਜਿੰਨਾ ਨੁਕਸਾਨ ਹੋਇਆ ਅੰਮ੍ਰਿਤਸਰ ਤੋਂ ਹੋਇਆ ਅੱਜ ਤੱਕ ਸਿੱਖੀ ਦਾ, ਜਿੰਨਾ ਨੁਕਸਾਨ ਹੋਇਆ ਉਲਟ ਪ੍ਰਚਾਰ ਹੋਇਆ ਉੱਥੋਂ ਹੋਇਆ ਹੋਇਆ, ਹੋ ਰਿਹਾ ਦੱਸਣ ਕਿੱਥੋਂ ਹੋਇਆ, ਹੋਰ ਦੱਸਣ ਕਿੱਥੋਂ ਹੋਇਆ? ਉਹੀ ਉਹਨਾਂ ਨੇ ਹੈਡ ਆਫਿਸ ਬਣਿਆ ਹੋਇਆ, ਉੱਥੇ ਹੀ ਗਲਤ ਪ੍ਰਚਾਰ ਹੋਇਆ, ਉੱਥੇ ਹੀ ਗਲਤ ਪ੍ਰਚਾਰ ਹੋ ਰਿਹਾ, ਅੱਜ ਵੀ ਹੋ ਰਿਹਾ, ਅੱਜ ਵੀ ਉੱਥੇ ਹੋ ਰਿਹਾ। ਕੋਈ ਬੋਲਦਾ ਨਹੀਂ ਨਾ ਖਿਲਾਫ, ਬੋਲਿਆ ਨਹੀਂ ਨਾ, ਕਿੰਨਾ ਚਿਰ ਬਰਦਾਸ਼ਤ ਕੀਤਾ ਜਾਊਗਾ? ਹੁਣ ਤਾਂ ਸਿੱਖੀ ਖਤਮ ਹੈ, ਹੁਣ ਤਾਂ ਮੰਨਗੇ ਸਿੱਖਾ ਹੀ ਨਹੀਂ ਕੋਈ, ਹੁਣ ਤਾਂ ਹਥਿਆਰ ਚੱਕਣੇ ਪਏ, ਜੇ ਹੁਣ ਨਾ ਚੱਕਾਂਗੇ ਫਿਰ ਕਿਆ ਚੱਕਾਂਗੇ? ਹੁਣ ਤਾਂ ਹੋਰ ਬੇੜਾ ਕਰਦੇ ਪਏ ਹਥਿਆਰ ਚੱਕਣ ਦਾ, ਉਹ ਤਾਂ ਹਥਿਆਰ ਚੱਕਣੇ ਪੈ ਗਏ ਹੁਣ ਫਿਰ ਮੁੜ ਕੇ। ਜੋ ਸੱਚ ਹੈ ਉਹ ਸੱਚ ਹੈ, ਜਿੰਨਾ ਨੁਕਸਾਨ ਹੋ ਰਿਹਾ ਅੰਮ੍ਰਿਤਸਰ 'ਤੇ ਹੋ ਰਿਹਾ ਸਾਰਾ, ਉੱਥੇ ਹੀ ਸਾਧ ਦਿੱਤਾ ਸਾਰੀ, ਉੱਥੇ ਅਕਾਲ ਤਖ਼ਤ ਦਾ ਪ੍ਰਚਾਰ ਕੀਤਾ, ਝੂਠ ਮੇਰਾ ਹੀ ਬਸ, ਕੁਛ ਵੀ ਨਹੀਂ ਹੈ ਉਹਦੇ ਵਿੱਚ। ਹਾਂਜੀ
ਸੁਪਨੇ ਬਿੰਦ ਨਾ ਦੇਈ ਝਾਲਾ ਤਿਸ ਕਾਜੀ ਕੋ ਜਰਾ ਤਿਸ ਕਾਜੀ ਕੋ ਜਰਾ ਨਾ ਮੰਨਣਾ ਉਹ ਕਾਜੀ ਜਿਹੜਾ ਹੈਗਾ ਉਹਦੀ ਕਲਚਰ ਕਾਇਆ ਹੋ ਗਈ ਕਲਚਰ ਕਾਇਆ ਕੋਟਗੜ ਵਿੱਚ ਹਰ ਹਰ ਸਿੱਧਾ ਹਾਂਜੀ ਸੌ ਸੁਲਤਾਨ ਜੋ ਦੋਏ ਸੁਲਤਾਨੇ ਬਾਹਰ ਜਾਤਾ ਭੀਤਰ ਆਨੇ ਇਹ ਸੁਲਤਾਨ ਸੁਲਤਾਨ ਹੁੰਦੇ ਸੀ ਇਹਨਾਂ ਦੇ ਮੁਸਲਮਾਨਾਂ ਦੇ ਸੁਲਤਾਨ ਹੁੰਦੇ ਸੀ ਸੁਲਤਾਨ ਨਹੀਂ ਲਿਖਿਆ ਸੁਲਤਾਨ ਲਿਖਿਆ ਸੁਲਤਾਨ ਚਾਹੀਦਾ ਸੁਲਤਾਨ ਨਹੀਂ ਚਾਹੀਦਾ ਸੁਰ ਸਾਧਨਾ ਹੋਵੇ ਉਹਦੀ ਜਿਹੜੀ ਸੁਰ ਹੈ ਨਾ ਤਾਲ ਤਾਲ ਨੂੰ ਕਹਿੰਦੇ ਨੇ ਸੁਰ ਔਰ ਤਾਲ ਇੱਕ ਹੋਵੇ ਚੇਤਾ ਮਨ ਇੱਕ ਇੱਕ ਜਗ੍ਹਾ ਇੱਕ ਹੋਵੇ ਇੱਕ ਸੁਰ ਚ ਬੋਲਾ ਚੇਤਾ ਮਨ ਅਸਲ ਚ ਇਹੀ ਰਾਜਾ ਬਣਨਾ ਨਾ ਅਸਲ ਤਾਂ ਰਾਜਾ ਬਣਨਾ ਨਾ ਹੈ ਜਿਹੜਾ ਅਵਿਨਾਸ਼ੀ ਰਾਜ ਬਣਨਾ ਅਵਿਨਾਸ਼ੀ ਰਾਜ ਸੁਲਤਾਨ ਨਹੀਂ ਹੁੰਦਾ ਸੁਲਤਾਨ ਹੁੰਦਾ ਉਹਨਾਂ ਦੇ ਸੁਲਤਾਨ ਹੁੰਦੇ ਨੇ ਉਹਨੂੰ ਜਹਾਂ ਪਨਾਹ ਕਹਿੰਦੇ ਨੇ ਜਹਾਂ ਪਨਾਹ ਕਹਿਣਾ ਅਪਰਾਧ ਹੈ ਜਹਾਂ ਨੂੰ ਪਨਾਹ ਉਹ ਦੇ ਰਿਹਾ ਜੇ ਉਹ ਜਹਾਂ ਪਨਾਹ ਇਸ ਕਰਕੇ ਜਿਹੜੀ ਕਿਸੇ ਦੀ ਉਸਤਤੀ ਕਰਨੀ ਹੈ ਨਾ ਆਦਮੀ ਦੀ ਸਾਨੂੰ ਬਵਰਜਿਤ ਹੈ ਉਸਤਤ ਨਿੰਦਾ ਤੂੰ ਬਵਰਜਿਤ ਮੁਸਲਮਾਨ ਇਹ ਕਰਦੇ ਸੀ ਜਹਾਂ ਪਨਾਹ ਕਹਿੰਦੇ ਸੀ ਫਿਰ ਉਹ ਅਨੁਵਾਦ ਕਿਹਦੀ ਪੜ੍ਹਦਾ ਹੈ ਰਾਜਾ ਉਹ ਪਨਾਹ ਕਿਹਦਾ ਮੰਗਦਾ ਹੈ ਝੂਠ ਦਾ ਪ੍ਰਚਾਰ ਜਿਹਨੂੰ ਮੁਸਲਮਾਨਾਂ ਸੀ ਸਾਰਾ ਸਿੱਖ ਨਹੀਂ ਇੱਦਾਂ ਕਰ ਸਕਦੇ ਸਿੱਖ ਤਾਂ ਕਰੇ ਨਹੀਂ ਸਕਦਾ ਨਾ ਇਹ ਗੱਲ ਕਹਿ ਨਹੀਂ ਸਕਦਾ ਜੋ ਜਹਾਂ ਪਨਾਹ ਹੈ ਉਹਨੂੰ ਕਹੂਗਾ ਪਰਮੇਸ਼ਰ ਹੈ ਜਹਾਂ ਪਨਾਹ ਇੱਕ ਰਾਜਾ ਔਰ ਅੰਬ ਵੰਬ ਹੋਵੇ ਇੰਨਾ ਧਰਮੀ ਔਰ ਜਹਾਂ ਪਨਾਹ ਕਹਾਵੇ ਫਿਰ ਉਹਦੀ ਵਰਤਮਾਨੀ ਹੀ ਹੈ ਔਰ ਕੀ ਹੈ ਇਸਲਾਮ ਦੇ ਵਿੱਚ ਜੋ ਉਹਨੇ ਫਿਰ ਸਿੱਖਿਆ ਕੀ ਹੈ ਧਰਮ 'ਚੋਂ ਸਿੱਖਿਆ ਕੀ ਹੈ ਟੋਪੀਆਂ ਬਣਾ ਕੇ ਰੋਟੀ ਖਾਣੀ ਨਾਲ ਧਰਮ ਨਹੀਂ ਹੈਗਾ ਧਰਮ ਗਿਆਨ ਦਾ ਵਿਸ਼ਾ ਇਹ ਦਿਖਾਵੇਗਾ ਧਰਮ ਲੋਕ ਮੈਨੂੰ ਕਹਿਣ ਮੈਂ ਧਾਰਮਿਕ ਹਾਂ ਟੋਪੀਆਂ ਬਣਾ ਕੇ ਰੋਟੀ ਖਾਣਾ ਲੋਕਾਂ ਤੋਂ ਪ੍ਰਚਾਰ ਕਰਵਾਉਣਾ ਲੋਕਾਂ ਦੀ ਨਿਗਾਹ ਚਿੰਬਾ ਹੋਣਾ ਲੋਕਾਂ ਦੀ ਨਿਗਾਹ ਚਿੰਬਾ ਮਾੜੇ ਦਾ ਰੌਲਾ ਨਹੀਂ ਸਾਨੂੰ ਹੈ ਗੁਰਬਾਣੀ ਦੀ ਗੱਲ ਨੂੰ ਬੰਦੀ ਲੋਕਾਂ ਦੀ ਦੇਸ਼ੀ ਚੰਗੇ ਮਾੜੇ ਹੋਣ ਦੀ ਸਾਨੂੰ ਪਰਵਾਹ ਨਹੀਂ ਹੈ ਸਾਨੂੰ ਗਾਹਾਂ ਦੀ ਪਰਵਾਹ ਹੈ ਜਿਹੜੀ ਭਗਤੀ ਅਸੀਂ ਕਰਦੇ ਹਾਂ ਕੀ ਪ੍ਰਵਾਨ ਹੈ ਦਰਗਾਹ 'ਚ ਇਹ ਕਿ ਪ੍ਰਵਾਨ ਨਹੀਂ ਦਰਗਾਹ 'ਚ ਲੋਕਾਂ ਦੇ ਵਿੱਚ ਪ੍ਰਮਾਣ ਔਰ ਬੇਪ੍ਰਮਾਣ ਦੀ ਸਾਨੂੰ ਇੱਛਾ ਨਹੀਂ ਹੈ ਪ੍ਰਵਾਹ ਨਹੀਂ ਕਰਨੀ ਚਾਹੀਦੀ ਗੁਰਬਾਣੀ ਦੀ ਇਹੋ ਜਿਹੀ ਹੈ ਭਗਤੀ ਗੁਰਬਾਣੀ ਦੀ ਵਿਚਾਰਧਾਰਾ ਇਹੋ ਜਿਹੀ ਹੈ ਉਹਨਾਂ ਦੀ ਵਿਚਾਰਧਾਰਾ ਕਿ ਲੋਕ ਮੈਨੂੰ ਚੁੱਕਦਾ ਸਮਝਣ ਹਾਂਜੀ ਸੋ ਸੁਰਤਾਨ ਜੋ ਦੂਏ ਸਰਤਾਣੇ ਦੂਈ ਸਰਤਾਣੇ ਦੂਰੀ ਜਿਹੜੀ ਹੈਗੀ ਹੈ ਦੂਈ ਕੀ ਹੈ ਦੂਈ ਮਾਇਆ ਦੂਈ ਕਲਪਨਾ ਦੂਈ ਸੁਰ ਹੈ ਜਿਹੜੀ ਇੱਕ ਸੁਰ ਤਾਂ ਪਰਮੇਸ਼ਰ ਦੀ ਹੈ ਇੱਕ ਤਾਂ ਮਰਜ਼ੀ ਪਰਮੇਸ਼ਰ ਦੀ ਹੈ ਦੂਈ ਮਰਜ਼ੀ ਕਿਹਦੀ ਹੈ ਜੀਵ ਦੀ ਆਪਣੀ ਹੈ ਜਿਹੜੀ ਮਨ ਦੀ ਮਰਜ਼ੀ ਹੈ ਉਹਦੇ ਸਿਰ 'ਤੇ ਤਲਵਾਰ ਤਾਣ ਕੇ ਰੱਖੇ ਜਾਂ ਕਮਾਨ ਤੀਰ ਤਾਣ ਕੇ ਰੱਖੇ ਦੂਈ ਦੇ ਗਰਦਾਂ 'ਤੇ ਹਰ ਵਕਤ ਤਲਵਾਰ ਰੱਖੇ ਗਿਆਨ ਖੜਕ ਉਹਦੇ ਸਿਰ 'ਤੇ ਰੱਖੇ ਤਾਣ ਕੇ ਤਾਂ ਸੁਰ ਰਹਿ ਸਕਦੀ ਹੈ ਤਾਂ ਮਨ ਭੈ ਦੇ ਵਿੱਚ ਰਹਿ ਕੇ ਚੁੱਪ ਰਹਿ ਸਕਦਾ ਵਰਨਾ ਮਨ ਚੁੱਪ ਰਹਿ ਹੀ ਨਹੀਂ ਸਕਦਾ ਮਨ ਹੀ ਚੁੱਪ ਰਹਿ ਸਕਦਾ ਜੇ ਬੱਕਰੇ ਦੇ ਗਰਦਨ 'ਤੇ ਤਲਵਾਰ ਰਹੇ ਨਾ ਹਰ ਵਕਤ ਖੜ੍ਹਾ ਰਹੇ ਪਰ ਉਹ ਮੈਂ ਨਹੀਂ ਕਰਦਾ ਚੁੱਪ ਰਹਿੰਦਾ ਫਿਰ ਚੁੱਪ ਰਹਿੰਦਾ ਇਹ ਬੱਕਰਾ ਉਹਨਾਂ ਚਿਰ ਬੋਲਦਾ ਜਾਂ ਨਾ ਜੇ ਤਲਵਾਰ ਉਹਨੂੰ ਦਿੰਦੀ ਨਹੀਂ ਹੈ ਭੁੱਲਿਆ ਹੋਇਆ ਨਾ ਮਨ ਮਨੋ ਵਸਾਰਿਆ ਹੋਇਆ ਨਾ ਇਹਦੇ 'ਤੇ ਗਿਆਨ ਦੀ ਤਲਵਾਰ ਹਰ ਵਕਤ ਇਹਦੇ ਸਿਰ 'ਤੇ ਰਹੇ ਤਾਂ ਚੁੱਪ ਰਹਿੰਦਾ ਮਨ ਚੁੱਪ ਰਹਿੰਦਾ ਹੀ ਨਹੀਂ ਫਿਰ ਇਹ ਸੁਰ ਤਾਲ 'ਚ ਰਹਿੰਦਾ ਇਹਨੂੰ ਭੈ ਭੈ ਦੇ ਵਿੱਚ ਰੱਖੇ ਭੈ ਬਿਨ ਭਗਤ ਨਾ ਹੋਏ ਤੇਰੀ ਫਿਰ ਇਹ ਹੁਕਮ ਦੇ ਵਿੱਚ ਰਹਿੰਦਾ ਵਰਨਾ ਹੁਕਮ 'ਚ ਨਹੀਂ ਰਹਿ ਸਕਦਾ ਮਨ ਦੋਏ ਸਰ ਦੂਈ ਸਰ ਤਾਣੇ ਦੂਈ ਦੇ ਸਿਰ ਦੇ ਉੱਤੇ ਤਲਵਾਰ ਤਾਣ ਕੇ ਰੱਖੇ ਗਿਆਨ ਖੜਗ ਹਾਂ ਬਾਹਰ ਜਾਤਾ ਭੀਤਰ ਆਨੇ
जब बाहर जाता ना उठ के मन जद तलवार दी है जो बाहर देरी के पैर लगे सिर इत रह जा जे देरी के बाहर पैर लगे सिर रख लेना तू जा तू चला जा सिर इत दे जा सिर मंगया खालसा कहे जा लोड़ हूँ ले लेंगे कोई भी नहीं गया पांच पैर जो कर गया कोई क्यों नहीं गया सिर तो फैला देता कहने जो दिन सिर ला लेंगे फिर घर जाता टाइम सिर लवेंगे सर जब टाइम आऊगा मैं रहा उन्ना चर बोनस दे भी तेन जिंदगी दिती है जीवन बोनस देता तेन समझ नहीं एक साखी भी है सिंधा की सिंह कहना दो तेन भाई अकाली फूला सिंह भी असं जाना घर वो तो लड़ाई जाना सी जमरा वे किले से लड़ाई कर पहले समझा रहे ना हटे कहते फिर कहते चंगा आ जा भी जब सवेरे इनान करके आएगा ना जदे पेश हुई फिर करा तेरा फैसला जहेदार से ना छुट्टी लैके जाना पैंता सी पहला ही आई कोई शकर छुड़ा तो पहला वो इनान करके सजरे ही पेश हो गए कहने ला ऐ करो जरूर जाना हूँ तो समा मतलब है जंग है एडा कि जरूरी काम है जो गुरु तो बिना है थोड़ा नहीं जी हाँ काम है वह बहाना होंगे कहने चंगा भाई फिर सिर सू सा दे जाओ पत्र सिर दिता सी ना या अमृत छकाया सी ओके हाँ जे तो वो बहने तो मुकर दो फिर तो बाणा दे जाओ या तो बाणा ला के दे जाओ बाणा ला लो बेमुख हो जाओ चले जाओ या फिर सानू सिर दे जाओ बाणा नाल लै जो जो बाणा रखना तो सिर दे जाओ फिर बह जाए या तो मुकर जाओ सिर दिता जी असी तो बस वापस ले लिया अपना सिक्खी चढ़ती या सिर दे जाओ झट समझ आ गई उन्होंने गल झट समझ आ गई गल कहते ऐसी गलती हो गई सत्ते असं जंग में जाऊंगे चलो कहते जाओ घर वो अपने तंबू चले गए किसी नूं नहीं पता अकाली फूला सिंह नूं पता है उन्होंने दोनों नूं पता है एक अद्धे नूं होर नूं पता पर गल तां लीक होण फिर भी हो जाती है संघ दे विच नहीं कहते गल करनी संघ दे विच फिर भी नहीं करनी संघ दे विच कीती तुसीं जलील हो जाओगे ਤਾਂ ਨਹੀਂ ਕੀਤੀ ਭਾਈ ਸੰਗਤ ਵਿੱਚ ਤੁਹਾਡਾ ਫੈਸਲਾ ਸਾਰਿਆਂ ਦੀ ਨਿਗਾਹ ਜਲੀਲ ਹੋ ਜਾਓਗੇ ਤੁਸੀਂ ਸਾਨੂੰ ਪਤਾ ਸੀ ਤੁਹਾਡੇ ਅੰਦਰ ਕਮਜ਼ੋਰੀ ਆ ਗਈ ਕਮਜ਼ੋਰੀ ਨਿਕਲ ਗਈ ਬਸ ਕਮਜ਼ੋਰੀ ਆ ਗਈ ਸੀ ਕਮਜ਼ੋਰੀ ਨਿਕਲ ਵੀ ਜਾਂਦੀ ਹੈ ਉਹ ਕਹਿੰਦੇ ਅਸੀਂ ਭੁੱਲ ਗਏ ਗਲਤੀ ਕਰ ਲਈ ਮਨ ਬੇਈਮਾਨ ਹੋ ਗਿਆ ਸੀ ਅਸੀਂ ਜੰਗ ਨੂੰ ਜਾਵਾਂਗੇ ਦੋ ਸ਼ਹੀਦ ਹੋ ਗਏ ਹੋ ਗਏ ਫਿਰ ਕੀ ਹੈ जाता भी तरण बाद कार टप के जाता सी कहने सिर दे जो फिर जाओ सिर तो तुझे दिता सी ना पंथ जेड़ा हूं जो मैं सिर लैने मैं दसम पाशाह ने लाए सी सिर वायदा ही किया सिर लैन का सिर नहीं सी लाए सिर लैके गल ने तेन माल पानी थी वह गां शिव जी की भी गल हार पाने सर ਉਹਦਾ ਸ਼ਿਵ ਜੀ ਲੈਂਦਾ ਹੈ ਜੇ ਸਰ ਤਾਂ ਉਹਨੇ ਹਾਰ ਪਾਉਣਾ ਹੁੰਦਾ ਗਗਨ ਮੰਡਲ ਮੈਂ ਲਸ਼ਕਰ ਕਰੇ ਸੋ ਸੁਲਤਾਨ ਸਤਰ ਸਿਰ ਧਰੇ ਗਗਨ ਮੰਡਲ ਦੇਖੋ ਗਗਨ ਆ ਗਿਆ ਲਫ਼ਜ਼ ਹੁਣ ਗਗਨ ਮੰਡਲ ਜੇ ਰਹੂਗਾ ਉਹ ਹਵਾ ਤੇ ਪੰਜਾਂ ਤੱਤਾਂ ਦੇ ਪਰੇ ਹੋਜੂ ਸਰੀਰ ਤੇ ਗਗਨ ਮੰਡਲ ਮੈਂ ਲਸ਼ਕਰ ਕਰੇ ਗਗਨ ਮੰਡਲ ਚ ਰਹਿ ਕੇ ਫੌਜ ਇਕੱਠੀ ਕਰੂ ਉੱਥੇ ਆਪਣੀ ਗੁਣਾਂ ਦੀ ਲਸ਼ਕਰ ਕੀ ਹੁੰਦਾ ਗੁਣਾਂ ਦੀ ਫੌਜ ਇਹ ਗੁਣਾਂ ਦੀ ਫੌਜ ਇਕੱਠੀ ਕਰਕੇ ਜੰਗ ਹੁੰਦੀ ਹੈ ਔਗੁਣਾਂ ਦੀ ਫੌਜ ਨਾਲ ਗੁਣਵੰਤਾ ਹੋ ਕੇ ਔਗੁਣਵੰਤਿਆਂ ਨਾਲ ਲੜਾਈ ਹੋ ਸਕਦੀ ਹੈ ਵਰਨਾ ਹੋ ਨਹੀਂ ਸਕਦੀ ਅਸਲ 'ਚ ਔਗੁਣਵੰਤਿਆਂ ਨਾਲ ਲੜਾਈ ਨਹੀਂ ਕਰਨੀ ਲੜਾਈ ਔਗੁਣਾਂ ਨਾਲ ਕਰਨੀ ਹੈ ਔਗੁਣਵੰਤਿਆਂ ਨੂੰ ਤਾਂ ਉਪਦੇਸ਼ ਦੇਣਾ ਔਗਣ ਮੰਤਰ ਨੂੰ ਤਾਂ ਨਕਸ਼ਾ ਹੀ ਦਿਖਾਉਣਾ ਉਹਨਾਂ ਦਾ ਨਕਸ਼ਾ ਨਕਸ਼ਾ ਹੀ ਦਿਖਾਇਆ ਸੰਤਾਂ ਨੂੰ
ਨਕਸ਼ਾ ਹੀ ਦਿਖਾਇਆ ਉਹਨਾਂ ਲੋਕਾਂ ਨੂੰ ਜਿਹੜੇ ਧਰਮ ਦੇ ਨਾਂ 'ਤੇ ਕਰਦੇ ਨੇ ਬਲੈਕਮੇਲਿੰਗ, ਉਹਦੀ ਕਹਿਣਾ ਉਹਦੇ ਬੰਬ ਚਲਾ ਤਾ ਹਮਲਾ ਕਰਤਾ। ਬਾਣੀ ਦਾ ਹੀ ਬਾਣ ਨੇ ਵਿਆਖਿਆ ਕੀਤੀ ਹੈ ਗੁਰਬਾਣੀ ਦੀ, ਨਕਸ਼ਾ ਹੀ ਦਿਖਾਇਆ ਉਹਨਾਂ ਨੂੰ ਗੁਰਬਾਣੀ ਦੀ ਭਾਵਨਾ ਕੀ ਹੈ, ਇਹ ਸ਼ਬਦ ਦੀ ਭਾਵਨਾ ਕੀ ਹੈ, ਭਾਵਨਾ ਹੀ ਦੱਸੀਏ ਖੋਲ੍ਹ ਕੇ। ਆਪਣੇ ਕੋਲੋਂ ਤਾਂ ਕੁਛ ਨਹੀਂ ਕਿਹਾ, ਜੇ ਆਪਣੇ ਕੋਲੋਂ ਕਿਹਾ ਦੱਸ ਦੇਣਾ, ਅਸੀਂ ਵਾਪਸ ਲੈ ਲਵਾਂਗੇ ਉਹਨੂੰ। ਉਹਨਾਂ ਨੂੰ ਉਹਨਾਂ ਦਾ ਜਿਹੜਾ ਫਿਊਚਰ ਆਪਣਾ ਖਰਾਬ ਕਰ ਰਹੇ ਨੇ, ਸਮਝਾਇਆ ਨਾ ਖਰਾਬ ਕਰੋ, ਬੰਦੇ ਬਣ ਜਾਓ, ਹੁਣ ਵੀ ਜੇ ਬੰਦੇ ਬਣ ਕੇ ਬਚ ਜਾਓਗੇ। ਨਹੀਂ ਪਰ ਉਹ ਬਸ ਨਾਲ ਕਮੂਨ ਲਈ ਤਾਂ ਦਫਾ ਤਾਂ ਲੱਗੀ ਹੋਈ ਹੈ, ਦਫਾ ਤਾਂ ਲੱਗੀ ਹੋਈ ਆ, ਜੇ ਬਚਣਾ ਹੈ ਤਾਂ ਹੁਣ ਵੀ ਮੌਕਾ ਹੈਗਾ, ਬਚ ਜਾਓ। ਹਾਂਜੀ, ਗਗਨ ਮੰਡਲ ਮੈਂ ਲਸ਼ਕਰ ਕਰੇ ਸੋ ਸੁਲਤਾਨ ਸਦਰ ਸਿਰ ਧਰੇ, ਗਗਨ ਮੰਡਲ ਮੈਂ ਲਸ਼ਕਰ ਕਰੇ, ਦੇਹ ਤੋਂ ਉੱਪਰ ਉੱਠ ਜਾਵੇ, ਸੰਸਾਰ ਤੋਂ ਉੱਪਰ ਉੱਠ ਕੇ ਰਹੇ ਹੋ। ਗਗਨ ਮੰਡਲ ਕੀ ਆਕਾਸ਼ ਹੈ, ਧਰਤੀ ਤੋਂ ਉੱਪਰ ਉੱਠ ਕੇ ਰਹੇ, ਜ਼ਮੀਨ ਤੋਂ ਉੱਪਰ ਉੱਠ ਕੇ ਰਹੇ, ਸਰੀਰ ਤੋਂ ਉੱਪਰ ਉੱਠ ਕੇ ਰਹੇ, ਲਸ਼ਕਰ ਕਰੇ, ਉੱਥੇ ਰੱਖੇ ਗੁਣਾਂ ਦੀ, ਉੱਥੇ ਗੁਣਾਂ ਦੀ ਫੌਜ ਇਕੱਠੀ ਕਰੇ। ਔਗੁਣਾਂ ਦੀ ਫੌਜ ਸਰੀਰ ਕਰਕੇ ਹੈ, ਆਹ ਸਰੀਰ ਜਿਹੜਾ ਹੈ ਨਾ, ਇਹਦੇ ਕਰਕੇ ਔਗੁਣ ਦੀ ਫੌਜ ਹੈ। ਜੇ ਉੱਪਰ ਉੱਠ ਗਏ ਸਰੀਰ ਤੋਂ, ਔਗੁਣ ਕਿੱਥੇ ਰਹਿ ਗਏ, ਔਗੁਣ ਥੱਲੇ ਰਹਿ ਗਏ, ਜਿੱਥੇ ਸਰੀਰ ਰਹਿ ਗਿਆ ਔਗੁਣ ਉੱਥੇ ਰਹਿ ਜਾਂਦੇ ਨੇ। ਗਗਨ ਮੰਡਲ ਮੈਂ ਲਸ਼ਕਰ ਕਰੇ ਸੋ ਸੁਲਤਾਨ ਸ਼ਤਰ ਸਿਰ ਧਰੇ, ਉੱਥੇ ਹੈ ਗਰੀਬ ਨਮਾਜ ਗੁਸਾਈਆ ਮੇਰਾ ਮੱਥ ਛਤਰ ਧਰੇ। ਇੱਥੇ ਫਿਰ ਕੀ ਛਤਰ ਕੀ ਹੈ, ਇੱਥੇ ਜਾ ਕੇ ਨਾਲ ਮਿਲਦਾ ਹੈ, ਇੱਥੇ ਆ ਕੇ ਸਿੱਧਾ ਉਹ ਤੁਰਕੀ ਬਾਣੀ ਇੱਥੇ ਆਉਂਦੀ ਹੈ। ਸਰੀਰ 'ਚ ਜਿੰਨਾ ਚਿਰ ਹੈਗਾ ਤੁਰਕੀ ਬਾਣੀ ਨਹੀਂ ਆਈ, ਕਿਸੇ ਨੂੰ ਨਾ ਆਵੇ, ਤੁਰਕੀ ਬਾਣੀ ਨਹੀਂ ਆਉਂਦੀ ਹੈ ਪੰਜਾਂ ਤੱਤਾਂ ਵਾਲੇ ਨੂੰ, ਕਦੇ ਵੀ ਨਹੀਂ ਆਈ ਅੱਜ ਤੱਕ, ਪਰਮ ਤੱਤ ਵਾਲੇ ਨੂੰ ਆਈ ਹੈ। ਉੱਥੇ ਪਰਮ ਤੱਤ ਹੈ ਗਗਨ ਮੰਡਲ ਵਾਲਾ, ਪਰਮ ਤੱਤ ਹੈ, ਤੱਤ ਇੱਕ ਉੱਥੇ ਵੀ ਹੈਗਾ, ਪਰਮ ਹੈ ਔਰ ਤੱਤ ਹੈ। ਪਰਮ ਕੀ ਹੈ, ਪਰਮ ਜੋਤ ਹੈ, ਤੱਤ ਗਗਨ ਹੈ। ਪਰਮ ਤੱਤਾਂ ਮਤਲਬ ਪਰਮ ਜੋਤ, ਗਗਨ ਦਾ ਤੱਤ, ਸਰੀਰ ਤਾਂ ਉੱਥੇ ਵੀ ਰਹੂਗਾ ਜੀ, ਗਗਨ ਤਾਂ ਰਹੂਗਾ ਜੀ, ਗਗਨ ਤਾਂ ਬਿਨਾਂ ਕਿੱਥੇ ਜਾਊਗਾ। ਹਾਂਜੀ, ਜੋਗੀ ਗੋਰਖ ਗੋਰਖ ਕਰੇ ਹਿੰਦੂ ਰਾਮ ਨਾਮ ਉਚਰੇ, ਜੋਗੀ ਕੀ ਕਰਦੇ ਨੇ, ਗੋਰਖ ਗੋਰਖ ਕਰਦੇ ਨੇ, ਉਹ ਗੋਰਖ ਦਾ ਨਾਮ ਜਪਦੇ ਨੇ, ਉਹ ਕਹਿੰਦੇ ਗੋਰਖ ਹੈ ਸਭ ਕੁਛ ਹੈ, ਗੋਰਖਸ਼ਕ ਦਾ ਨਾਮ ਗੋਰਖ ਹੈ, ਆਤਮਾ ਦੀ ਰੱਖਿਆ ਕਰਨ ਵਾਲਾ ਗੋਰਖ, ਰੱਖਿਆ ਕਰਨ ਵਾਲਾ, ਅਸਲ 'ਚ ਰਕਸ਼ਕ ਤੋਂ ਰੱਖ ਬਣਿਆ ਹੋਇਆ ਲਫ਼ਜ਼ ਹੈ, ਸੰਸਕ੍ਰਿਤ ਦਾ ਲਫ਼ਜ਼ ਰਕਸ਼ਕ, ਗੋ ਆਤਮਾ ਰਕਸ਼ਕ ਰੱਖਿਆ ਕਰਨ ਵਾਲਾ ਗੋਰਖ, ਇਹਨੂੰ ਜੰਮਣ ਵਣ ਤੋਂ ਰੱਖਣ ਵਾਲਾ ਬਚਾਉਣ ਵਾਲਾ ਗੋਰਖ, ਗੋਰਖ ਕਰਾਂ ਹਿੰਦੂ ਕੀ ਨੇ, ਰਾਮ ਨਾਮ ਉੱਚਰੇ, ਉੱਚਰਾਂ ਲਫ਼ਜ਼ ਆਇਆ, ਇੱਥੇ ਜਪਣਾ ਨਹੀਂ ਆਇਆ ਹੋਇਆ, ਰਾਮ ਰਾਮ ਕਰਨਾ, ਰਾਮ ਰਾਮ ਉਚਾਰਨ ਕਰਨਾ, ਉੱਚਰਨਾ, ਵਾਹਿਗੁਰੂ ਵਾਹਿਗੁਰੂ ਕਰਨਾ, ਵਾਹਿਗੁਰੂ ਜਪਣਾ ਨਹੀਂ ਉਚਾਰਨਾ, ਉੱਚਰਾਂ, ਇਹ ਉੱਚਰਨਾ ਲਿਖਿਆ, ਇਹਨੂੰ ਗੁਰਬਾਣੀ 'ਚ ਜਪਣਾ ਨਹੀਂ ਲਿਖਿਆ ਹੋਇਆ। ਉਹ ਰਾਮ ਰਾਮ ਦੀ ਜਗ੍ਹਾ ਵਾਹਿਗੁਰੂ ਵਾਹਿਗੁਰੂ ਕਰ ਲਿਆ, ਗੱਲ ਉਹੀ ਹੈ, ਫਰਕ ਨਹੀਂ ਹੈਗਾ ਕੋਈ ਵੀ, ਇਹ ਇਹ ਵਾਹਿਗੁਰੂ ਵਾਹਿਗੁਰੂ ਉੱਚਰਦੇ ਨੇ, ਜਪਦੇ ਨਹੀਂ, ਜਪਣਾ ਹੋਰ ਗੱਲ ਹੈ, ਉੱਚਰਨਾ ਹੋਰ ਗੱਲ ਹੈ। ਹਿੰਦੂ ਰਾਮ ਨਾਮ ਉੱਚਰਿਆ ਕਹਿੰਦੇ ਗਏ, ਉਚਾਰਨ ਕਰਨਾ ਮੂੰਹ ਤੇ ਬੋਲਣਾ। ਹਾਂਜੀ, ਮੁਸਲਮਾਨ ਕਾ ਏਕ ਖੁਦਾਏ ਕਬੀਰ ਕਾ ਸਵਾਮੀ ਰਿਹਾ ਸਮਾਏ, ਦੇਖੋ ਮੁਸਲਮਾਨ ਨਹੀਂ ਉੱਚਰਦਾ, ਨਾ ਗੋਰਖ ਗੋਰਖ ਕਰਦਾ ਨਾ ਉੱਚਰਦਾ, ਇਹ ਕਰਕੇ ਕਾਣਾ ਹੀ ਦੋ ਜਾਂਦੇ ਨੇ। ਮੁਸਲਮਾਨ ਇੱਕ ਖੁਦਾ ਦੇ ਖੜਾ, ਪਰ ਉਹਨੂੰ ਇਹ ਨਹੀਂ ਪਤਾ ਖੁਦਾ ਕੀ ਹੈ, ਖੁਦਾ ਬਾਰੇ ਗਿਆਨ ਨਹੀਂ, ਇਸ ਕਰਕੇ ਨਾ ਉੱਚਰਦਾ। ਉਹ ਆਪਣਾ ਜਿਹੜਾ ਨਵੀਂ ਨੇ, ਉਹਨਾਂ ਦਾ ਨਾਂ ਨਹੀਂ ਜਪਦੇ ਹਨ, ਨਾਂ ਉਚਾਰਨ ਨਹੀਂ ਕਰਦੇ ਹਨ, ਉਹਨਾਂ ਦੇ ਵੀ ਨੇ ਨਵੀਂ, ਤਾਂ ਉਹਨਾਂ ਦੇ ਵੀ ਬੰਬਦ ਸਾਹਿਬ ਹੈ, ਬੰਬਦ ਬੰਬਦ ਨਹੀਂ ਕਰਦੇ ਹਨ, ਉਹ ਕਬਾਲੀਆਂ ਵਾਲੇ ਜਿਹੜੇ ਕਰਦੇ ਨੇ ਉਹਨਾਂ ਨੂੰ ਬੁਰਾ ਸਮਝਦੇ ਨੇ। ਅਸਲੀ ਮੁਸਲਮਾਨ ਜਿਹੜੇ ਨੇ ਗਿਆਨਵਾਨ, ਉਹ ਨਹੀਂ ਚੰਗਾ ਸਮਝਦੇ ਕਬਾਲੀਆਂ ਵਾਲੇ ਨੂੰ, ਉਹ ਕਹਿੰਦੇ ਜਿਹੜੇ ਗਾਇਕ ਨੇ ਨਾ, ਕਵੀ ਨੇ ਇਹਨਾਂ ਦੀ ਬਖਸ਼ਿਸ਼ ਬਖਸ਼ਿਸ਼ ਨਹੀਂ ਹੈ, ਕਿਤੇ ਇਹ ਬਖਸ਼ੇ ਨਹੀਂ ਜਾਂਦੇ ਹਨ। ਇਹ ਮੁਸਲਮਾਨ ਕਾ ਇੱਕ ਖੁਦਾਏ ਕਬੀਰ ਕਾ ਸਵਾਮੀ ਰਿਹਾ ਸਮਾਏ, ਕਬੀਰ ਕਾ ਜਿਹੜਾ ਸਵਾਮੀ ਹੈ,
ਉਹ ਕਹਿੰਦੇ ਸ਼ਬਦ ਗੁਰੂ ਸਮਾਇਆ ਹੋਇਆ ਉਹ ਸੱਚਖੰਡ ਦੇ ਵਿੱਚ, ਉਹ ਆਵਾਜ਼ ਨਾਲ ਸੱਚਖੰਡ ਦੇ ਹੁਕਮ ਦੇ ਵਿੱਚ ਸਮਾਇਆ ਹੋਇਆ। ਕਬੀਰ ਕਾ ਸੁਖਬੀ ਰਹਿਆ ਸਮਾਏ, ਰਿਹਾ ਨੀ ਰਹੇ ਆ ਸਮਾਏ, ਉਹ ਸਮਾ ਰਿਹਾ ਕਬੀਰ ਦਾ ਸਵਾਮੀ। ਉਹਨਾਂ ਦਾ ਸਵਾਮੀ ਗੋਰਖ ਹੈ, ਜਿਨ੍ਹਾਂ ਦਾ ਸਵਾਮੀ ਗੋਰਖ ਸੀ ਉਹ ਗੋਰਖ ਗੋਰਖ ਕਰਦੇ ਨੇ, ਜਿਹੜੇ ਵਾਲੇ ਸਵਾਮੀ ਰਾਮ ਨੂੰ ਮਿਲਦੇ ਨੇ ਉਹ ਰਾਮ ਨਾਮ ਉਚਾਰਨ ਕਰਦੇ ਨੇ। ਇਹ ਤਾਂ ਕ੍ਰਿਸ਼ਨ ਨਹੀਂ ਆਇਆ, ਜੇਕਰ ਰਾਧਾ ਕ੍ਰਿਸ਼ਨ ਨਹੀਂ ਆਇਆ ਹੋਇਆ, ਇਹ ਉਹ ਤੋਂ ਬਾਅਦ ਇਹ ਕੋਈ ਭਗਤੀ ਨਹੀਂ ਹੈ, ਇਹਨੂੰ ਨਹੀਂ ਮੰਨਿਆ ਹੋਇਆ ਕੁਛ ਵੀ। ਰਾਮ ਨਾਮ ਉੱਚਰ ਹੈ, ਹਾਂ ਹਿੰਦੂ ਰਾਮ ਨਾਮ ਉੱਚਰ ਹੈ, ਮੁਸਲਮਾਨ ਕਾ ਇੱਕ ਖੁਦਾ, ਮੁਸਲਮਾਨ ਇੱਕ ਖੁਦਾ ਤੇ ਖੜਾ ਹੈ, ਪਰ ਖੜਾ ਹੈ ਵੀ ਇੱਕ ਖੁਦਾ ਹੈ ਕੀ ਹੈ ਨਹੀਂ ਉਹਨੂੰ ਪਤਾ। ਕਬੀਰ ਕਾ ਸਵਾਮੀ ਰਹਿਆ ਸਵਾਈ, ਕਬੀਰ ਅਲੱਗ ਹੈ, ਹੁਣ ਤਿੰਨ ਤਾਂ ਹੋ ਨੇ, ਤਿੰਨ ਹੋ ਗਏ ਨੇ, ਦੋ ਇੱਕ ਹੋ ਚੌਥਾ ਹੋ ਗਿਆ ਕਬੀਰ। ਹੁਣ ਇਹ ਕਹਿੰਦੇ ਤੀਆ ਪੰਥ, ਪੰਥ ਤਾਂ ਬਹੁਤ ਨੇ, ਅਸੰਖ ਭਗਤ ਹੈ, ਅਸੰਖ ਨੇ ਕਬੀਰ ਕਾ ਸਵਾਮੀ ਰਿਹਾ ਸਮਾਇਆ, ਕਬੀਰ ਦਾ ਸਵਾਮੀ ਸਮਾ ਰਿਹਾ ਵਿੱਚ ਪਰਮੇਸ਼ਰ ਦੇ, ਉਹ ਪਰਮੇਸ਼ਰ ਨਾਲ ਮਿਲਿਆ ਹੋਇਆ, ਦੂਜਿਆਂ ਨਾਲ ਮਿਲਿਆ ਹੋਇਆ ਕੋਈ ਵੀ ਨਹੀਂ।